दीवे की लो माइया लोकां भाने फुल महकते आवे तेरी खुशबू माइया जरा अख ते मिला चनवे मुख तेरा वेख वेख के साढ़े चलते ने सा चनवे ये दिलों के तजर्बे ने बुल जो चुप बैठते फिर नैन गल्लां करते ने कंधे वाला च क्लिप क्लिप माइया बेबी किसी क्लिप पे गुंदे वाला च पिन माइया गुंदे वाला च पिन माइया रब सानू रब रब सानू की लाई बेबे रब सानू भाग लावे होइए दो तो तीन माइया बाबे ने बड़े प्यार नाल ये दो गल्लां याद करन नूं कहा सी तुहानूं ये भी नहीं याद होइयां टूणा गुस्सा करोगे तुसीं चलो पापा चलो आलो हुणे भी पा दे जाओ पा दे पा दे पा दे सारे को पा दे पाता चल मुंडिया आवाज मार मुंडे नूं हां आ जा पुत्त ओए इन्नी हौली ओ कंदोली दी बैठा बदला ओले है हां आ जा पुत्त ओए और पुत्त बदल पाड़ दे इन्नी उच्ची चार नाल उच्ची अच्छा आ जा पुत्त ओए आ गया थोड़ी ओ भैण नूं मुंडे दी आवाज बहुत भारी नहीं होगी बेचर का भौजी जाग गया जल्दी कर बेबे तू लेट हो जाना तू सानू बर्बाद रे बेबे तू जा ये तो बेबे तू जा मुरे मुरे जा तू जा ओ बूटे ओ आ जा ओए आ जा आ जा चल चल भज के निकल गए सवेरे पंचायत कर दे शक सवेरे कटांगे आ जा बेबे तेनू की नहीं कहा अठ फुट दंद टप्पन है ਵਾਹਿਗੁਰੂ ਵਾਹਿਗੁਰੂ ਕਰਦੀ ਲੰਘ ਜਾਂਦੀ ਲੋਕਾਂ ਲੱਗਣਾ ਸੀ ਬੇਬੇ ਗੁਰੂ ਘਰ ਚੱਲੀ ਆ ਮੇਰਾ ਕਿਹੜਾ ਦਿਲ ਕਰਦਾ ਸੀ ਕੰਧ ਟੱਪਣ ਦਾ ਮੈਂ ਤਾਂ ਆਪਦੇ ਜਾਣੇ ਸਿੱਧੀ ਭੱਜੀ ਸੀਗੀ ਉਹ ਤਾਂ ਕੰਧ ਆ ਗਈ ਵਿੱਚ ਮੈਥੋਂ ਬੁੜੀ ਤੋਂ ਮੁੜਨਾ ਹੋਇਆ ਮੱਲੋ ਮੱਲੀ ਮੈਨੂੰ ਕੰਧ ਟੱਪਣੀ ਪੈ ਗਈ ਇਹ ਕਿਹੋ ਜਿਹੀ ਬੁੱਢੀ ਹੋਈ ਤੂੰ ਮੁੜਿਆ ਤੂੰ ਗਿਆ ਨੀ ਕੰਧ ਤੂੰ ਅੱਠ ਫੁੱਟ ਦੀ ਟੱਪ ਗਈ ਆ ਅੱਠ ਫੁੱਟ ਦਾ ਪੁੱਤ ਆਪਣੇ ਕੰਨੀ ਹੈ ਉਧਰ ਤਾਂ 17 ਫੁੱਟ ਦੀ ਸੀ ਡਿੱਗਦੇ ਡਿੱਗਦੇ ਇੱਕ ਵਾਰੀ ਤਾਂ ਰਾਹ 'ਚ ਮੈਨੂੰ ਲੱਗਿਆ ਆਪਣੇ ਪੋਤੇ ਦਾ ਮੂੰਹ ਦੇਖ ਕੇ ਬਿਨਾ ਹੀ ਤੁਰ ਗਈ ਮੈਂ ਤਾਂ ਡਿੱਗਦੀ ਨੂੰ ਰੱਬ ਦਾ ਨਾਂ ਨਾ ਚੇਤੇ ਆਇਆ ਆਫਰ ਬੇਬੇ ਦੀਆਂ ਟੁੱਟੀਆਂ ਮੇਰੀਆਂ ਤੁਸੀਂ ਤੜਾਉਣੀਆਂ ਤੁਹਾਨੂੰ ਮੈਂ ਦੱਸਾਂ ਯਾਰ ਮਾੜੀ ਮੋਟੀ ਸੰਗ ਕਰ ਲਓ ਪਿੰਡ ਦਾ ਪੰਚਾਇਤ ਮੈਂਬਰ ਆ ਮੈਂ ਜੇ ਕਿਤੇ ਫੜੇ ਜਾਂਦਾ ਨਾ ਜਲੂਸ ਬਹੁਤ ਨਿਕਲਣਾ ਇਹ ਫੜੇ ਤਾਂ ਨਹੀਂ ਗਏ ਉਹ ਮੈਂਬਰ ਆ ਘਰੇ ਹੀ ਹੈ ਓ ਯਾਰ ਬੂਟੇ ਐ ਤਾਂ ਫਿਰ ਜਿਹੜਾ ਮਰਜ਼ੀ ਕੁਝ ਫੜੇ ਗਈ ਹੋਰ ਆਹੋ ਸਵੇਰੇ ਸਵੇਰੇ ਪੰਚਾਇਤਾਂ ਕਿੱਧਰ ਤੂੰ ਤਾਂ ਮੈਂਬਰ ਐ ਕਰੀ ਜਾਣਾ ਯਾਰ ਜਿਵੇਂ ਤੈਨੂੰ ਪਤਾ ਹੀ ਨਹੀਂ ਹੁੰਦਾ ਪਿੰਡ 'ਚ ਹੋ ਕੀ ਰਿਹਾ ਸਾਨੂੰ ਤਾਂ ਕੁਝ ਵੀ ਨਹੀਂ ਪਤਾ ਕੀ ਹੋਇਆ ਉਹ ਬੇੜਾ ਬਹਿ ਗਿਆ ਕਿਸੇ ਦਾ ਪਿੰਡ 'ਚ ਕੋਈ ਪੰਜ ਮਾਡੂਣਾ ਕਰ ਗਿਆ ਪੰਜ ਹੋ ਗਏ ਤੁਹਾਡੇ 'ਚ ਦੇਖਿਆ ਕਿਸੇ ਨੇ ਕੋਈ ਕਿਤੇ ਸ਼ੱਕ ਸ਼ੁੱਕ ਹੋਵੇ ਮੈਂ ਦੇਖਿਆ ਇੱਕ ਤਾਂ ਯਾਰ ਉਹਨਾਂ 'ਚੋਂ ਗੰਢ ਜੀ ਸੀ ਖਿਲਰੇ ਜੇ ਵਾਲਾਂ ਵਾਲੀ ਝੱਟ ਕੰਧ ਟੱਪ ਗਈ ਉਹ ਪਤਾ ਤਾਂ ਨਹੀਂ ਲੱਗਿਆ ਵੀ ਕੀ ਚੀਜ਼ ਸੀ ਬਸ ਡਿੱਗਣ ਦੀ ਆਵਾਜ਼ ਆਈ ਆ ਧੜਮ ਬੇਬੇ ਤੂੰ ਕਿਵੇਂ ਸੇਕਾ ਜਾ ਦਈ ਜਾਣੀ ਹੈ ਕਿਤੇ ਡਿੱਗ ਡੁੱਗ ਪੀ ਬੇ ਮੈਂ ਗੋਡਿਆਂ ਦੀ ਗਰੀਸ ਠੀਕ ਕਰਦੀ ਆ ਵੀ ਗੋਡੇ ਚੱਲਣ ਲੱਗ ਜਾਣ ਬਈ ਹੋਰ ਦੇਖਾ ਵੇ ਕਿਸੇ ਨੇ ਕੁਛ ਉਹ ਜਿਹੜੇ ਦੂਜੇ ਦੋ ਸੀ ਉਹ ਵੀ ਭੱਜ ਗਏ ਉਹ ਬਸ ਜਾਂਦੇ ਹੋਏ ਕਹਿੰਦੇ ਸੀਗੇ ਆ ਜਾ ਪੁੱਤੋਏ ਆ ਜਾ ਪੁੱਤੋਏ ਆ ਨਾਲੇ ਫੌਜੀ ਕਹਿੰਦਾ ਸੀ ਕਹਿੰਦਾ ਮੇਰੇ ਮੂਰ ਦੀ ਕੋਈ ਕਹਿ ਕੇ ਲੰਘ ਜੇ ਨਾ ਆ ਜਾ ਪੁੱਤੋਏ ਮੈਂ ਝੱਟ ਆਵਾਜ਼ ਪਛਾਣ ਲੂ ਛੱਡੋ ਯਾਰ ਤਾਂ ਕੋਈ ਵੀ ਕਹਿ ਦੂਗਾ ਆਵਾਜ਼ ਬਦਲ ਕੇ ਆ ਜਾ ਓਏ ਹਲੇ ਪੁੱਤੋ ਲੱਗੇ ਪਤਾ ਉਹ ਚੱਲ ਮੰਨ ਲਈ ਤੇਰੀ ਗੱਲ ਪਰ ਐ ਕਿਵੇਂ ਮੰਨ ਲਈ ਉਹ ਗੰਢ ਜੀ ਵਾਲੀ ਗੱਲ ਤਾਂ ਵਿਚੇ ਰਹਿ ਗਈ ਜਿਹੜੀ ਚੀਜ਼ 17 ਫੁੱਟ ਡੂੰਘੇ ਟੋਏ 'ਚ ਡਿੱਗੀ ਉਹ ਟੁੱਟੀ ਭੱਜੀ ਤਾਂ ਜ਼ਰੂਰ ਹੋਊ ਚੱਲ ਫਿਰ ਤਾਂ ਹੁਣ ਜਵੇਂ ਨਹੀਂ ਸਕਦੀ ਹੋਣੀ ਲੈ ਭਾਈ ਮੈਂ ਤੁਹਾਡੇ ਵਾਸਤੇ ਨਾ ਚਾਹ ਬਣਾ ਕੇ ਲਿਆਉਣੀ ਆ ਉਹ ਬੇਬੇ ਖੁੰਡੀ ਤੇਰੀ ਇੱਥੇ ਰਹਿ ਗਈ ਬੇ ਮੇਰੀ ਗਰੀਸ ਗਰਮ ਹੋ ਗਈ ਹੁਣ ਖੁੰਡੀ ਖਾਂਡੀ ਦੀ ਲੋੜ ਨੀ ਪੁੱਤ ਮੈਨੂੰ ਲੱਗਦਾ ਬੇਬੇ ਨੇ ਖੰਡ ਖਿਲਾਰ ਲਈ ਦੇਖ ਲਓ ਕਿਤੇ ਬੇਬੀ ਤਾਂ ਨਹੀਂ ਖਿਲਰ ਗਈ ਮੈਨੂੰ ਲੱਗਦਾ ਦੁੱਧ ਖੰਡੀ ਇੱਥੇ ਰੱਖਤਾ ਮੈਨੂੰ ਲੱਗਦਾ ਬੇਬੇ ਨੇ ਦੁੱਧ ਵੀ ਡੋਲ ਲਿਆ ਯਾਰ ਜੇ ਇਹਨਾਂ ਨੂੰ ਨੁਕਸਾਨ ਕਰਦੀ ਇਹਨੂੰ ਪੇਕੀ ਕਿਉਂ ਨਹੀਂ ਤੋੜਦੇ ਮੇਰੀ ਮੰਨੋ ਮਤਾ ਪਾ ਲਓ
ਬਈ ਅੱਜ ਤੋਂ ਬਾਅਦ ਜਿਹੜਾ ਬੰਦਾ ਪਿੰਡ ਚ ਟੂਣਾ ਕਰਦਾ ਦਿਸ ਗਿਆ ਉਹਦੇ ਸਿੱਧਾ ਗੋਲੀ ਮਾਰ। ਆ ਜੀ ਫਿਰ ਸ਼ਾਮ ਨੂੰ ਥੜੇ ਤੇ ਮਤਾ ਪਾਵਾਂਗੇ, ਚਾਹ ਕੈਂਸਲ ਕਰ ਦੀ। ਚਲੋ ਬਈ ਟਾਈਮ ਸਿਰ ਆ ਜੀ ਭਾਈ। ਚਾਹ ਪੱਤੀ ਮੈਨੂੰ ਲੱਗਦਾ ਰਸੋਈ ਚ ਰਹਿ ਗਈ। ਰਹਿਣ ਦੇ ਬੇਬੇ ਗਏ ਹੋ। ਮੇਰੀ ਖੁੰਡੀ ਹਾਏ ਮੈਂ ਮਰ ਗਈ। ਜਾ ਤੂੰ ਪਾਣੀ ਹੋਰ ਗਰਮ ਕਰਕੇ ਲਿਆ। ਜੇ ਐਤਕੀ ਬਾਬੇ ਨੇ ਟੂਣੇ ਟਾਣੇ ਨੂੰ ਕਹਿ ਦਿੱਤਾ ਨਾ, ਤਿਆਰ ਰਿਹਾ ਜੀ ਗੋਲੀ ਖਾਣ ਵਾਸਤੇ। ਪੁੱਤ ਮੈਂ ਤਿਆਰ ਹਾਂ ਆਪਦੇ ਪੋਤੇ ਵਾਸਤੇ ਸ਼ਹੀਦ ਹੋਣ ਲਈ। ਆਪਾਂ ਉਦੋਂ ਤੱਕ ਨਹੀਂ ਹਟਣਾ ਜਦੋਂ ਤੱਕ ਬਾਬੇ ਦੇ ਹੱਥ ਖੜੇ ਨਹੀਂ ਹੁੰਦੇ। ਲਓ ਜੀ ਬਾਬੇ ਦੇ ਹੱਥ ਖੜੇ ਆ, ਹੁਣ ਬਾਬਾ ਕੁਛ ਨਹੀਂ ਕਰ ਸਕਦਾ। ਬਾਬਾ ਜੀ ਆਏ ਨਾ ਕਹੋ, ਥੋੜੀ ਕਿਰਪਾ ਕਰ ਦੋ। ਕਿਰਪਾ ਫਿਰ ਬੀਬਾ ਤੈਨੂੰ ਸਵਾ ਮਹੀਨਾ ਡੇਰੇ ਦੀ ਸੇਵਾ ਲਾਉਣੀ ਪੈਣੀ ਹੈ, ਉਹ ਵੀ ਤਨੋ ਮਨੋ। ਬਾਬਾ ਜੀ ਇਹ ਤਾਂ ਨਾ ਮੈਸਾਂ ਹੱਥ ਪਈਆਂ ਹੋਈਆਂ ਨੇ, ਮੈਂ ਸੇਵਾ ਕਰਦਿਆ ਕਰੂੰਗੀ। ਉਹ ਬਜ਼ੁਰਗਾਂ ਤੋਂ ਕਾਹਦੀ ਸੇਵਾ ਕਰਾਉਣੀ ਹੈ, ਉਹ ਜਿਹਦੇ ਹੱਥ ਮੈਸਾਂ ਲੱਗਣੀਆਂ ਸੀ ਉਹ ਡੇਰੇ ਦੀ ਸੇਵਾ ਕਰਦੀ ਫਿਰਦੀ ਹੈ, ਤੇ ਜਿਹਨੇ ਡੇਰੇ ਦੀ ਸੇਵਾ ਕਰਨੀ ਉਹਦੇ ਹੱਥ ਮੈਸਾਂ ਲੱਗੀਆਂ ਹੋਈਆਂ ਨੇ। ਤੁਸੀਂ ਐਂ ਕਰੋ, ਤੁਸੀਂ ਡਾਕਟਰ ਕੋਲ ਜਾਓ। ਤੁਹਾਡੀਆਂ ਰਿਪੋਰਟਾਂ ਦੇਖ ਕੇ ਲੱਗਦਾ ਅਜੇ 1% ਚਾਂਸਿਸ ਹੈਗੇ ਬੱਚਾ ਹੋਣ ਦੇ। ਡਾਕਟਰ ਸਾਹਿਬ 6 ਸਾਲ ਹੋ ਗਏ ਤੁਹਾਨੂੰ ਆਈ ਕਹਿੰਦਿਆਂ ਨੂੰ, ਮਾੜਾ ਮੋਟਾ ਕੋਈ ਪਰਸੈਂਟ ਹੀ ਉੱਤੇ ਥੱਲੇ ਕਰਕੇ ਵੇਖ ਲਓ, 1.5 ਕਰ ਲਓ ਇਹਨੂੰ। ਦੇਖੋ ਜੀ ਇਹ ਤਾਂ ਰੱਬ ਹੀ ਕਰ ਸਕਦਾ। ਹੁਣ ਤੁਸੀਂ ਮੈਨੂੰ ਲੈ ਲਓ, ਮੈਂ ਆਪ 7 ਸਾਲ ਬਾਅਦ ਹੋਇਆ ਸੀ। ਤੇ ਮੈਂ ਦੱਸ ਇਹਦਾ ਮਤਲਬ ਇਹਨਾਂ ਦਾ ਨਿਆਣਾ ਜ਼ਿਆਦਾ ਡਾਕਟਰ ਬਣੂਗਾ ਜਾਂ ਨਰਸ। ਕੋਈ ਗੱਲ ਨਹੀਂ, ਫਿਕਰ ਨਾ ਕਰ, ਕੁਝ ਨਹੀਂ ਹੁੰਦਾ। ਆਹੀ ਤਾਂ ਫਿਕਰ ਹੈ ਕਿ ਕੁਝ ਨਹੀਂ ਹੁੰਦਾ। ਕੁਲਫੀ ਖਾਏਗੀ? ਕਿਹੜੀ? ਸੰਤਰੇ ਵਾਲੀ। ਤੁਸੀਂ? ਮੈਂ ਮੋਟੀ ਸੰਤਰੇ ਵਾਲੀ। ਤੁਹਾਡਾ ਤਾਂ ਵਧੀਆ ਨਾ, ਆਪ ਪੀ ਕੇ ਸੌਂ ਜਾਂਦੇ ਹੋ, ਕਾਹਦੀ ਫਿਕਰ। ਇਹਨੇ ਨਾਲ ਮੇਰਾ ਕੀ ਹੋਣਾ? ਘੱਟ ਹੈ ਮੈਂ ਜ਼ਿਆਦਾ ਹੀ ਸੋਚ ਲੈਂਦੀ ਹਾਂ ਨਾ। ਤੈਨੂੰ ਪਤਾ ਤਾਂ ਹੈ ਕਿਉਂ ਵੱਡੀ ਮਾਮਾ ਵੱਡੀ ਮਾਮਾ ਕਰਦਾ ਹੈ, ਇਹਦੀ ਮਾਂ ਇਹਨੂੰ ਸਿਖਾ ਕੇ ਭੇਜਦੀ ਹੈ। ਬੇਬੇ ਮੈਨੂੰ ਲੱਗਦਾ ਜ਼ਮੀਨ ਆਪਣੇ ਹੱਥੋਂ ਗਈ। ਕਿਉਂ ਪੁੱਤ, ਕੋਈ ਜਵਾਕ ਹੋਣ ਵਾਲਾ ਉਹਨਾਂ ਦੇ ਘਰੇ, ਕੋਈ ਕੋਈ ਖੁਸ਼ ਖਬਰੀ ਆ? ਬੇਬੇ ਕੋਈ ਖੁਸ਼ ਖਬਰੀ ਨੀ, ਬਸ ਉਹ ਚਲਾਕ ਬੜੇ ਨੇ। ਹਾਏ ਹਾਏ ਵੇ ਤੂੰ ਤੇ ਤਰਾ ਹੀ ਕਰਤਾ ਸੀ। ਵੇ ਪੁੱਤ ਵੇ ਆਪਾਂ ਘੱਟ ਚਲਾਕ ਆ, ਪੂਰੇ 50 ਕਿੱਲੇ ਜ਼ਮੀਨ ਆ, ਕਿਸੇ ਤਰ੍ਹਾਂ ਵੱਡੀ ਮੰਮਾ ਬਣਾ ਲਾ ਉਹਨੂੰ। ਠੀਕ ਆ ਬੇਬੇ ਮੈਂ ਕੁਛ ਕਰਦਾ, ਪਰ ਮੇਰੇ ਤੋਂ ਇਹ ਸਕੂਲ ਦਾ ਜੱਬ ਨੀ ਹੋਣਾ। ਨਾ ਜਾਈ ਸਕੂਲ, ਸਕੂਲਾਂ 'ਚ ਕੀ ਰੱਖਿਆ ਹੋਇਆ? ਕਿਉਂ ਨੀ ਤੂੰ ਜਾਣਾ ਸਕੂਲ ਓਏ? ਉਹ ਤੂੰ ਚੁੱਪ ਕੀਤਾ ਰਹਿ, ਉਹਨੂੰ ਬਣਾ ਲਾ ਡੀਸੀ। ਪੁੱਤ ਛੇਤੀ ਕੁਛ ਕਰ ਲਾ, ਹਾਲੇ ਤਾਂ ਤੂੰ ਗੱਲੂ ਮੋਲੂ ਜਿਹਾ, ਵੱਡਾ ਹੋ ਕੇ ਤੇ ਮੈਨੂੰ ਵੀ ਚੰਗਾ ਨੀ ਲੱਗਣਾ। ਮੈਨੂੰ ਤੇ ਡਰ ਆ ਕਿਤੇ ਦੂਜਾ ਕੰਮ ਵੀ ਨਾ ਕਰ ਲੈਣਾ। ਗੱਲ ਸੁਣ ਪੁੱਤ, ਆਪਾਂ ਦੂਆ ਕੰਮ ਨਾ ਕਰ ਲਈਏ। ਕੀ? ਮੇਰੀ ਗੱਲ ਤਾਂ ਬੁਰਾ ਨਾ ਮੰਨੀ, ਜੇ ਗੱਡੀ ਦਾ ਟਾਇਰ ਪੈਂਚਰ ਹੋ ਜੇ ਤਾਂ ਆਪਾਂ ਸਟਿੱਪਣੀ ਲਾ ਕੇ ਗੱਡੀ ਚਲਦੀ ਕਰ ਲੈਂਦੇ ਹਾਂ। ਹਾਂ ਬੇਬੇ, ਪਰ ਇਹਦੇ 'ਚ ਬੁਰਾ ਮੰਨਣ ਵਾਲੀ ਕਿਹੜੀ ਗੱਲ ਹੈ? ਤੂੰ ਸਮਝੀ ਨੀ ਪੁੱਤ, ਮੇਰਾ ਮਤਲਬ ਬਈ ਜੇ ਛੁੱਟੀਆਂ ਗਿੱਲੀਆਂ ਹੋਣ ਤਾਂ ਨਾਲ ਸੁੱਕੀਆਂ ਰਲਾ ਕੇ ਅੱਗ ਬਾਲ ਕੇ ਰੋਟੀ ਪੱਕਦੀ ਹੋ ਜਾਂਦੀ ਹੈ, ਸਮਝ ਗਈ? ਪਰ ਬੁਰਾ ਮੰਨਣ ਵਾਲੀ ਤਾਂ ਇਹਦੇ 'ਚ ਵੀ ਕੋਈ ਗੱਲ ਨਹੀਂ।
जे तेरे खसम का दूजा ब्याह कर दी हूं समझ गई बहुत बुरा मनने वाली गल तुसी भी रल गए बेबे पुत मैं तेरे भले बारे सोचदी हां जे तू आप दे हथी लेके आएगी तो तेरे आखे च रहूगी जे ओ लाया आ तो औखा हो जूगा बेबे ओ एवें दे है ही नहीं सारे बंदे एहो जे हुंदे आ है नहीं होए जा अरे अरे ओ, 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 अरे मेंबर साहब आप काहे कष्ट करत हो वे तो क्या हो गई तुम भी तो पिछले 10 साल से हमारे घर में काम करे तो अब तो सच में घर की जी ही लागत अरे वाह क्या बात है हमरे साथ रह रहकर आपकी बोली एकदम सुधर गई है ओह इनो तो रह गयो अरे वो आप रखवाए ना तो इनो की कमी हमको महसूस ही नहीं हुई बहुत ही अच्छे हो आप हाँ <बगली। laughs> अरे मीना कोनो चीज की जरूरत हो तो बिना संकोच उठा के ले जाया करत मेनू तो लगता कि इनू ना ले जे चली मेरी रांझी अरे रांझी क्यों अरे अगर रांझे ने 12 साल वैंसे चलाई तूने भी तो 13 साल गोबर उठाया मेरी रांझी की हो गए हो क्या टुकड़ देख रही हो भांडे माजो देऊंगा कि चोटी के नीचे कानू नवे ब्याहे नूह नू मथे लाना चल पुत अंदर चल चल छेती चल कोई कंबे नहीं बेलड़ जी बह जाती है चलो पिछले बुए तो लंघते हैं तू कित्थे सी पुत मसा तंदूर च पाया कुड़िया की करता तू इन्ना औखा मैं तपाया लातियां सुखियां छिटियां हुन बल जुगी आग पकदी हो जुगी रोटी तू निर्मल नाल गल कर ली जदों सौदा करना होए ना बेबे सामने साई रख तो बंदा मना नहीं करता हुन आपा भी कुड़ी नूं रुपया दे के इहनां नाल गल करनी है मैं समझी नहीं जी तुसी मुंडे दी मां मां जी अच्छा ते पुत्त तू मैं जी मुंडे दी घर आली केड़े मुंडे दी घर आली जी दी आ मां है ता फिर हुन लब्बदे की फिरदे हो दूजी घर आली थोनू कोई इतराज ता नहीं जी 50 किल्लियां दा मालक नशे पत्ते तो रहता एक तू इन्नी चंगी ता सानू की इतराज होना कुड़े आलो फड़ो शगन दा रुपया ते गल करो पक्की पहला तुसी कुड़ी ता वेख लो नहीं नहीं कुड़ी क्यों वेखनी बेबे हाँ पुत एथे नहीं करना क्यों कुड़े कुड़ी तो बड़ी सोनी है यही तो पंगा बाली सोनी है बस एक बारी ब्याह हो जाए फिर आपा दोवां भैणां ने रल मिल के घर सांभ लेना ओ तो ठीक है भैणे पर बंदा किवें आ थोड़ा तो हंडाया वरत्या एक नंबर मेरे तो पूरे कहने च है फिर भैने थोड़ा जिहा तो कहने च बाहर कढ़ना ही पैना है ताही तो मेरे कहने च आऊगा मेरा कराला तो एक नंबर आ पूरा मेरे कहने च रहिंदा जिवें मैं कहनी हां उवें ही करदा ठीक है
तेनू तो पता ही है बथेरे डाक्टर बाबे धक्के खा ले निर्मल का दूजा व्याह कर रहे नी कुड़ी तो चंगी तरह वेख ली जे कुड़ी तो बहुत भोली है बाली साऊ नी ऐसे वहम च ना रवी पहला ही भोलिया होंगे ने मेरे पेकिया की गल सुन ला नी जमा तेरे वर्गा केस एडे चावा ने कुड़ी व्याह के लियादी आंदे घर वाले ने रल के ना अत पहली नु जहर देता सी तू ही ना डराई जा सारिया कुड़िया एको वर्गिया थोड़ा होंगे मैं तो भैन बना के रखूंगी नी तू पागल ना बन तू बगानी नु जो भैन बना के लियागी ओहो तू अपनी भैन ले आ किरना आहो नीजे अपनी मारूगी छावे ते सुटूगी क्यों बेबे हाँ पुत फर्क ता हुंदा ही है अपने ते बगाने च हाँ पर किरना क्यों मनूगी साड़ी ता पैना दी बांधी भी नहीं नाले छोटे हुंदे मैं उहदे गुड्डे भी खो लैंदी सी आगे टाइम फिर गुड्डा वापस करन दा नहीं अपनी साली लई निर्मल भी क्यों मनूगा पुत तू कोशिश ता कर नहीं इधर तर भी अपड़ाई आई है हाय एक तो काम ही नहीं निबड़ते थक जानी हाँ पहला तो जमाना सही सी ना कले कले राजे थी 300-300 रानियां सारे ने रल मिल के महल का सारा काम सांभ लेना राजे बेचारे धन सी जेडे 300-300 रानियां सांभ लेंदे अजकल बंदे तो एक नहीं सांभदे 300 शिदाई कर देन बंदे नु मैं थोनु तंग करती हूं तेरी थोड़ा गल की थी मैं राजे रानी की गल की थी नहीं डरो ना वैसे थोड़ी गल तो सही है 300 तो बहुत ज्यादा है बहुत तंग करती होनी है ना दो को ठीक ने जनानी भी खुश मंदे नु भी आ मंजिया दी बिछाण दी लोड़ नहीं मतलब तू समझे नहीं गुस्सा तो नहीं करूंगी देखो जी मैं जो गड्डी का एक टायर खराब हो जाता है किवें आप स्टेप नहीं ला के गड्डी जल्दी कर लेने समझ आई ये तो बैठी गल है ये तो गुस्सा करने की गल थोनू समझ नहीं आई जिवें छिटियां गिलियां हो किवें आप सुकियां छिटियां ला के अग बल्दी कर लेने तो रोटी पक जाती है हुण आई समझ तुसी मेरी छोटी भैन किन्ना नाल दूजा व्याह कर लो हुण आ गई समझ की बकवास करी जानी तेरा दिमाग लगा दिमाग क्यों तुहानू किरना सोहनी नहीं लगती यार उमरी साली आ मैं उहनू कदे उहनां दे नाल वेखे ही नहीं गा कोई गल नहीं हुण देख लो दूजी नजर नाल ओ कम कर अद्दा जाके देखो सरदार जी मेरी आ गल मान लो जे अपनी लैके आवांगी घटो घट मैं मार के छावे तो सिटूगी सरदारनी जी तुसी मेरी गल मनो तुसी मरन वाले बनो छावे तो मैं सिट दूंगा आ गई ना दिल वाली गल मूंह ते तुसी तो चाहनी है कि मैं फिकरा लेके मर जा ठीक कोई गल मर जानी मैं फिर ओए हुण किथे चली आ थोनू कि मैं किथे भी जावां तुसी तो नहीं मननी ना मेरी छोटी जी भी गल ये केड़े पासो छोटी गल है बहुत छोटी गल है यार भाभी ताडी जेद फड़ी बैठी है इंदे नाल व्याह करा ला ए ओही नहीं जिने तेरे व्याह च हरे जे रंग दा लहंगा पाया सी ओ बाल भी कक्के जे कराए हुए सी अड़गी सी कहंदी सी 500 रुपया लेना रिमन कटाई दा जवाब ता नहीं देता तू यार जवाब ही देना सी कमाल कर दे सालियां मेरी दिमाग खराब है तेरा शुक्र कर तेरे जवाक नहीं होया ऐदा दिया चीजा नक रगड़ रगड़ के नहीं मिलदिया मैंबरा यार कमाल करी जाने तुसी ओए मैंबरा मेला चार दिनां दा दुकाना दो कदी उधरो समान जा ले लिया कदी उधरो धार चक लिया ऐ सरी जाऊ तुसी
ਸਦਕੇ ਜਾਵਾਂ, ਸੁੱਖੀ ਸਾਂਦੀ ਧੀ ਆ ਗਈ ਮੇਰੀ। ਲਓ ਜੀ ਸਾਡਾ ਵੱਡਾ ਪ੍ਰਾਹੁਣਾ ਵੀ ਆ ਗਿਆ। ਓਹ ਆ ਜਾ ਆ ਜਾ ਪ੍ਰਾਹੁਣਿਆ। ਲੰਘਿਆ ਲੰਘਿਆ। ਅੱਜ ਤਾਂ ਸੋਚਿਆ ਸੀ ਕਿਰਨਾਂ ਦਾ ਰਿਸ਼ਤਾ ਪੱਕਾ ਕਰਕੇ ਫੇਰ ਹੀ ਖੁਸ਼ਖਬਰੀ ਦੇਵਾਂਗੇ। ਓ ਤੁਸੀਂ ਆ ਗਏ, ਚੰਗਾ ਕੀਤਾ, ਆ ਜਾਓ ਆ ਜਾਓ ਲੰਘਿਆ। ਓ ਜਵਾਕੋ ਲਿਓ ਫੁੱਫੜਾ ਕੇ ਤੁਹਾਡਾ ਕੁਰਸੀ ਲਿਆ ਕੇ ਰੱਖੋ ਇੱਥੇ। ਗੁਰਵਿੰਦਰ ਸਿੰਘ ਹੈ ਜੀ, ਕਾਕੇ ਦੇ ਪਿਓ, ਪਿੰਡ ਮਾਜਰਾ, 20 ਕਿੱਲੇ ਜ਼ਮੀਨ ਆਉਂਦੀ ਆ, ਚੰਗਾ ਪੜ੍ਹਿਆ ਲਿਖਿਆ। ਹਾਂ ਪੁੱਤ ਕਿਵੇਂ ਲੱਗਾ ਮੁੰਡਾ? ਹਾਂ ਹਾਂਜੀ ਵਧੀ ਵਧੀ। ਲੈ ਜੀ ਆ ਵੀ ਰੱਖ ਫੜ। ਇੱਕ ਮਿੰਟ ਸੁਣੋਗੇ ਜੀ, ਮਾੜਾ ਜਿਹਾ। ਕੀ ਗੱਲ ਹੋ ਗਈ? ਮੋਟਰ ਸਿਪਾ ਮੈਂ ਛੱਡ ਦੇਣਾ ਮੋਟਰ। ਨਾ 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 ਵੀਰੇ ਤੁਸੀਂ ਆ ਜਾਓ। ਮੈਂ ਇੱਕ ਮਿੰਟ ਬਈ, ਮੁੰਡਾ ਮੈਨੂੰ ਤਾਂ ਪਸੰਦ ਆ। ਅੱਛਾ ਅੱਛਾ ਮੈਂ ਮੋਟਰ ਚਲਾਵਾਂ? ਨਹੀਂ ਫਿਰ ਰਿਸ਼ਤਾ ਤੁੜਾਓ। ਤੇਰਾ ਭਲਾ ਹੋ ਜੇ, ਰਿਸ਼ਤਾ ਤੁੜਾਓ ਭੈਣਾ ਤੇਰੀ, ਚੰਗਾ ਭਲਾ ਰਿਸ਼ਤਾ, 20 ਕਿੱਲੇ ਜ਼ਮੀਨ ਆਉਂਦੀ ਮੁੰਡੇ ਨੂੰ। ਹਾਂ ਤਾਂ ਤੁਸੀਂ ਮਾੜੇ ਹੋ, ਤੁਹਾਨੂੰ ਵੀ 50 ਕਿੱਲੇ ਆਉਂਦੇ ਆ, ਉਹਦੇ ਹਿੱਸੇ 25 ਕਿੱਲੇ ਹੋਣਗੇ, ਰਾਣੀ ਬਣ ਕੇ ਰਹੋਗੀ ਰਾਣੀ। ਰੱਬ ਤੋਂ ਡਰ ਗਿਆ ਮਾੜਾ ਮੋਟਾ। ਲੈ ਰੱਬ ਨੇ ਤਾਂ ਭੇਜਿਆ ਸਾਨੂੰ ਇੱਥੇ, ਆਹੀ ਤਾਂ ਉਹਦਾ ਇਸ਼ਾਰਾ ਸੀ ਜੇ ਆਪਾਂ ਕੱਲ ਨੂੰ ਆਉਂਦੇ ਤਾਂ ਰਿਸ਼ਤਾ ਪੱਕਾ ਹੋਣਾ ਸੀ, ਇਸ਼ਾਰਾ ਸਮਝੋ ਸਰਦਾਰ ਜੀ, ਤੁਸੀਂ ਵੀ ਨਾ। ਫਿਰ ਕੀ ਕਰਾਂ ਮੈਂ? ਕੀ ਜਿਵੇਂ ਤੁੜਵਾਉਣਾ ਤੁੜਵਾਓ, ਮੈਨੂੰ ਨਹੀਂ ਪਤਾ, ਜੋ ਵੀ ਕਹਿਣਾ ਜਾ ਕੇ ਕਹੋ। ਕਿਰਨਾ ਪਤਾ ਨਹੀਂ ਵਿਚਾਰੀ ਕਿੰਨੀ ਖੁਸ਼ ਹੋਣੀ। ਕੋਈ ਖੁਸ਼ ਨਹੀਂ ਹੋਣੀ, ਪੜ੍ਹਾਈ ਦਾ ਸ਼ੌਕ ਆ ਉਹਨੂੰ, ਆਪਾਂ ਉਹਨੂੰ ਪੜ੍ਹਾਵਾਂਗੇ। ਪੜ੍ਹਾਈ ਕਿੱਥੇ ਪੜ੍ਹਾਉਂਦੇ ਹੁੰਦੇ, ਪੜ੍ਹਾ ਲਿਖਾ ਕੇ ਨਾ ਉਹਨੂੰ ਮੈਡਮ ਲਵਾਵਾਂਗੇ। ਹਾਏ ਰੱਬਾ ਤੂੰ ਤਾਂ ਮੇਰੀ ਭੈਣ ਦਾ ਭਲਾ ਹੀ ਕਰਦਾ। ਹਾਏ ਸੱਚੇ ਪਾਤਸ਼ਾਹ ਤੂੰ ਤਾਂ ਮੇਰੀ ਭੈਣ ਪਾਰ ਲਾਤੀ ਹੈ। ਚੀਚਾ ਜੀ ਸੋਹਣੀ ਲੱਗ ਰਹੀ ਹੈ, ਵਧੀਆ ਲੱਗਾ ਮੁੰਡਾ, ਸੋਹਣਾ ਨਾ? ਮੁੰਡਾ ਸੋਹਣਾ, ਮੁੰਡਾ ਸੋਹਣਾ ਹੈ, ਪਰ ਤੇਰੇ ਜਿੰਨਾ ਨਹੀਂ। ਲੈ ਆਪਣੇ ਜਿੰਨਾ ਸੋਹਣਾ ਲੱਭਣ ਲੱਗੀ ਨਾ, ਸਾਰੀ ਉਮਰ ਕੁਆਰੀ ਬੈਠੀ ਰਹੂੰਗੀ। ਲੈ ਉਮਰ ਨੇ ਤਾਂ ਕੋਈ ਬੁੱਢੀ ਹੋਣ ਲੱਗੀ, ਆਹੀ ਤਾਂ ਤੇਰੀ ਪੜ੍ਹਨ ਦੀ ਉਮਰ ਹੈ, ਪੜ੍ਹਾਈ 'ਚ ਧਿਆਨ ਦੇ। ਪੜ੍ਹਾਈ ਤੋਂ ਬੱਚਣ ਦੀ ਮਾਰੀ ਨੇ ਤਾਂ ਹਾਂ ਕੀਤੀ ਆ, ਮੈਂ ਤਾਂ ਕਹਿੰਦੀ ਪੇਪਰਾਂ ਤੋਂ ਪਹਿਲਾਂ ਪਹਿਲਾਂ ਕੰਮ ਨਿਬੜ ਜਾਂਦਾ, ਪਰਚੀਆਂ ਵੀ ਨਹੀਂ ਚੱਲਦੀਆਂ, ਫਲੈਂਕ ਬੜੀ ਪੈਂਦੀ ਆ। ਨਿਰਮਲ ਸਿਆ ਬੋਤਾ ਮੁੰਡੇ ਨੂੰ ਲੈ ਜਾ ਬਾਹਰ, ਖੇਤ ਬੰਨਾ ਵਗਾ ਲਿਆ। ਹਾਏ ਕਮਾ ਲਿਆ ਨਾ ਵਿਚਾਰੇ ਨੂੰ। ਅੱਖੀ ਵੇਖ ਲਿਆ ਹੁਣ ਤੁਸੀਂ, ਵਿਚਾਰੀ ਕਿੰਨੀ ਤਾਂ ਖੁਸ਼ ਆ। ਖੁਸ਼ ਆ? ਲੈ ਉਹ ਨਿਆਣੀ ਤਾਂ ਪੇਪਰਾਂ ਤੋਂ ਡਰਦੀ ਹਾਂ ਕਰੀ ਬੈਠੀ ਆ, ਮਚਾ ਲਓ ਉਹਨੂੰ। ਜੀ ਆ ਗਈਆਂ ਦਾ ਫਾਰਮ। ਹਾਂ ਉਹ ਮੰਨੇ ਨੇ ਪਾਇਆ ਸੀ ਪਰ ਫੇਲ ਹੋ ਗਿਆ, ਚੱਲਿਆ ਨਹੀਂ। ਤੇ ਆ ਜ਼ਮੀਨ ਜੀ, ਇਹ ਜਿਹੜੀ ਪੈਲੀ, ਇਹ ਮੇਰੇ ਵਿਆਹ ਦੇ ਗਹਿਣੇ ਆ, ਪਤਾ ਨਹੀਂ ਕਾਗਜ਼ ਲੈ ਕੇ ਨਹੀਂ ਹੈ ਜੀ। ਤੇ ਆ 2 ਕਿੱਲੇ ਹੁਣ ਕਿਰਨਾਂ ਦੇ ਵਿਆਹ ਨੂੰ ਰੱਖਣਗੇ, ਮਹਿੰਗਾਈ ਵੱਧ ਗਈ ਨਾ। ਕਿਰਨਾ ਜੀ ਦਾ ਸੁਭਾਅ ਕਿਵੇਂ ਹੈ ਜੀ? ਹੁਣੀ ਮਰੇ ਜੀ ਜੀ ਕਰਨ ਲੱਗ ਪਿਆ, ਮੈਨੂੰ ਵੀ ਮਰਵਾਉ ਹੈ ਸੁਭਾਅ ਦਾ। ਯਾਰ ਤੈਨੂੰ ਕੀ ਦੱਸਾਂ, ਬੜਾ ਮਲਾਪੜਾ ਸੁਭਾਅ। ਅੱਛਾ ਤੈਨੂੰ ਪਾਪ ਲੱਗੇਗਾ, ਪਾਪ ਦੇ ਵਤੰਦਰਾ ਸਾਰੇ ਘਰ ਦੀ ਰੌਣਕ ਹੀ ਲੈ ਚੱਲਾਂ ਯਾਰ, ਇਹਦੇ ਕਰਕੇ ਤੇ ਆਉਂਦੇ ਸਾਂ ਇੱਥੇ। ਹੁਣ ਵੀ ਜਦੋਂ ਕਣਕ ਬੀਜਣੀ ਤਾਂ ਤੁਹਾਡੇ ਕੋਲ, ਜਦੋਂ ਕਣਕ ਵੱਢਣੀ ਤਾਂ ਤੁਹਾਡੇ ਕੋਲ, ਸਾਡਾ ਯਾਰ ਜੀ ਨਹੀਂ ਲੱਗਣਾ ਇੱਥੇ, ਪਿੱਛੇ ਰਹਿ ਕੇ ਗਿਆ ਮਗਰ, ਚਵਲਾਂ ਦਾ ਟੱਬਰ ਹੈ ਸਾਰਾ। ਇਹ ਘਰ ਦੀ ਤੈਨੂੰ ਮੈਂ ਗੱਲ ਦੱਸਾਂ, ਚੱਲ ਛੱਡ ਪਰਾ, ਚੱਲ ਦੱਸ ਦੇਣਾ ਇਹ ਕਰੀ ਨਾ, ਅਸੀਂ ਸਾਰੇ ਨੇ ਕਿਤੇ ਵਿਆਹ ਗਏ ਹਾਂ ਤੇ ਕਿਰਨਾ ਕਹਿੰਦੀ ਚੀਜ਼ਾਂ ਮੈਂ ਚੁੰਡੀ ਵੱਢਣੀ ਵੱਢਣੀ ਆ, ਸਾਲੀ ਆ ਤੇ ਹਨੇਰੇ ਦਾ ਟਾਈਮ, ਚੂੰਡੀ ਵੱਢਣੀ ਤੇ ਮੂੰਹ ਤੇ ਹੀ ਉਹ ਕਿਤੇ, ਮੈਂ ਭੁਲੇਖੇ ਨਾਲ ਪਵਾਉਂਦੀ ਸੌਂ ਗਿਆ।
ਉਹ ਚੁੰਡੀ ਨਾ ਫਿਰ ਪੈਰ ਤੇ ਵੱਢ ਹੋ ਗਈ। ਕੰਜਰ ਦੇ ਸਤਿ ਸ੍ਰੀ ਅਕਾਲ ਬੁਲਾ ਕੇ ਵੀ ਨੀ ਗਏ, ਕੀ ਗੱਲ ਹੋ ਗਈ? ਰੋਟੀ ਵੀ ਨੀ ਖਾਧੀ? ਪ੍ਰਾਹੁਣਿਆ, ਮੁੰਡੇ ਨਾਲ ਕੋਈ ਗੱਲ ਹੋਈ ਸੀ? ਨਹੀਂ, ਗੱਲ ਤੇ ਕੋਈ ਨੀ ਹੋਈ। ਉਹਦੇ ਸਮਾਂ ਦੀ ਖੁਸ਼ੀ ਬੜਾ ਸੀ। ਹਾਂ, ਫਾਰੂ ਦੀ ਗੱਲ ਹੋਈ ਸੀ, ਮੈਂ ਵੀ ਮੰਨੇ ਵੀਰ ਨੇ ਪਾਇਆ ਸੀ, ਥੋੜਾ ਘਾਟਾ ਪੈ ਗਿਆ। ਤੂੰ ਜਮੇ ਘਾਟੇ ਪਾਉਣ ਲਈ। ਬਸ ਬਸ ਚੁੱਪ ਕਰ ਮੇਰੀ ਧੀ, ਉਹਨਾਂ ਦੀ ਕਿਸਮਤ ਤੇ ਮਾੜੀ ਸੀ। 20 ਕਿੱਲੇ ਆਉਂਦੇ ਸੀ ਮੁੰਡੇ ਨੂੰ। ਲੈ ਆਪਾਂ ਤੈਨੂੰ 25 ਕਿੱਲੇ ਵਾਲਾ ਦਵਾਵਾਂਗੇ ਕਿਰਨਾ। ਹਾਂ ਹਾਂ, 25 ਕਿੱਲੇ ਵਾਲਾ। ਕੱਲਾ ਕੱਲਾ ਮੁੰਡਾ ਸੀ, ਨਣਾਨ ਵੀ ਕੋਈ ਨੀ ਸੀ। ਉਹ ਫਿਕਰ ਨਾ ਕਰ ਪੁੱਤ, ਤੇਰੇ ਲਈ ਇਸ ਵਾਰ ਆਪਾਂ ਉਹ ਕਰ ਲੱਭਾਂਗੇ ਜਿੱਥੇ ਸੱਸ ਸਹੁਰਾ ਹੋਵੇ ਨਾ। ਉਹ ਸੱਸ ਸਹੁਰਾ ਕਿਉਂ ਬਾਪੂ? ਮੈਂ ਤਾਂ ਕਿਰਨਾ ਵਾਸਤੇ ਉਹ ਮੁੰਡਾ ਲੱਭੂ ਜਿਹਦੇ ਸੱਜਾ ਹੱਥੀ ਨਾ ਹੋਵੇ, ਲੱਪੜ ਵੀ ਨਾ ਮਾਰ ਸਕੇ। ਸਿਆਣੀ ਗੱਲ ਕਰੀ ਦੀ ਆ। ਮੈਂ ਨੀ ਦੇਣੇ ਐਰਕਾ ਪੇਪਰ ਉੱਪਰ ਬੇਬੇ। ਚੱਲ ਨਾ ਦਈ ਪੁੱਤ। ਲੈ ਆਪਾਂ ਤੈਨੂੰ ਮੈਡਮ ਲਵਾਵਾਂਗੇ। ਅੱਜ ਤਾਂ ਤੇਰੇ ਕੋ ਪੰਜਵੀਂ ਵੀ ਪਾਸ ਨਹੀਂ ਹੋਈ, ਹੋਮ ਸਾਇੰਸ ਪਤਾ ਕਿੰਨੀ ਔਖੀ ਹੁੰਦੀ ਆ। ਓਹੋ, ਆ ਕੁੜੀ ਵੀ ਨਾ ਬਸ। ਚੱਲ ਕੋਈ ਨਾ ਪੁੱਤ, ਤੈਨੂੰ ਪਤਾ ਤਾਂ ਹੈ ਕਹੀ ਜੀ। ਔਰ ਇਹ ਤਾਂ ਕਰ ਲੈਨੇ ਪਤਾ, ਸੁਸਾਇਟੀ ਤੋਂ ਪੁੱਛ ਲੈਨੇ ਆ। ਆਹ ਪੁੱਤ, ਹਾਂਜੀ, ਫੁੱਫੜ ਵਾਸਤੇ ਅੰਦਰੋਂ ਫੜ ਕੇ ਲਿਆ। ਓਹ ਪੁੱਜਿਆ ਲਿਆਉਣਾ, ਪਾਣੀ ਪੂਣੀ ਲਾ ਲੈ ਚੋਂ ਨਾ ਬੇਬੇ। ਹਾਂ ਪੁੱਤ, ਮੈਂ ਨਾ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ। ਕਰ। ਤੁਹਾਨੂੰ ਤਾਂ ਪਤਾ ਹੀ ਆ ਸਾਡੇ ਨਿਆਣਾ ਨਹੀਂ ਹੋ ਰਿਹਾ। ਹਾਂ ਤੀ, ਤੇ ਪਤਾ ਹੈ ਨਾ ਤੀ ਬੇਬੇ ਕੀ ਕਹਿੰਦੀ ਆ, ਕਿ ਮੂਲੀ ਤਾਂ ਪੱਤਿਆਂ ਨਾਲ ਹੀ ਸੋਹਣੀ ਲੱਗਦੀ ਆ, ਤੇ ਉਹ ਦੂਜੀ ਪੱਤਿਆਂ ਵਾਲੀ ਮੂਲੀ ਲਿਆਉਣ ਨੂੰ ਫਿਰਦੇ। ਹਾਏ ਮੈਂ ਮਰ ਗਈ। ਮੈਂ ਕਿਹਾ ਜੀ ਗੱਲ ਸੁਣੇ ਨੀ ਬੇਬੇ। ਬਾਪੂ ਕੀ ਗੱਲ ਹੋ ਗਈ? ਅੱਛਾ, ਮੈਨੂੰ ਵੀ ਮਾੜਾ ਮੋਟਾ ਕੋਈ ਕੰਜ ਦੱਸ ਦੋ, ਮੈਂ ਵੀ ਕਰ ਲਾਂ। ਅੱਛਾ ਕੋਈ ਨੀ, ਦੱਸਦੇ ਬਾਪੂ, ਜਾਨ ਨਾ ਦੇ ਇਹਨੂੰ। ਪ੍ਰਾਹੁਣਿਆ, ਸਾਨੂੰ ਤਾਂ ਤੇ ਉਮੀਦ ਨਹੀਂ ਸੀ, ਤੈਨੂੰ ਅਸੀਂ ਸਮਝਦਾਰ ਆਦਮੀ ਸਮਝਦੇ ਸੀ। ਪਿੰਡ ਦਾ ਮੈਂਬਰ ਹੈ ਤੂੰ, ਇਹਨੀ ਘਟੀਆ ਹਰਕਤ ਕਰੇਗਾ? ਨਾ ਜੇ ਤੁਹਾਡੇ ਘਰੇ ਧੀਆਂ ਭੈਣਾਂ ਨਹੀਂ, ਤਾਂ ਇਹਦਾ ਮਤਲਬ ਹੈ ਥੋੜੇ ਵੀ ਤੁਸੀਂ ਲੋਕਾਂ ਦੀਆਂ ਧੀਆਂ ਨਾਲ ਐਂ ਕਰੋਗੇ। ਮੈਨੂੰ ਗੱਲ ਤੇ ਦੱਸੋ, ਆ ਗਏ ਮੈਨੂੰ ਤੇ ਗੱਲ ਤੇ ਨਹੀਂ ਪਤਾ। ਖਰਜਾ ਮੈਂ ਦੱਸਦਾ ਤੈਨੂੰ ਗੱਲ ਕੀ ਹੋਈ ਆ। ਇੱਕ ਮਿੰਟ, ਕੀ ਕਹਿੰਦਾ ਸੀ? ਦੱਸ ਕੀ ਕਹਿੰਦਾ ਸੀ? ਮੈਂ ਤਾਂ ਬਸ ਆਹੀ ਕਹਿਣਾ ਕਿ ਤੁਸੀਂ ਦੂਜਾ ਵਿਆਹ ਕਰਾਉਣ ਨੂੰ ਫਿਰਦੇ ਹੋ। ਨਹੀਂ 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 ਨਹੀਂ, ਪੂਰੀ ਗੱਲ ਪੂਰੀ ਗੱਲ ਦੱਸ। ਪੂਰੀ ਗੱਲ ਆਏ ਆ, ਦੂਜਾ ਵਿਆਹ ਕਿਰਨਾ ਨਾਲ ਕਰਾਉਣ ਨੂੰ ਫਿਰਦੇ ਆ। ਅੱਛਾ, ਤੂੰ ਕਿਰਨਾ ਨਾਲ ਵਿਆਹ? ਨਹੀਂ ਨਹੀਂ ਨਹੀਂ, ਮੇਰੀ ਮਾਂ ਦੱਸ ਤਾਂ ਕੋਈ ਗੱਲ ਨਹੀਂ। ਇੱਕ ਮਿੰਟ, ਮੈਂ ਸਾਰੀ ਗੱਲ ਦੱਸੀ। ਇਹਨਾਂ ਨੇ ਮੈਨੂੰ ਕਿਹਾ ਫਿਕਰ ਨਾ ਕਰ, ਮੈਂ ਕਿਰਨਾ ਦਾ ਆਪੇ ਦਿਲ ਜਿੱਤ ਲੂੰਗਾ। ਅੱਛਾ, ਦਿਲ ਜਿੱਤ ਲੇਗਾ। ਤੂੰ ਕਿਰਨਾ ਦਾ ਹੈ? ਨਹੀਂ ਨਹੀਂ ਨਹੀਂ, ਪੂਰੀ ਗੱਲ ਦੱਸ, ਪੂਰਾ ਉਤੋਂ ਬਾਅਦ ਦੱਸਣੀ, ਪੂਰੀ ਗੱਲ ਦੱਸ। ਬੰਦੂਕ ਰੱਖੇ ਤੁਹਾਡੇ ਉੱਤੇ, ਮੈਨੂੰ ਡਰ ਲੱਗ ਰਿਹਾ, ਮੈਂ ਗੱਲ ਭੁੱਲ ਗਈ। ਇੱਕ ਮਿੰਟ, ਥੱਲੇ ਕਰ ਲੈ ਵੀਰ। ਵੇਖੋ, ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਕਿ ਸਾਡੇ ਨਿਆਣਾ ਨਹੀਂ ਹੋ ਰਿਹਾ। ਸਾਨੂੰ ਸੀ ਬੇਗਾਨੀ ਤੋਂ ਤੇ ਕਿਰਨਾ ਹੀ ਚੰਗੀ ਆ, ਤੇ ਸਾਡੇ ਸਾਰਿਆਂ ਤੋਂ ਤੇ ਕਿਰਨਾ ਨਹੀਂ ਸਮਝਦੀ, ਤਾਂ ਮੈਂ ਇਹਨਾਂ ਨੂੰ ਕਹਿਤਾ ਕਿ ਤੁਸੀਂ ਕਿਰਨਾ ਦਾ ਦਿਲ ਜਿੱਤ ਲਓ। ਅੱਛਾ, ਦਿਲ ਜਿੱਤੇਗਾ? ਚੱਲ ਬਾਈ, ਮੇਰਾ ਦਿਲ ਜਿੱਤ ਕੇ ਦਿਖਾ। ਚੱਲ ਬੰਦੇ ਆ ਜੀ। ਅੱਛਾ, ਕੁੜੀਆਂ ਦਾ ਦਿਲ ਜਿੱਦਾ ਤੂੰ ਬਾਪੂ, ਐ ਕਰ, ਤੇਰੀ ਨੂੰਹ ਦੀ ਚੁੰਨੀ ਲੈ ਕੇ ਆ। ਚੱਲ ਬਈ, ਜਿੱਦ ਦਿਲ ਉਹ ਤੂੰ ਉਮਰ ਦੇ ਹਿਸਾਬ ਨਾਲ ਮੇਰਾ ਬਣਦਾ ਨਹੀਂ। ਉਹ ਤੂੰ ਦਿਲ ਜਾਤਾ, ਦੇਖਦੇ ਕਿਵੇਂ ਜਿੱਦਾਂ ਦਿਲ ਲਾ ਵੀ ਜਿੱਦ ਦਿਲ। ਕੀ ਹੋ ਗਿਆ? ਠੀਕ ਹੋ ਗਿਆ, ਕੁਛ ਨੀ ਕੁਛ ਨੀ, ਪ੍ਰਾਹੁਣੇ ਦੇ ਲਾ ਕੇ ਚੁੱਕ ਪੈ ਗਈ ਸੀ। ਬੜੀਆਂ ਰੌਣਕਾਂ ਲਾਈਆਂ ਜੇ ਆਵਾਜ਼ਾਂ ਤੁਹਾਡੀਆਂ, ਉਹ ਬਾਹਰ ਤੱਕ ਸੁਣ ਰਹੀਆਂ। ਕੌਣ ਕਿਹਦਾ ਦਿਲ ਜਿੱਤ ਰਿਹਾ? ਤੇਰਾ ਜੀਜਾ ਦਿਲ ਜਿੱਤਣ ਨੂੰ ਫਿਰਦਾ ਸਾਡੇ। ਲੈ ਜੀਜਾ ਜੀ, ਬੰਦਿਆਂ ਦੇ ਦਿਲ ਜਿੱਤਣੇ ਕੋਈ ਔਖਾ ਕੰਮ? ਮੂਹਰੇ ਇੱਕ ਬੋਤਲ ਰੱਖੋ, ਦਿਲ ਜਿੱਤਿਆ ਜਾਂਦਾ। ਪ੍ਰਾਹੁਣਿਆ, ਤੂੰ ਸੱਚੀਓ ਸਾਡਾ ਦਿਲ ਜਿੱਤ ਲਿਆ। ਮਾਫ ਕਰੀ ਯਾਰ, ਐਵੇਂ ਹਰਕਤ ਜਾ ਕੇ ਤੇਰੇ ਤੇ ਬੰਦੂਕੜੀ ਜੀ ਤਾਣ ਬੈਠਾ। ਕੀਤਾ, ਮਾਫ ਕੀਤਾ। ਚੱਲ ਕੋਈ ਨੀ, ਇਹ ਵੀ ਤੇ ਸਾਡੇ ਪੁੱਤਾਂ ਵਰਗਾ ਹੀ ਆ। ਜਿਵੇਂ ਮੇਰੀ ਵੱਡੀ ਧੀ ਆ, ਉਵੇਂ ਮੈਨੂੰ ਮੇਰੀ ਛੋਟੀ ਧੀ ਬਹੁਤ ਪਿਆਰੀ। ਜੇ ਉਹ ਖੁਸ਼ੀ ਖੁਸ਼ੀ ਤੁਹਾਡੇ ਨਾਲ ਜਾਣਾ ਚਾਹੇ
ते जी सदके जावे जरूर जावे ते जे ओ खुशी खुशी ना जाना जावे जी सदके ना जावे ये भी ठीक है ओ दी खुशी ची साड़ी खुशी आ बापूजी जे असी दोवे जी मिल के ओदा दिल जीत लिए खुशी खुशी हां कराइए फिर करा लो साड़ी मांग रहे हैं तुसी दिल जीत लो तां वे ठीक है पहला तुसी दिल जीत लो जे थोड़े तो ना जीत्या गया फिर मैं जीत लूंगी जे मेरे तो भी ना जीत्या गया फिर तुसी जीत लो पेग फड़ो पेग मोटा आ भी खा लो सोटी नहीं मारी वो भी हाथ तो गया है बस एनी कसर छड़ती किसी ने मुंह तो नहीं थप्पड़ मारिया की हो गया वो कुछ नहीं कल परौना कुटिया गया पिंड दा की करदा है आश की करदा सी मेरी साली आ वो भी साली पिछे ही सी ਤੁਸੀਂ ਇੱਥੇ ਕਰਦੇ ਹੋ ਜੀਜਾ ਜੀ ਮੈਂ ਬੱਤਾ ਪੀਣਾ ਹੈ ਤੁਸੀਂ ਪੀਣਾ ਹਾਂ ਪੀਣਾ ਤਾਂ ਹੈ ਪਰ ਇੱਕ ਨਾਲ ਨਹੀਂ ਸਰਨਾ ਅੰਦਰ ਮੇਰੀਆਂ ਬਥੇਰੀਆਂ ਸਹੇਲੀਆਂ ਬੈਠੀਆਂ ਸਾਰੇ ਲਈ ਲੈਵਾਂ ਹਾਂ ਸਾਰਿਆਂ ਲਈ ਲੈ ਆਓ ਤੁਹਾਡਾ ਕਿੰਨਾ ਵਧੀਆ ਨਾ ਅਸਲਾਈ ਕਢਾਈ ਦੇ ਬਹਾਨੇ ਰੋਜ਼ ਇਕੱਠੀਆਂ ਹੋ ਜਾਂਦੀਆਂ ਜੀ ਪੜ੍ਹਦੀਆਂ ਵੀ ਜੀ ਤੁਸੀਂ ਹਾਂ ਸਾਰੀਆਂ ਨਾਲ ਲੈਕਾਂ ਮੇਰੇ ਨਾਲ ਹੀ ਨੇ ਵੈਸੇ ਗੱਲ ਕਹਾਂ ਜੀਜਾ ਜੀ ਬੁਰਾ ਤੇ ਨਹੀਂ ਮੰਨੋਗੇ ਤੁਸੀਂ ਪਤਾ ਨਹੀਂ ਕਿੱਥੇ ਫਸ ਗਏ ਅਸੀਂ ਬੋਦੀ ਸਾਡੇ ਪਿੰਡ 'ਚ ਕਿਸੇ ਨਾਲ ਨਹੀਂ ਬਣਦੀ ਤੇ ਸਾਡੇ ਸਾਰਿਆਂ ਨਾਲ ਵੀ ਲੜੀ ਹੋਈ ਆ ਸੁਣ ਲਓ ਤਰੀਫਾਂ ਮੇਰੀ ਭੈਣ ਦੀਆਂ ਜੇ ਕਿਤੇ ਮੇਰੇ ਜੀਜਾ ਜੀ ਦਾ ਵਿਆਹ ਨਾ ਹੋਇਆ ਹੁੰਦਾ ਜਿਹੜੀ ਕੁੜੀ ਤੇ ਹੱਥ ਧਰ ਦੇਣਾ ਮੈਂ ਉੱਥੇ ਵਿਆਹ ਕਰਾ ਦੇਣਾ ਸੀ ਛੱਡ ਕਮਲੀਏ ਹੁਣ ਤੇ ਹੋ ਗਿਆ ਹਾਏ ਨੀ ਤੇਰੇ ਜੀਜੇ ਨੇ ਤਾਂ ਤੇਰੇ ਤੇ ਹੱਥ ਧਰਤਾ ਤੈਨੂੰ ਦੱਸਾਂ सब तो पहले तेन मैं दसा तेरी को पिंड च बहुत इज्जत नहीं गी शुक्र कर तेरा वेले सिर विआह हो गया नहीं तो इन्हें तेरा हून नहीं सी देना मैनू पता है जेडे कमले भेजा सी ओदे बारे दस तू अज सहेलियां मिले सी मैं पत्ते पे अच्छा किन्ने लग गए ओ दिन मैं खाता खुलाता हुण मैं बाद च वेखूंगा चलो बाते काटे ते नहीं सोची था ओ मैं समोसे भी खवाए पकौड़े थोड़े जे ना खर्चा 20-25 रुपये लगे शुक्र कर तू घर का काम तां बचा रह जांदा नहीं तो बाहर अंदर हो तो रोज इन्ने लगते सच्ची हाँ हाशक ताई तो घाटे च रहिंदे बेचारे अच्छा चलो फिर की होया फिर ਮੈਨੂੰ ਆਉਂਦੀ ਵੀ ਜਿੱਥੇ ਇੱਥੇ ਤੁਸੀਂ ਕਿੱਥੇ ਫਸ ਗਏ ਜਿਹਨੇ ਤੁਸੀਂ ਸੁਣ ਜੇ ਤੁਸੀਂ ਤਾਂ ਅੱਖਾਂ ਮੀਚ ਕੇ ਕਿਸੇ ਦੇ ਮੋਢੇ 'ਤੇ ਹੱਥ ਧਰ ਦਿੰਦੇ ਉਹਨੇ ਹਾਂ ਕਰ ਦੇਣੀ ਸੀ ਮੇਰਾ ਇਹਦੇ ਭੁਲੇਖੇ ਨਾਲ ਇਹਦੇ ਮੋਢੇ 'ਤੇ ਹੱਥ ਰੱਖੋ ਗਿਆ ਮੈਂ ਕਿਹਾ ਸੀ ਮੋਢੇ 'ਤੇ ਹੱਥ ਰੱਖਣ ਲਈ ਨਹੀਂ ਮੈਂ ਕਿਹਾ ਸੀ ਮੋਢੇ 'ਤੇ ਹੱਥ ਰੱਖਣ ਲਈ ਨਹੀਂ ਫਿਰ ਕਿਉਂ ਰੱਖਿਆ ਜਿੰਨਾ ਕਿਹਾ ਜਾਏ ਨਾ ਓਨਾ ਹੀ ਕਰੀਦਾ ਬਹੁਤੀ ਲੋੜ ਨਹੀਂ ਮੋਟਿਆਂ ਮੋਟਿਆਂ 'ਤੇ ਹੱਥ ਹੁੱਥ ਰੱਖਣ ਦੀ ਬੰਦੇ ਨੇ ਕੋਈ ਮਾੜਾ ਮੋਟਾ ਆਪਦਾ ਵੀ ਹਿਸਾਬ ਲਾਉਣਾ ਹੁੰਦਾ ਕਿਉਂ ਲਾਉਣਾ ਹੁੰਦਾ ਜਿੰਨਾ ਕਿਹਾ ਜਾਂਦਾ ਨਾ ਓਨਾ ਹੀ ਕਰੀਦਾ ਮੈਂ ਪਤਾ ਕਿੰਨਾ ਦਿਲ ਤੇ ਪੱਥਰ ਰੱਖ ਕੇ ਤੁਹਾਨੂੰ ਭੇਜਦੀ ਆ ਤੇ ਪਰ ਨਾ ਭੇਜ ਮੈਂ ਕਿਆ ਭੇਜਣ ਨੂੰ ਨਾ ਭੇਜਿਆ ਕਰ ਮਤਲਬ ਮੈਂ ਕਿਹੜਾ ਆਪਦੇ ਲਈ ਕਰ ਰਹੀ ਆ ਸਾਡੇ ਦੋਵਾਂ ਲਈ ਕਰ ਰਹੀ ਆ ਘਰ ਦੇ ਲਈ ਕਰ ਰਹੀ ਆ ਤਾਂ ਮੈਂ ਤਾਂ ਨਹੀਂ ਹੁੰਦਾ ਫਿਰ ਮੈਂ ਤੇ ਮਾੜਾ ਮੋਟਾ ਆਪਦੇ ਕੋਲੋਂ ਕਰੂੰਗਾ ਸਿੱਧੀ ਤੈਨੂੰ ਮੈਂ ਗੱਲ ਦੱਸਾਂ ਪਰ ਮੇਰੇ ਜੀਜਾ ਜੀ ਕੀ ਕਹਿੰਦੀ ਇਹ ਕੁਝ ਨਹੀਂ
मेरी गल सुन ला भैने, खबरदार जे साडे जीजा जी नूं कुछ क्या, अपने पिंड जो मर्जी करो, इत्थे नहीं लड़ना। इन्ने चंगे साडे जीजा जी ने। चंगे चंगे कोई नहीं, तैनूं नहीं पता इन्हां दे बारे। ओ मैनूं इन्हां दा वी पता, तेरा वी चंगी तरह पता। जीजा जी सही गल कहिंदे सी तुसीं इहदे बारे। की कहिंदे सी, की कहिंदे सी मेरे बारे? कोई नहीं, बस सुभा जी दी गल करदे। मेरे नाल वादे दा सुभा कौन जानदा। छड्डो जीजा जी, चलो आपां चित्रार वेखदे आं। की हो गया? हवा निकल गई टायर दी। ओ मैं छड़ देना, आ जा। कुल्फी खाती सी। दारू वाली कुल्फी। सुपर कुल्फी आ। शक नहीं करी था सीपा। ओ किरने गाल सुन मुके। कुड़ी नाल सीधी गल करो भाई। ए ना होवे कल नूं जीजा दिल दुल जी जित के लंघ जे ते व्याह करा भी ना। अज तक की कहना, पर जेड़ा इह मिर्जा बणिया फिरदा ना, पिंड च कोई होर ही ना वड़ जे। मैं थानू किरना दा दिल जितन नहीं भेजा सी, आप तो हारन लई नहीं। कमली इश्क च जित हार चलती रहिंदी आ, नाले अज हारांगे ताहीं ते कल नूं जितांगे। चुप कर, कल नूं कितें जान जूण दी लोड़ नहीं। ਅਸੀਂ ਕੱਲ੍ਹ ਸਿੱਧਾ ਕਿਰਨਾ ਨਾਲ ਗੱਲ ਕਰ ਲਾਂਗੇ। ਉਹ ਕਮਲੀਏ ਹੁਣ ਤੇ ਕੰਮ ਸਾਰਾ ਬਣਿਆ ਪਿਆ, ਐਵੇਂ ਖੇਡ ਨਾ ਖਰਾਬ ਕਰਦੀ। ਉਹਨੇ ਤੇ ਆਪ ਆ ਕੇ ਹਾਂ ਕਰਨੀ ਆ, ਇਸ਼ਕ ਦੀ ਇੰਤਹਾ ਹੋ ਗਈ। ਕਿਤੇ ਜਾਣ ਦੀ ਲੋੜ ਨੀ, ਪੈ ਜਾ। ਸੀਬੋ ਸਵੇਰੇ ਜਾਣਾ ਬੜਾ ਜ਼ਰੂਰੀ ਆ, ਉਹਨਾਂ ਕਰੋਸ਼ੀਆ ਨਾਲ ਚਿੜੀਆਂ ਦੇ ਚੁੰਝਾਂ ਦੇ ਕੰਮ ਚੱਲ ਰਹੇ, ਚੁੰਝਾਂ ਦੇ। ਜ਼ਿਆਦਾ ਚੁੰਝਾਂ ਨਾਲ ਲੜਾ, ਮੇਰੇ ਤੋਂ ਠੁੰਗ ਨਾ ਮਰਵਾ। ਮੈਂ ਆਪ ਸਵੇਰੇ ਸਭ ਕੁਛ ਸਹੀ ਕਰ ਲੂੰਗੀ। ਆਪ ਅਭੀ ਮਾਸਾ ਮੱਖਣ ਤੇ ਪਾ ਦੇ, ਹੋਰ ਪਾ ਦੇ ਮਾੜਾ ਜਿਹਾ। ਕਿਰਨਾ ਪੁੱਤ ਗੱਲ ਸੁਣੀ। ਆ ਜਾ ਇੱਥੇ ਮੇਰਾ ਪੁੱਤ। ਬੈਠ। ਪੁੱਤ ਕਿਰਨੇ, ਤੈਨੂੰ ਤਾਂ ਪਤਾ ਹੀ ਹੈ ਤੇਰੀ ਭੈਣ ਦੇ ਨਿਆਣਾ ਨਹੀਂ ਹੁੰਦਾ ਪੁੱਤ। ਇਹਦੇ ਸਹੁਰੇ ਤੇਰੇ ਜੀਜੇ ਦਾ ਦੂਜਾ ਵਿਆਹ ਕਰਨ ਨੂੰ ਫਿਰਦੇ ਨੇ। ਮੰਨ ਗਈ? ਹੋਰ ਵਿਚਾਰੀ ਮੰਨਦੀ ਨਾ ਤਾਂ ਹੋਰ ਕੀ ਕਰਦੀ। ਇਹਨੂੰ ਤਾਂ ਵਿਚਾਰੀ ਨੂੰ ਇਹੀ ਡਰ ਵੱਡ ਵੱਡ ਖਾਈ ਜਾਂਦਾ ਵੀ ਬਗਾਨੀ ਨਾਲ ਕਿਵੇਂ ਕੱਟੂਗੀ। ਅਗਲੀ ਨੂੰ ਡਰਨਾ ਚਾਹੀਦਾ ਬਗਾਨੀ ਨੂੰ, ਇਹ ਬੜੀ ਮੀਸਣੀ ਹੈ ਤੇਰੀ ਕੁੜੀ ਬੇਬੇ। ਪੁੱਤ ਕਿਰਨਾ, ਤੂੰ ਤੇ ਤੇਰਾ ਜੀਜਾ ਨਾ ਮੈਨੂੰ ਹੱਸਦੇ ਖੇਡਦੇ ਬਾਹਲਾ ਹੀ ਸੋਹਣੇ ਲੱਗਦੇ, ਬਾਹਲਾ ਹੀ ਉਹ ਕਰਦਾ ਚੰਦਰਾ ਤੇਰਾ। ਕੁੜੇ ਤੇਰਾ ਨਾ ਵਿਆਹ ਕਰਦੀ ਹੈ ਤੇਰੇ ਜੀਜੇ ਨਾਲ। ਬੇਬੇ ਸਿਰ ਸਿਰ ਮਜ਼ਾਕ ਨਾ ਕਰ ਮੇਰੇ ਨਾਲ। ਨਾ ਪੁੱਤ, ਮੈਂ ਕਾਹਨੂੰ ਮਜ਼ਾਕ ਕਰਨਾ, ਮਜ਼ਾਕ ਤਾਂ ਰੱਬ ਕਰੀ ਜਾਂਦਾ ਸਾਡੇ ਨਾਲ। ਸੰਗ ਗਈ ਕੁੜੀ, ਮਾੜਾ ਜਿਹਾ ਪਹਿਲੇ ਗੁੱਸਾ ਕੀਤਾ ਸੀ, ਹੁਣ ਲੱਗਦਾ ਸੰਗਦੀ ਹੈ। ਸ਼ਰਮ ਕਰ ਲਓ ਸ਼ਰਮ, ਸੰਗਦੀ ਨੀ ਪਈ। ਤੁਹਾਡਾ ਦਿਮਾਗ ਦਮੁਕ ਤੇ ਨਹੀਂ ਹਿੱਲ ਗਿਆ? ਮੈਂ ਆਪਣੇ ਜੀਜੇ ਨਾਲ ਵਿਆਹ ਕਰ ਲਾ, ਇਹ ਮੈਂ ਸੋਚ ਵੀ ਨਹੀਂ ਸਕਦੀ। ਤੂੰ ਸਿਖਾਇਆ ਨਾ ਬੇਬੇ ਨੂੰ ਸਾਰਾ ਕੁਛ, ਤੂੰ ਲੜਾਉਣੀ ਫਿਰਦੀਆਂ ਨਾ ਸਕੀਮਾਂ, ਤਾਹੀਓ ਮੁੜ ਮੁੜ ਆਉਂਦੀ ਇੱਥੇ। ਲੈ ਬੇਬੇ, ਤੂੰ ਮੈਨੂੰ ਦੱਸਿਆ ਹੀ ਨਹੀਂ, ਆਹ ਕਿਹੜੀ ਗੱਲ ਹੋਈ ਕਰਨ ਵਾਲੀ? ਮੈਂ ਤੈਨੂੰ ਦੱਸਿਆ ਹੀ ਨਹੀਂ? ਨਾ ਫਿਰ ਮੈਂ ਨਾ ਕੱਲੀ ਹੋ ਸੋਚ ਗਈ ਸਾਰਾ ਕੁਛ। ਓਹੋ, ਜੇ ਬੇਬੇ ਤੂੰ ਮੇਰੀ ਮਾਂ ਨਾਲ ਹੁੰਦੀ, ਤੇਰੀ ਮੈਂ ਅਸੀਂ ਮਾਪ। ਪੁੱਤ ਗੱਲ ਤਾਂ ਸੁਣ, ਕਿਰਨੇ ਇੱਕ ਗੱਲ ਦੱਸ, ਜੀਜਾ ਜੀ ਨੂੰ ਪਤਾ ਇਸ ਬਾਰੇ? ਤੂੰ ਕਿਤੇ ਤਾਈਆਂ ਤਾਂ ਨਹੀਂ ਸਾਨੂੰ ਇਕੱਠਿਆਂ ਨੂੰ ਭੇਜਦੀ? ਉਹ ਤਾਂ ਵਿਚਾਰੇ ਬਹੁਤ ਭੋਲੇ ਨੇ, ਉਹਨਾਂ ਨੂੰ ਤਾਂ ਮੈਨੂੰ ਲੱਗਦਾ ਕੋਈ ਲੁਕੜਮੀ ਚ ਤਾਂ ਤੁਸੀਂ ਖੇਡ ਰਹੇ ਹੋ ਸਾਰਾ ਟੱਬਰ ਮੇਰੇ ਨਾਲ ਰਲ ਕੇ। ਫੜੇਗਾ, ਚੱਲ ਕਿਰਨਾ ਆਪਾਂ ਚੱਲੀਏ ਤੇਰੀ ਕਲਾਸ ਆ ਕਰੋਸ਼ੀਏ ਦੀ। ਲੇਟ ਹੋ ਗਏ, ਦੂਜੀ ਕੁੜੀ ਅੱਗੇ ਲੰਘ ਜਾਣਗੀਆਂ। ਹੈਂ ਤੇਰਾ ਭਲਾ ਹੋ ਜਾ, ਰੋਟੀ ਤਾਂ ਸਾਰੀ ਰਹਿੰਦੀ ਖਾਣ ਵਾਲੀ। ਚਲੋ ਵੰਡ ਕੇ ਖਾ ਲੈਂਦੇ ਹਾਂ, ਪਿਆਰ ਵੱਧਦਾ ਹੈ ਕਿ ਨਹੀਂ? ਲੈ ਖਾ ਖਾ ਖਾ।
ਖਾ ਦੀ ਵੋ ਓਏ ਲੈ ਖਾ ਓ ਖਾ ਲਾ ਮੰਮੀ ਕੁਛ ਨਹੀਂ ਦਾ ਖਾ ਲੈ ਹੁਣ ਵਾਰੀ ਟੱਬਰ ਦੇ ਮੇਨ ਬੰਦੇ ਦੀ ਨਹੀਂ ਜੀਜਾ ਜੀ ਓ ਤੂੰ ਟੱਬਰ ਚ ਨਹੀਂ ਆਉਂਦੀ ਓ ਤੂੰ ਮੇਨ ਆ ਸਾਰਿਆਂ ਚੋਂ ਹੈ ਕਿ ਨਹੀਂ ਲੈ ਫੜ ਖਾ 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 ਮੇਰੇ ਪੁੱਤ ਲੈ ਦੱਸ ਓ ਕਾਲ ਪੁਰਖ ਇੰਜ ਕਿਰਪਾ ਕਰੇ ਆਪਾਂ ਸਾਂਝੇ ਇੱਕ ਦੂਜੇ ਦੇ ਮੂੰਹ ਚ ਬੁਰਕੀਆਂ ਪਾਉਂਦੇ ਰਹੀਏ ਬੁਰਕੀਆਂ ਖੋਈਏ ਨਾ ਚੱਲ ਕਰਨਾ ਚੱਲੀਏ ਲੇਟ ਹੁੰਦਾ ਅੱਜ ਮੋਟਰਸਾਈਕਲ ਭਜਾ ਕੇ ਲੈ ਕੇ ਜਾਣਾ ਚੱਲ ਚੱਲੀਏ ਅੱਜ ਥੋੜਾ ਜਿਹਾ ਧਿਆਨ ਰੱਖਣਾ ਪਿੱਛੋਂ ਆਵਾਜ਼ ਨਹੀਂ ਮਾਰੀ ਦਿੰਦੀ ਆਪਣੇ ਆਪਣਾ ਕੰਮ ਰਹਿ ਜਾਂਦਾ ਜੀਜਾ ਜੀ ਹਾਂਜੀ ਮਾੜਾ ਹੀ ਮੋਟਰਸਾਈਕਲ ਰੁਕਿਆ ਜ਼ਰੂਰੀ ਗੱਲ ਕਰਨੀ ਹੈ ਚੱਲਦੇ ਚੱਲਦੇ ਚ ਕਰ ਲਓ ਏਡੀ ਕਿਹੜੀ ਜ਼ਰੂਰੀ ਗੱਲ ਜਿਹੜੀ ਚੱਲਦੇ ਚ ਨਹੀਂ ਹੁੰਦੀ ਬਹੁਤ ਜ਼ਰੂਰੀ ਗੱਲ ਆ ਰੋਕਿਓ ਇੱਕ ਮਿੰਟ ਰੋਕ ਲੈਨੇ ਰੋਕਣ ਵਾਲੀ ਕਿਹੜੀ ਗੱਲ ਰੋਕ ਲੈਨੇ ਇਹ ਕਿੱਡੀ ਗੱਲ ਹੋ ਗਈ ਲਓ ਜੀ ਜੀ ਫਰਮਾਏ ਤੁਹਾਨੂੰ ਪਤਾ ਵੀ ਘਰੇ ਵਿਆਹ ਦੀ ਗੱਲ ਚੱਲਦੀ ਪਈ ਜਾਉਣ ਜੋਗੀ ਹੈ ਵਿਆਹਣ ਜੋਗੀ ਹੋ ਗਈ ਆ ਘਰ ਕੀ ਘਰ ਘਰ ਵਿਆਹ ਦੀਆਂ ਗੱਲਾਂ ਹੋਣਗੀਆਂ ਹਾਂ ਜਿਹੜੀਆਂ ਗੱਲਾਂ ਇਹ ਕਰ ਰਹੇ ਆ ਨਾ ਘਰ ਘਰ ਹੀ ਗੱਲਾਂ ਹੋਣਗੀਆਂ ਆਪਣੇ ਵਿਆਹ ਦੀ ਗੱਲ ਚੱਲ ਰਹੀ ਹੈ ਅੱਛਾ ਹੁਣ ਫਿਰ ਕੀ ਨਾ ਮੈਨੂੰ ਇੱਕ ਗੱਲ ਦੱਸੋ ਵੀ ਬੰਦਾ ਚੰਗਾ ਲੱਗਦਾ ਇਹੋ ਜਿਹੀਆਂ ਗੱਲਾਂ ਕਰਦਾ ਨਹੀਂ ਇਹ ਥੋੜਾ ਕੁ ਖਾਲੀ ਕਰਨ ਵਾਲੀ ਅੱਛਾ ਤਾਂ ਹੀ ਆਪਾਂ ਨੂੰ ਦੋਵਾਂ ਨੂੰ ਇਕੱਠਿਆਂ ਘੱਲ ਦਿੰਦੇ ਜਿੱਥੇ ਜਾਣਾ ਹੈ ਤੇ ਹੋਰ ਵੀ ਦਰੀਆਂ ਲੈਣ ਜਾਣਾ ਉੱਥੇ ਮੇਰਾ ਕੀ ਕੰਮ ਉਹੀ ਤੇ ਜਦੋਂ ਸਕੂਟਰ 'ਚ ਮੰਗਲੈਲ ਪਾਉਣ ਜਾਣਾ ਉੱਥੇ ਤੇਰਾ ਕੀ ਕੰਮ ਹਾਂ ਪੱਗ ਵੀ ਫਿਰ ਮੈਨੂੰ ਤਾਂ ਹੀ ਰਲਾ ਕੇ ਦਿੱਤੀ ਤੇਰੀ ਚੁੰਨੀ ਨਾਲ ਯਾਰ ਇਹ ਤੇ ਚੰਗਾ ਭਲਾ ਜੀਜੇ ਸਾਲੀ ਦੇ ਰਿਸ਼ਤੇ ਨੂੰ ਲੋਕਾਂ ਸਾਹਮਣੇ ਜੋੜੀ ਬਣਾਈ ਜਾਂਦੇ ਆ ਤੁਹਾਨੂੰ ਸੱਚੀ ਨਹੀਂ ਪਤਾ ਸੀ ਇਸ ਗੱਲ ਦਾ ਨਾ ਮਤਲਬ ਤੁਹਾਡੇ ਸਾਹਮਣੇ ਕਦੀ ਗੱਲ ਵੀ ਨਹੀਂ ਹੋਈ ਮਤਲਬ ਗੱਲ ਹੋਈ ਹੋਣੀ ਕੋਈ ਪਿੱਠ ਪਿੱਛੇ ਜਿਵੇਂ ਤੈਨੂੰ ਪਤਾ ਵੀ ਸਾਡੇ ਨਿਆਣਾ ਨਹੀਂ ਹੋ ਜਾਂਦਾ ਤੇ ਤੇਰੀ ਭੈਣ ਨੂੰ ਆਦਤ ਆ ਥਾਂ ਥਾਂ ਵਿਆਹ ਦੀ ਗੱਲ ਕਰਨ ਦੀ ਉਹਨੇ ਕਿਤੇ ਕੀਤਾ ਹੋਣਾ ਤੇਰਾ ਵੀ ਜ਼ਿਕਰ ਬਸ ਲੱਗ ਗਿਆ ਮੈਨੂੰ ਪਤਾ ਜੀਜਾ ਜੀ ਆ ਨਾ ਸਭ ਕਰਿਆ ਤੇਰੇ ਮੇਰੀ ਭੈਣ ਦਾ ਹੀ ਹੈ ਉਹਨੂੰ ਭਲਾ ਮੈਂ ਜਾਣਦੀ ਨਹੀਂ ਉਹਨੇ ਤੁਹਾਨੂੰ ਕਿਹਾ ਹੋਣਾ ਵੀ ਆਪਣਾ ਤਾਂ ਜਵਾਕ ਨਹੀਂ ਹੁੰਦਾ ਵੀ ਤੂੰ ਕਿਰਨਾ ਨਾਲ ਵਿਆਹ ਕਰ ਲਾ ਤੇ ਤੁਸੀਂ ਮੈਨੂੰ ਪਤਾ ਕੀ ਕਿਹਾ ਹੋਣਾ ਤੁਸੀਂ ਕਿਹਾ ਹੋਣਾ ਕਿ ਉਹ ਤਾਂ ਮੇਰੀ ਸਾਲੀ ਹੈ ਤੇ ਮੈਂ ਆਪਣੀ ਸਾਲੀ ਨੂੰ ਇਸ ਨਜ਼ਰ ਨਾਲ ਥੋੜੀ ਵੇਖਦਾ ਹਾਂ ਬਿਲਕੁਲ ਇਹੋ ਕਹਿਣਾ ਸੀ ਮੈਂ ਇਹੋ ਆਖਿਆ ਪਰ ਤੂੰ ਫਿਕਰ ਨਾ ਕਰ ਤੇਰਾ ਜੀਜਾ ਤੇਰੀ ਨਜ਼ਰ ਨਹੀਂ ਡਿੱਗਦਾ ਨਹੀਂ ਹਾਂ ਠੋਕ ਕੇ ਜਵਾਬ ਦੇਊਂਗਾ ਨਾ ਤੇਰੇ ਘਰਦਿਆਂ ਨੂੰ ਤੇਰਾ 2-4 ਸਾਲ ਵਿਆਹ ਕਰਨ ਬਾਰੇ ਨਹੀਂ ਸੋਚਣਗੇ ਉਹ ਹਾਂ ਜੀਜਾ ਜੀ ਮੈਂ ਇੰਨੀ ਮਾੜੀ ਹਾਂ ਠੋਕ ਕੇ ਕਿਉਂ ਆਰਾਮ ਨਾਲ ਵੀ ਤਾਂ ਜਵਾਬ ਦੇ ਸਕਦੇ ਹੋ ਮੈਂ ਤੇ ਫਿਰ ਜਵਾਬ ਦੇਊਂਗਾ ਮੈਂ ਤਾਂ ਠੋਕ ਕੇ ਦੇਊਂਗਾ ਜੇ ਰਾਮ ਰੂਮ ਨਾਲ ਜਵਾਬ ਦੇਣਾ ਫਿਰ ਆਪੇ ਦੇ ਲਾ ਮੈਂ ਠੋਕ ਕੇ ਜਵਾਬ ਦੇਊਂਗਾ ਰਾਮ ਰੂਮ ਨਾਲ ਤੇ ਫਿਰ ਮੈਂ ਵੀ ਨਹੀਂ ਮੈਂ ਵੀ ਠੋਕ ਕੇ ਜਵਾਬ ਦਊਂਗਾ ਹੁਣ ਤੂੰ ਦੇ ਲਈ ਜਵਾਬ ਮੈਨੂੰ ਕੋਈ ਫਰਕ ਨਹੀਂ ਪੈਂਦਾ ਚਲੀ ਆਪੇ ਤੁਸੀਂ ਇੱਕ ਵਾਰੀ ਤਾਂ ਗੱਲ ਕਰੋ ਘਰੇ ਚੱਲ ਫਿਰ ਜਿਹਨੂੰ ਪਹਿਲਾਂ ਜਵਾਬ ਆ ਗਿਆ ਉਹ ਦੇ ਦਿਓ ਦੇਖੋ ਐਡੀ ਜ਼ਰੂਰੀ ਗੱਲ ਵੀ ਨਹੀਂ ਜਿਹੜੀ ਥੱਲੇ ਉਤਰ ਕੇ ਹੋਣੀ ਮੋਟਰਸਾਈਕਲ ਤੇ ਵੀ ਹੋ ਸਕਦੀ ਸੌਰੀ ਮੋੜ ਲਈ ਦਰੀਆਂ ਤੇ ਲੈ ਲਈਏ ਜਵਾਬ ਦਿੱਤਾ ਤਾਂ ਨਹੀਂ ਨਾ ਲੈ ਫਿਰ ਉਸਾ ਤਾਂ ਐਂ ਕਰਦੇ ਐਵੇਂ ਦੀ ਆਓ ਫਿਕਰ ਨਾ ਕਰੋ ਅੱਜ ਰਾਤ ਨੂੰ ਸੋਚੂਗੀ ਅੱਛਾ ਜੀਜਾ ਜੀ ਤੁਸੀਂ ਨਾ ਕਰਦੀ ਨਹੀਂ ਮੇਰਾ ਟਾਈਮ ਜਾਣ ਲੱਗਿਆ ਤੂੰ ਕਰਦੀ ਮੇਰਾ ਵੀ ਟਾਈਮ ਨਹੀਂ ਲੱਗਾ ਇਹ ਸਾਰਾ ਕੁਝ ਜਵਾਬ ਕਰਕੇ ਹੁੰਦਾ ਪਿਆ ਨਾ ਮੈਂ ਸੋਚ ਲਿਆ ਜਿਹੜਾ ਸਾਡਾ ਪਹਿਲਾ ਜਵਾਕ ਹੋਇਆ ਨਾ ਉਹ ਅਸੀਂ ਧੋਂਦੇ ਦਾਂਗੇ ਐਂ ਜਿਹੜਾ ਹੁੰਦਾ ਹੁੰਦਾ ਤੇਰੇ ਘਰ ਵਾਲੇ ਨੇ ਨਹੀਂ ਮੰਨਣਾ ਫਿਰ ਦੂਜਾ ਦੇ ਦਾਂਗੇ ਜੇ ਤੇਰੀ ਸੱਸ ਨੇ ਕਿਹਾ ਸਾਨੂੰ ਜੁੜਿਆ ਚਾਹੀਦਾ ਫਿਰ ਤੀਜਾ ਦੇ ਦਾਂਗੇ ਤੂੰ ਨਿਆਣੇ ਜੰਮੀ ਜਾਣੇ ਨਹੀਂ ਹੁਣ ਜਿੰਦਰ ਤੁਹਾਡੇ ਨਿਆਣੇ ਦੀ ਵਾਰੀ ਨਹੀਂ ਆਉਂਦੀ ਕਿਰਨੇ ਆਈ ਕੁੜੇ ਮੰਜੇ ਤਾਂ ਵਿਛਾ ਦੇ ਪੁੱਤ ਤੇਰੀ ਮਾਂ ਨੇ ਤੇਰੇ ਨਾਲ ਗੱਲ ਤਾਂ ਕੀਤੀ ਹੋਣੀ ਆ ਦੱਸ ਤੇਰਾ ਕੀ ਫੈਸਲਾ ਤੇਰੇ ਤੇ ਕੋਈ ਦਬਾਅ ਨਹੀਂ ਤੇਰੀ ਖੁਸ਼ੀ ਚ ਸਾਡੀ ਖੁਸ਼ੀ ਆ ਦੱਸ ਇਸ ਰਿਸ਼ਤੇ ਵਾਸਤੇ ਤੇਰੀ ਹਾਂ ਹੈ ਕਿ ਨਾ ਹੈ
बापू जी मेरे वालों। चलो भाई हो गया फैसला, उठ बापू ट्राली पवा। चलो भाई तुम भी चलो अपने घर। चलिए तुम तैयार हो जाओ, मैं भी लीड़े पा लेनी हूं चोले च। चीचा जी सारी कोई नहीं आया, वो तो फिक्र ना कर, तू बस वादे दे पक्की रही, पीछा नैना साडा टहर च भूख भरा ली थोड़ी जी घटा। कोई गल नहीं छड़ पर, अगली दी मर्जी पुत। मेरे अलग ही विखी नहीं यार, मैं की किता तुसी ओ करना सी जो करना सी। ओहो हुन खड़ा भी छड़ दियो इस गल दा। मिठू आजा पुत आजा। बड़ी मम्मा वड्डी मम्मा तुसी आ गए, थोनू पता मेरी अकल जान निकल आई है। मिठू जा पुत यार। पुत चूरी खाएगा? मेनू लगदा थोड़े भी अकल जान निकल आई है। हां चल मैं तेनू चूरी कुट के खवानी है, आ जा। एक तो पता नहीं पंचायत वाले ने किथों पता लग गया मैं पिंड आ गया। हेलो। हां पुत निर्मल बधाई है भाई, एक खुशखबरी देनी है तेनू। हाँ जी हाँ जी। अपनी किरना ब्याह नू मान गई। सचिन जी। हाँ ਤਾਂ ਮੈਂ 50 ਤੋਂ 55 ਬਣਾ ਦੂੰ। ਖਾ ਲੈ ਚੋਰੀ। ਸੀਬੋ ਆ ਕਿੰਨਾ ਵਿਆਹ ਨੂੰ ਮੰਨ ਗਈ ਸੱਚੀ? ਹਾਂ ਬਸ ਕਹਿੰਦੀ ਮੇਰੀਆਂ ਦੋ ਕੋਈ ਸ਼ਰਤਾਂ ਆ। ਕੀ? ਇੱਕ ਤਾਂ ਕਹਿੰਦੀ ਵੀ ਉਹਨੂੰ ਇੱਕ ਪੇਟੀ ਤੇ ਤੁਸੀਂ ਮੈਨੂੰ ਦੋ ਦਿਓ, ਇੱਕ ਕਹਿੰਦੀ ਵੀ ਉਹਨੂੰ ਇੱਕ ਦਿਵਾਨ ਬੈੱਡ ਦਿੱਤਾ ਸੀ ਤੇ ਮੈਨੂੰ ਇੱਕ ਡਬਲ ਬੈੱਡ ਦੇ ਦਿਓ, ਨਾਲੇ ਕਹਿੰਦੀ ਵੀ ਬਸ ਮੇਰਾ ਵੱਡੀ ਨਾਲ ਖਰਚਾ ਜ਼ਿਆਦਾ ਕਰਿਓ ਵਿਆਹ ਤੇ, ਕਰਦਿਆਂ ਤੋਂ ਦੁੱਗਣਾ ਖਰਚਾ ਕਰਾਉਣਾ ਬਸ। ਮਨਜੂਰ ਆ ਆ ਫਿਰ ਮੂੰਹ ਮਿੱਠਾ ਕਰੋ। ਹਾਂ ਓਏ ਚੂਰੀ ਤਾਂ ਮੇਰੀ ਛੱਡ ਪਛੜ ਤੂੰ ਛੱਡ तैयारियां कर दे। क्यों मैं खादी तैयारी करनी है? बेबे देखो मुंडा संगदा पिया। नहीं फिर तू क्यों मुंह लटकाया होया? हुण ते दो दो खुशखबरियां हो गईयां, नाले तू घर वाला व्याह ता ਨਾਲੇ ਜਵਾਕ ਹੋਣ ਵਾਲਾ ਹੋ ਗਿਆ। ਖੁਸ਼ਖਬਰੀਆਂ ਤਾਂ ਤੂੰ ਹੋਣਗੇ ਪਰ ਜ਼ਿੰਦਗੀਆਂ ਦਾ ਦਿਨ ਬਰਬਾਦ ਹੋ ਜਾਣਗੀਆਂ। ਫਿਰ ਹੁਣ ਕੀ ਕਰੇਂਗੀ? ਉਹੀ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਕੀ ਕਰਾਂ। ਨਹੀਂ ਇਹ ਵੀ ਤੇ ਹੋ ਸਕਦਾ ਵਾ ਉੱਥੇ ਤੂੰ ਕੁਛ ਗਲਤ ਮਲਤ ਖਾ ਲਿਆ ਹੋਵੇ। ਪਨੀਰ ਦੇ ਪਕੌੜੇ ਖਾਧੇ ਹੀ? ਨਾ। ਤੇ ਗੁਲਾਬ ਜਾਮਨ? ਨਾ। ਤੇ ਚਮਚਮ? ਨਾ। ਤੂੰ ਕੁਝ ਖਾਧਾ ਹੀ ਨਹੀਂ, ਤੂੰ ਬਸ ਘਰ ਵਾਲਾ ਹੀ ਵਿਆਹ ਗਈ ਸਾਂ। ਤੂੰ ਕੁਝ ਖਾਧਾ ਨਹੀਂ ਨਾ ਤਾਂ ਹੋਇਆ ਹੀ। ਆਪਾਂ ਸਵੇਰੇ ਸੂਰਜ ਚੜ੍ਹਦੇ ਹੀ ਨਾ ਨਰਸ ਪੈਂਜੀ ਕੋਲ ਚੱਲਦੇ ਆ ਚੈੱਕ ਕਰਾਉਣ।
अजे भी कुछ नहीं बिगड़िया डुले बेरा था। पर वो ते पौड़ी चढ़ गया ना। शिबो तू भी सौ जा, एडा वड्डा कार्ज कीता है, कुड़ी तू भी जाओ करे, तेरे घर वाला डीकदा होगा। चल फिर मैं चलदी। मैं तो तेनू ए भी नहीं कह सकती पिसाऊ जी। मेहनत पता ही लावा वेले कदों उठना ते कदों बहना। खादा पीता कुछ? मेरा ना जी जा नहीं कर रहा, चक्कर जाई जा रहे हैं, कार च ना वो तेल जा चढ़ी जा रहा सी। दूध पी लवां सा? दूध है नहीं है? रखे ही नहीं। देख नहीं के तू तो कमाल होगी। अगला बंदा की सोचूगा है? साडे रे केड़ा पहली वारी दूध देके जाना चाहिए, दूध रखना चाहिए यार पहले दिन। वाह मैं लादा आ गई। दूध दूध नहीं ले गई? दूध दूध नहीं है अंदर? दूध है नहीं ना। ले आ के वे हो सकदा ना ना इत्थे ही होना थले तो नहीं पिया, दूध तो होना चाहिए था सी। कोई गल नहीं मैं हुणे लेके आनी, तुसी बैठो मैं लेके आनी हां। ना ना भैणे खेचल ना करो, मैनूं तां अगे भुख नहीं लगी, धक्के ना कही जांदे। अच्छा मैं ना एक गल करनी सी, मैनू ना भेने मैनू ना उपरा उपरा जहा लग रहा सी, मैनू आदत नहीं कल्ले सौन दी, मैं अज दी रात इत्थे पै जा। पै ते गई हुण पई रहा। ठीक है फिर तुसी भी पै जाओ, पै जा करना। आ जाओ अब ते किन्नी वारी इकट्ठिया पई है ना छोटे होंदे ते आप पता। हाँ हुण आ जा के नींद किन्ना, लाइटा बंद कर दे। ये सच्चे पाशा तेरा ही आसरा है। कुड़े सीबो चाह धर ली पुत। इत्थे भी नहीं शिबो की तो डंगर वाले तो नहीं गई? अरे नहीं बीबी जी उधर तो नहीं। निर्मले वे निर्मलिया की है सौन कौन दें दी? पुत मैंने तो फिक्र हो गया बड़ी नहीं लभदी। ओ सुती पई तो छोटी पे ओ सुती पई शर्म करो। हड़ताल करके डिस्पेंसरी तीन दिन बंद रहेगी। नहीं तू घबरा ना आप दाई को चल जाने। आ जा चल चल। बधाइयां कुड़े तैनू। सच्ची बेबे तू ते अपने घर आला व्याह लिया ते लड्डू भी नहीं खवाए। सखत है पुत्र। बेबे ओ मेरा गोड़ा इत्थे रख। मन कच्चा कच्चा हुंदा है? मन तो कच्चा हुंदा है बेबे, उल्टी भी आई सी। की लगदा है बेबे? लिया कुड़े हाथ दिखा। हाथ
हाले पक्का पता नहीं लग रहा पुत, थोड़ा ठहर के आई। अधे घंटे चाह जाने बेबे। अधा घंटा नहीं, चार दिन बाद। चल कोई नहीं, चार दिन वो भी निकल ही जाएंगे। दिन तो लंघ ही जान गए, फिक्र तो मैनू रातां दी। ले भी आज बहुत खा लिया, रज गए। पुत निकी ने बनाई है, स्वाद है ना? स्वाद तो है बेबे, पर दाल च लून थोड़ा जा ज्यादा। आंख खा के देखोगे? ये स्वाद है। आजो, मैं लत्ता कोट दिनी है, ले आओ। मैं की कहनी है? अब सारा टप्पर राल के अथे सो जाने हैं, बातां फावांगे। पर वो ते पौड़ियां चढ़ गई। मैं तो कहना तुसी भी सोवो, मैं ते आप थके आया यार, है ना? आ करो कूलर जसदा, जोड़ दो मंजियां, हैं? ओए, दूध रह गए। बेबे डरना नहीं है नू? नहीं, मैं। पुत्र, पिछों बाल नहीं मारी हुंदी, तू ना मेरे नाल बह जा, मैं ना तेनू रूप बसंत दी बात सुनाऊंगी, ठीक है? एक राजा सी, रानी सी, रानी दे ना दो मुंडे सी। एक रूप सी पुत, ते राणी ने महल विच दी चिड़े दे घोंसले नू देख दी सी। एक दिन चिड़ी मर गई, ते दूजी चिड़ी ब्याह ले आया। बेबे कहानी किन्नी लंबी है? थोड़ी जी है पुत, ते अंडे थले सुट दे उन्हें, जे मैं मर गई तां तूं। ਦੂਜਾ ਵਿਆਹ ਨਾ, ਜੇ ਤੂੰ ਮਰ ਗਿਆ ਤਾਂ ਮੈਂ ਦੂਜਾ ਵਿਆਹ ਨਹੀਂ ਕਰਾਉਂਦੀ। ਮੈਂਬਰਾ, ਮੈਂਬਰਾ, ਉਹ ਦੁੱਧ ਲਾਇਆ ਸੀ ਮੈਂ। ਬੂਹਾ ਤੇ ਖੋਲੋ, ਪੈ ਜਾ ਜਾ ਕੇ। ਅੱਜ ਫਿਰ ਉਹ ਪ੍ਰੋਪਰ ਲੱਗ ਜਾਂਦਾ। ਮੈਨੂੰ ਨਾ ਬਹੁਤ ਡਰ ਲੱਗ ਰਿਹਾ ਯਾਰ, ਬੇਬੇ ਹੈਗੀ ਤੇ ਹੈਗੀ ਥੱਲੇ ਨਾਲ, ਤਾਂ ਹੀ ਤਾਂ ਮੈਨੂੰ ਡਰ ਲੱਗ ਰਿਹਾ। ਕਿਰਨਾ, ਬੇਬੇ ਪਤਾ ਨੀ ਕੀ ਬੁੜਬੜਾਈ ਜਾਂਦੀ ਹੈ, ਵੇ ਨਿਰੰਜਣਾ ਵੇ ਨਿਰੰਜਣਾ। ਮੈਨੂੰ ਤਾਂ ਲੱਗਦਾ ਬੇਬੇ ਨੂੰ ਨਾ ਬਾਪੂ ਦੀ ਬਹੁਤ ਯਾਦ ਆ ਰਹੀ ਅੱਜ। ਬਾਪੂ ਦਾ ਨਾਂ ਸੁਜਾਨ ਸਿੰਘ ਸੀ। ਹਾਏ, ਫਿਰ ਨਿਰੰਜਣ ਕੌਣ? ਤੁਹਾਨੂੰ ਦੋਵਾਂ ਨੂੰ ਤੰਗ ਤਾਂ ਨਹੀਂ ਕਰ ਰਹੀ? ਨਹੀਂ ਨਹੀਂ, ਅਸੀਂ ਤੇ ਆਪ ਡਰਨ ਡੇ, ਚੰਗਾ ਕੀਤਾ ਤੂੰ ਆ ਗਈ ਆ। ਫੇ ਠੀਕ ਆ, ਮੈਂ ਤਾਂ ਕਿੰਨੀ ਬਹਿ ਜਾਂਦੇ ਆ, ਸਵੇਰੇ ਸਵੇਰੇ ਧਾਰਾਂ ਵੀ ਕੱਢਣੀ ਆ ਨਾ। ਕੋਈ ਨੀ, ਤੁਸੀਂ ਬਹਿ ਜਾਓ, ਮੈਂ ਕੁਛ ਸੋਚ ਕੇ ਪਊਂਗਾ। ਡੰਗਰਾਂ ਵਾਲਾ ਵੀ ਕਰਨਾ, ਕਿਵੇਂ ਦੰਦ ਕੱਢੀ ਜਾਂਦੀ ਹੈ। ਤੂੰ ਡਾਂਟ ਕਾਹ ਰਹੇ ਹੋ, ਹਮ ਥੋੜਾ ਕਿਸੇ ਕੋ ਬਤਾਏਗੀ। ਕਿਵੇਂ ਆ ਮੈਂਬਰਾ, ਟਰੈਕਟਰ ਮਗਰ ਦੋ ਦੋ ਟਰਾਲੀਆਂ ਜੋੜੀ ਫਿਰਦਾ, ਕਿਤੇ ਇੰਜਣੇ ਨਾ ਬਹਾ ਲਈ। ਓਏ ਨੀ ਦਾਦਾ, ਭਾਵੇਂ ਤੀਜੀ ਵੀ ਪਾ ਦੋ। ਚੰਗਾ ਚੱਲ ਕੁੜੇ, ਪਾ ਲੀੜੇ, ਆਪਾਂ ਮੇਰੀ ਭੈਣ ਕੋਲ ਦੋ ਦਿਨ ਕੱਟੇ ਆਈਏ। ਬੇਬੇ, ਆਪਾਂ ਪਰਸੋਂ ਤੱਕ ਚੱਲੀਏ। ਨਹੀਂ, ਮੇਰਾ ਕੀ ਭਰੋਸਾ ਹੈ, ਕੀ ਪਤਾ ਮੇਰਾ ਟਾਈਮ ਨੇੜੇ ਆ ਗਿਆ ਹੋਵੇ, ਜਿਹੜੀ ਮੇਰੀ ਭੈਣ ਮੈਨੂੰ ਯਾਦ ਆਈ ਜਾਂਦੀ ਹੈ। ਆ ਜਾ ਤੁਰਿਆ। ਬੇਬੇ ਪਰ ਕਰ, ਆਪੇ ਸਾਂਭ ਲੈਣਗੇ। ਉਹ ਤਾਂ ਨਵੀਂ ਆ, ਮੱਝਾਂ ਵੀ ਮੇਰੇ ਹੱਥ ਲੱਗੀਆਂ। ਨਹੀਂ, ਜਿਹੜੀਆਂ ਚੀਜ਼ਾਂ ਤੇਰੇ ਹੱਥ ਲੱਗੀਆਂ ਨੇ ਉਹਦੇ ਹੱਥ ਲੱਗ ਜਾਣ ਦੇ। ਬੇਬੇ ਤੁਸੀਂ ਸਮਝਦੇ? ਹਾਏ ਹਾਏ, ਇਸ ਘਰ 'ਚ ਤਾਂ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ। ਤੈਨੂੰ ਕੀ ਪਤਾ ਮੇਰੀ ਭੈਣ ਮੈਨੂੰ ਕਿੰਨੀ ਯਾਦ ਆਈ ਜਾਂਦੀ ਆ, ਜੇ ਮੈਂ ਕੱਲੀ ਗਈ ਤੇ ਕਿਤੇ ਰਾਹ ਚ ਰੋਲ ਹੀ ਨਾ ਜਾਵਾਂ। ਆ ਬੇਬੇ, ਮੈਂ ਤੁਹਾਡੇ ਤੋਂ ਇਹ ਗੱਲ ਕੋਈ ਆ। ਲੁਕਿਆ ਲੱਕਿਆ ਕੁਛ ਨਹੀਂ, ਸਾਰੇ ਪਿੰਡ ਨੂੰ ਪਤਾ ਹੈ। ਜਿਹੜੀ ਗੱਲ ਮੈਨੂੰ ਪਤਾ ਹੈ ਉਹ ਹੋਰ ਕਿਸੇ ਨੂੰ ਨਹੀਂ ਪਤਾ। ਕਿਹੜੀ ਕੁੜੇ?
ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਮੈਂ ਤਾਂ ਕੁਝ ਹੋਰ ਹੀ ਸਮਝੀ ਬੈਠੀ ਸੀ। ਹੋਰ ਫਿਰ ਮੈਨੂੰ ਵੀ ਤਾਂ ਐਂ ਫਿਕਰ ਸੀ ਕਿ ਕਿਤੇ ਤੇ ਜ਼ਿੰਦਗੀਆਂ ਨਾ ਖਰਾਬ ਹੋ ਜਾਣ। ਚੰਗਾ ਪੁੱਤ, ਕੱਲ ਨੂੰ ਮੈਂ ਤੈਨੂੰ ਸ਼ਹਿਰ ਲੈ ਕੇ ਜਾਊਂਗੀ, ਠੀਕ ਹੈ? ਸਵੇਰ ਦਾ ਤਾਂ ਠੀਕ ਆ, ਪਰ ਰਾਤ ਦਾ? ਦੇਖ ਪੁੱਤ, ਜਿੱਥੇ ਤੂੰ ਦੋ ਰਾਤਾਂ ਕਟਾਈਆਂ ਨੇ ਉੱਥੇ ਨਾ ਅੱਜ ਦੀ ਰਾਤ ਮੈਂ ਕਟਵਾ ਦੂੰਗੀ। ਕੱਲ ਨੀ ਕਰਦੀ? ਕੋਈ ਨੀ ਪੁੱਤ, ਹਾਲੇ ਕੂਲਰ ਚ ਪਾਣੀ ਪਾਊਗਾ, ਫੇਰ ਚਲਾਊਗਾ, 5 ਮਿੰਟ ਆਪਣੇ ਕੋਲ ਬਹਿ ਕੇ ਜਾਊਗਾ। ਅੱਜ ਮੈਂ ਕਹਿ ਦੂੰਗੀ ਸਾਡੇ ਪਾਣੀ ਦੀ ਵਾਰੀ ਹੈ। ਆਵਾ ਕੂਲਰ ਚ ਪਾਣੀ ਪਾਤਾ, ਆਰਾਮ ਨਾਲ ਸੋਵੋ, ਨਾਲੇ ਪਾਣੀ ਦਾ ਗਲਾਸ ਰੱਖ ਲਈ ਸਰਾਣੇ, ਮਾੜੇ ਖਿਆਲ ਨਹੀਂ ਆਉਣਗੇ। ਚੰਗਾ ਪੁੱਤਾ ਜਪੜੀ ਪਾ, ਬੈਠੀ ਕਰਦੇ ਪਾਣੀ ਦਾ ਗਲਾਸ ਫੜ ਲਿਆ। ਬੇਬੇ ਤੁਸੀਂ ਗੱਲ ਹੀ ਨਹੀਂ ਕੀਤੀ। ਪੁੱਤ ਮੈਂ ਗੱਲ ਕੀ ਕਰਦੀ, ਮੈਨੂੰ ਤਾਂ ਹੱਥੋਂ ਆ ਗਿਆ। ਕੀ ਹੋ? ਉਹ ਤਾਂ ਪੌੜੀਆਂ ਚੜ ਗਿਆ। ਅੜੀ ਛੇਤੀ ਪੌੜੀਆਂ ਚੜ ਗਿਆ, ਮੈਂ ਆਪ ਜਾ ਕੇ ਛੇਤੀ ਕਰੋ, ਛੇਤੀ। ਨਹੀਂ, ਮੇਰੀਆਂ ਚੱਪਲਾਂ ਮੰਜੇ ਥੱਲੇ ਕਰਤੀ। ਮੇਰੀ ਚੱਪਲਾਂ ਪਾਲੋ 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 ਪਾਲੋ। ਮੇਰੀ ਖੁੰਡੀ ਫੜਾਈ, ਅੱਗੇ ਪਿੱਛੇ ਤਾਂ ਭੱਜ ਕੇ ਪੌੜੀਆਂ ਚੜ ਜਾਂਦੀ। ਅੱਜ ਤੈਨੂੰ ਖੁੰਡੀ ਚਾਹੀਦੀ ਆ? ਸ਼ਾਮ ਦਾ ਟਾਈਮ ਹੈ, ਹੱਡ ਗੋਡੇ ਦੁਖਦੇ ਨੇ, ਕਿਤੇ ਠੇਡਾ ਖਾ ਕੇ ਰੰਡੇ ਪਾ। ਮੈਂ ਲੈ ਕੇ ਮੈਂ ਲੈ ਕੇ ਸ਼ੁਕਰ ਹੈ ਬੇਬੇ ਪੌੜੀਆਂ ਚੜ ਗਈ, ਪਹੁੰਚ ਗਈ। ਲਾਈਟ ਬੰਦ ਹੋ ਗਈ। ਨਹੀਂ ਨਹੀਂ ਨਹੀਂ, ਬੱਤ ਚੋੜੇ ਬੇਬੇ, ਚੱਲ ਜਾ। ਮੈਂ ਨਿਮ ਲਿਆ। ਹਾਂ ਬੇਬੇ। ਪੁੱਤ ਅੱਜ ਆਪਣੀ ਪਾਣੀ ਦੀ ਵਾਰੀ ਹੈ। ਉਹ ਬੇਬੇ ਮੈਂ ਮਗਰ ਨੂੰ ਕਹਿਤਾ ਸੀ ਉਹ ਲਾ ਦੂਗਾ। ਮਗਰ ਦਾ ਕੀ ਹੈ, ਉਹ ਤਾਂ ਸ਼ਰਾਬੀ ਖਵਾਵੀ ਬੰਦਾ। ਤੂੰ ਆ ਜਾ ਬੇਬੇ, ਪਾਣੀ ਵੀ ਲਾਉਣਾ ਹੈ, ਖਾਸ ਗੱਡੀ ਥੋੜੀ ਚਲਾਉਣੀ ਲਾ ਦੂਗਾ ਉਹ। ਪੁੱਤ ਤੂੰ ਸਿਆਣਾ ਹੈ, ਤੇਰੀਆਂ ਹੁਣ ਦੋ ਜ਼ਿੰਮੇਵਾਰੀਆਂ ਹੋ ਗਈਆਂ। ਆ ਜਾ ਮੇਰੇ ਪੁੱਤ, ਆ ਜਾ ਬੇਬੇ, ਲਾ ਦੂਗਾ ਪਾਣੀ। ਪਾਣੀ ਕੀ ਹੋ ਚੱਲਾ, ਲਾ ਦੂਗਾ ਆਪੇ ਉਹ। ਆਏ ਮੇਰੇ ਅੱਬਾ, ਇਸ ਘਰ 'ਚ ਮੇਰੀ ਕੋਈ ਵੀ ਨਹੀਂ ਸੁਣਦਾ। ਜੇ ਮੇਰੇ ਸਿਰ ਦਾ ਸਾਈ ਹੁੰਦਾ ਤਾਂ ਮੈਂ ਤੇਰੇ ਕੋਲ ਆਉਂਦੀ ਵੀ। 10 ਮਿੰਟ ਰਹਿ ਕੇ ਪਾਣੀ ਨੂੰ ਕੋਈ ਵੱਢ ਲੂਗਾ। ਆ ਮੈਨੂੰ ਕਹੀ ਫੜਾ ਭਾਈ, ਮੈਂ ਆਪ ਹੀ ਜਾਉਂਗੀ। ਆਏ ਓ ਰੱਬਾ, ਆਏ। ਬਾਕੀ ਦੀ ਕਹਾਣੀ ਕੱਲ ਸੁਣਾਉਣਾ ਮੈਂ। ਬੇਬੇ ਬੇਬੇ, ਹਾਂ ਲਾ ਨਾ ਮੈਂ।
बच्चे दा ता बीबी बहम ही है थानू। ब्याह च इन्हां ने कुछ पुट्ठा सीधा खा लिया, उस करके उल्टियां आ रहियां ने। शुक्र है बाबे दा, कोई खुशखबरी नहीं, नहीं तो साडे घर पंगा ही पै जाना सी। चल पुत छेती कर, बस ना लंघ जे। जिंदी रे पुत। मैं भी पीना सी। बेबे मेरा ना जी जिया नहीं लग रहा, तो मैं सोच रही सी मैं दो दिन पेके ना लावा। ले तू क्यों जाना है? तू रह। मैं सोच रही सी मैं होया वा, तन्नू भी सोचन दी। तुसी तो अपनी मर्जी करो, जाओ। नहीं करना। मैं हुने हुने ही सोचा सी। नहीं वधिया सोचा, जाओ। नहीं मैं जाना तो है ही, पर तू ना ना कह। चंगा नहीं कहंदी, जाओ। नहीं कहता तू फिर। बेबे ए समझ ही नहीं रही। पुत ये तो समझ गई, तू नहीं समझी। जा भाग जा। हां भी किधर जान दिया, तैयारियां हो रही हैं। पैणू नहीं कह रहे पेके जाना। हां पेके जाना? कुछ नहीं, तो मैं आई कहंदी सी कि 4 बजे दी बस तो पेके वाग जो। बल्ले ले मिनट ते 15 ही रह गए 4 बजे च। तू आ कर दे मतलब कपड़े बन, मैं तेरे मोटरसाइकिल ते अड्डे छड़ के आउना। नहीं अजे तो मैं रोटी भी नहीं खाती। ओ यार रोटी उसे जाके खा ली, 2 घंटे दा तरा आ। उत कपड़े बन बेबे, नाल कपड़े बनवा। मैं माहे मोटरसाइकिल स्टार्ट करदा, नहीं ते गल का ते जावण नहीं। बनवा मड़े कपड़े हैं। पैणे रोटी मैं बना देनी आ। लंघाती ना बस, कदों का कही है ना, टाइम होगा रोटी खानी। मैं कल नू वग जूंगी थोड़े लिए, रात नू ना पिंडिया बनाऊ। खबरदार ते पिंडिया दा ना लिया, पिंडिया लंघ दी हुण मेरे। मैं सवेरे लंघ जूंगी ना। सवेर कि हूं ही आ जानी, 12 घंटे पए सवेर होने च। ओ मैंबरा बस कदी ना गई, तू तो बौंदली गया है, हाले तो परले मोड़ तेरी गई होनी, नपते रहे से। पता नहीं किन्ना डीकन डे होने तेरे घर दे, तेन बेबी याद कर दे हुण तेनू। कल वग चुकी, मैनू सिटी ना दे। बेंदी की रेड़ा पासे कर, बस लंघ जानी है, उतर थले रेड़ा परा कर, परा कर दे। हवा नाल चल, कोई नी आ जा, आ जा, जा। ओ मैं तेरे नाल रेसा नहीं हा लाउंडा, सवारी ही मेरे नाल बौनी ही, तेरी मैं करदा गल पंचायत ना। चल 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 तू 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 बह। चंगा सत श्री अकाल। ले पुत तू प्यार नाल दंदी है, है? चल सत श्री अकाल। चलो ये आपा पता पे के आने है। ठीक है भाभी फिर चंगा सत श्री अकाल। लगदी सत श्री अकाल दी अगे तक भी नहीं आई छड्डन। पुत 4 दिन होर ला जांदी, तेरे नाल बाला ही चित लग्या होया सी मेरा। रह ता जांदी बेबे, पता नहीं घर दा की हाल होना ना पिछों। किरना भी न्याणी है, नाले बेबे तो भी हुण काम नहीं हुंदा। आहो पुत इत्थे तुसी दोवें जिवें मर्जी सी, उत्थे दोए भैणां प्यार नाल रहो। फिकर ना कर बेबे, मैं तां कुछ होर ही सोची बैठी हाँ। मैं तां बस इहनां नूं जाके कह देना कि मैनूं मेरा जवाक जम के दे दो, फिर भावें
मेनू तो मेरे पुत मल खेत कोठा पा दो आप कट लांगे सानू कुछ नहीं चाहिए ना पुत ना ए ना कह दी उथे जाके तू तो उस घर दी मालकिन है मर जान गे तेरे बिना नाले तू वड्डी है सियाणी है मेरी ती छोटी नु भी ताड़ के रखी मिल के रहो दोए भेणा ठीक है बेबे चंगा जाके देख दिया फिर घर दा हाल किवें आ इथे बैठी आ अच्छा ताला लग्या है फिल्म फुल्म वेखन गए होने आ जांदे रहंदे आ के बेबे दी ले बेबे बेबे तो सारिया तो अगे उच्ची अड्डी वाले सैंडल पौंदी हो अगली ने फिल्मा दे चक्कर च तीन चार भोग छड़ते ने कहंदी बेबे मिठू तेनू की हो गया मिठू हुण बदल गया चाची चाची हां चाची हां ओही तू है ओही मैं आ ना तेरा कुछ बनया ना तू मेरा कुछ बनन देता हुन मैं पढ़ लिख के अपनी तकदीर बनाऊंगा कदों तक गैरा दे घर वाले देखते रहांगे चल मम्मी चलिए घरे जाके पढ़ाई भी करनी आ ਪਰਾਹੁਣੇ ਆ ਗਏ ਹੈ ਕੁੜੇ ਫੋਟ ਅੱਜ ਤਾਂ ਸ਼ਨੀਵਾਰ ਹੈ ਅੱਜ ਕਾ ਤੂੰ ਆ ਗਈ ਅੱਜ ਦੇ ਦਿਨ ਨਹੀਂ ਆਈਦਾ ਹੁੰਦਾ ਰਿਸ਼ਤੇਦਾਰਾਂ ਦੇ ਬੇਬੇ ਉਹਦਾ ਆਪਣਾ ਹੀ ਤੇ ਘਰ ਆ ਫਿਰ ਆਪਾਂ ਨੇ ਗੇਟ ਦੀ ਲਾਗੇ ਯਾਰ ਤੂੰ ਐ ਕਰ ਚਾਬੀ ਦੇ ਗੇਟ ਖੋਲੀਏ ਚਾਬੀ ਇਹਦੇ ਕੋਲ ਹੀ ਹੈ ਭਾਈ ਲਓ ਭਾਈ ਖੋਲੋ ਗੇਟ ਮੈਨੂੰ ਤਾਂ ਫਿਲਮ ਚ ਉਹ ਗੱਲ ਬਹੁਤ ਚੰਗੀ ਲੱਗੀ ਜਦੋਂ ਪਾਰੂ ਰਾਹੁਲ ਨੂੰ ਕਹਿੰਦੀ ਹੈ ਨਾ ਬੇ ਰਾਹੁਲ मैं सब कुछ छोड़ छाड़ कर तेरे पास आ गई हूँ अब तू मुझे बना ले राहुल भी तेरे गवाड़ गया ना हाँ। वो कहिंदा तू फिक्र मत करो तुम्हारे लिए मैं अपनी जान भी दे दूंगा कल्ले कल्ले को भूंद के रख दूंगा बल्ले बल्ले तेरे दोबारा फिर करी राहुल वर्मा ये तुमने क्या कह दिया अगर एक भी अक्खर मुँह से निकाला तो मेरी मरी का मुँह देखो जी क्या कह दिया तूने राहुल तुम्हें मेरी कसम जो आके बोले तो ਯਾਰ ਕਿਹੜੀਆਂ ਗੱਲਾਂ ਚ ਪੈ ਗਏ ਪ੍ਰਾਹੁਣੇ ਆਏ ਚਾਹ ਚੂ ਤਰੋ ਮੈਂ ਬਣਾਉਣੀ ਆ ਚਾਹ ਕਿਰਨਾ ਇੱਕ ਮਿੰਟ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ ਤੁਸੀਂ ਮੈਨੂੰ ਮੇਰਾ ਜਵਾਕ ਦੇ ਕੇ ਅੱਡ ਕਰ ਦਿਓ ਮੈਂ ਤੇ ਮੇਰਾ ਪੁੱਤ ਅੱਡ ਰਹਿ ਲਾਂਗੀ ਭਾਵੇਂ ਸਾਨੂੰ ਖੇਤ ਕੋਠਾ ਪਾ ਦਿਓ ਮੈਂ ਕੁਛ ਨਹੀਂ ਕਹੂੰਗੀ ਹੈ ਕੀ ਕਿਉਂ ਚੜੂਗੀ ਭੈਣੇ ਸਾਰੇ ਘਰ ਦੇ ਉੱਤੇ ਹੱਕ ਤੇ ਰਹੀ ਬਸ ਆ ਕਮਰਾ ਤੇ ਜੁਬਾਰੇ ਵਾਲਾ ਕਮਰਾ ਛੱਡ ਕੇ ਜਿੱਥੇ ਮਰਜ਼ੀ ਮੰਜੀ ਡਾ ਇੱਕ ਇੱਕ ਚੀਜ਼ ਤੇ ਹੱਕ ਤੇ ਰਹੀ ਹੋਰ ਕੀ ਰਾਹੁਲ ਮੈਂ ਤਾਂ ਮਖੌਲ ਕਰਦੀ ਸੀ ਆ ਕਿਹੜਾ ਮਖੌਲ ਹੈ ਹੱਸਿਆ ਕੋਈ ਹੱਸਿਆ ਜਾਂ ਚਾਹ ਬਣਾ ਕੇ ਲੈ ਗਿਆ ਹੁਣ ਜਾ ਕਿੰਨਾ ਮੈਨੂੰ ਚਾਹ ਬਣਾਉਣਾ ਸਿਖਾ ਚੁੱਲੇ ਤੇ ਚਲੋ ਵੈਰੀ ਗੁੱਡ ਜਾਓ 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 ਬੇਬੇ ਹਾਂ ਇੱਕ ਕਰੀ ਹੋਰ ਹੋ ਜੇ ਹਾਂ ਚੱਲ बेबे बेबे रूप पसंद की कहानी सुना दे ले हुन अद्धी रात नूं तैनूं रूप पसंद की कहानी सुनावा सा चुप करके ओ तैनूं 100 वारी आख्या पंचायत दा काम सी लेट हो गया लेट हो गया रात नूं तेरियां किहड़ियां पंचायतां लगण लापियां ओ रौला ना पा मेरे तो कुछ होर ना लेणी तू हाथ ते लाके विखा सौण वणी दिंदे ओ एक करी हुंदा दो वारी हुंदा दिमाग खराब करके रखता ओ तेरे करके यार दो छड़ दे मैं अपने छड़ दे फिर ओ तुसी हिल्लियां पणा दोने मैनू ला के गल च पालो अपने कदे नूं फिल्म दिखाउण लै जाओ कदे नूं भूआ कोले लै जाओ कदे नूं शहर लै जाओ ओ मजाक बना रख्या ओए
चलो कोई गल नहीं, अपना अपना सुभा हुंदा है, तुसी आ जाओ, बैठो बैठो, आराम नाल बह जाओ। मैनू दसो की होया, की होया, मैं समझाऊंगी। न्याणी है ना, नहीं पता लग रहा है। तेन मैं गल दसा, सारी रात मेन फिल्म कहानियां सुना। तेरी पता नहीं कथों इन फिल्म वेखिया ने। चाबी लग रही, कुछ नहीं करना, बैजो बैजो, कितने ठोकरा खाऊंगी रात नूं। है पैने जान दे, आपे सवेरे आ जाएंगे, सवेरे कड़ा दिन नहीं चढ़ना। खलोती रही, तेन पता था तेरी मैं पै जा, मैनू लगता कुड़ी ने समझा लिया उन्हें, सियाणी है कुड़ी। खालो खालो। आ स्वेटर की दा बेबे? ये अपनी ओ है मेरे माल दा। ले माल की साला लगता। ले बेबे, असी तुहानू दस्या नहीं, मैं ते उन्होंने ना जवाक ते ना मल सोचिया सी। मल? ये तो कुछ होर ही सोची जांदे सी। कुड़े की ना रखे है जवाक दा? जगजीत बेबे। जगजीत? नहीं, मल वधिया है, वड्डे होके अपनी जमीन मलूगा। ले तू जमीन मलन दी गल करदी है, ए दुनिया जित्त नू फिरदे ने। नाले पैणे आना मल बड़ा ही पुराना जहा नाम जगजीत वधिया। बेबे असी नहीं आ जवाक नु जमीना जमुना दे चक्करां च पाउणा, वधिया पढ़ा लिखा के बाहर भेजांगे। होर बाहर भेजांगे मुंडे नु। आ आ आ लो नी तेरा ते ना मल रिया ते ना निर्मल। हां नी मैं ही पापण आ, मेनू मार ला जुतियां जड़ियां मारनिया ही, मैं इथों ही गलती होगी भी जड़ी मैं तेनू ए भैन वाली सलाह दे बैठी। मेनू की पता सी भी तेरी भैन तेरे ना बगानिया तो भी माड़ी करूगी। दुख ते मेनू ओदो ज्यादा हुंदा जदों मेनू पता चलिया भी ओ ते कुड़ी चंगी बड़ी निकली जिन्हों तुसीं रुपइयां दे के आए सी। तुसीं रुपइयां फड़ा के आए ते कुड़ी 125,000 दी निकली, मेरे मामे दे मुंडे नाल व्याही गई। चल मुंडे दा ते भला होया, वेख रंग पीला बग्गा होया आया, नी तू ते ओ चार उल्ली आला बन गई है भी जेड़ा लोकी पा के भुल जांदे आ। नी तू ते ओ कोठा गई जिन्नू मिस्त्री पौड़ी पाना भुल जांदा, नी तेनू ते हत्थी लाए बूटे दी शान ही नसीब होई नी। चल हुण रोना पवी एवें मूंह जड़ा बनाई जा, ना ना रोई ना। दो बोतलां फाड़ के लिया ठेके तो। इधर आ भैने, मैं अज भी कितने बाहर जाने की तैयारी हो रही है। नहीं ये तो मैं कही जाते, मैं ही मना करता, नित नित फिल्मा वेखन अखा खराब हो जाए ना। बाला रूप चढ़िया, सोहनी लग रही है। लै तू कट सोनी है।
मेरा की है, मैंने तो हुन बस आई है कि मेरे वंग मैं तेरा रूप फिक्का नहीं बैन देना। ना की मतलब हुन मैं तेनू किवें समझावां? वधिया लग गया मैनू जिहड़ा तू कल रात नू कीता है ना, ते होर कहना ही सी। हां हुन आई रखी, पिछे नहीं हटना। ना वेख मेरे हथों तो निकल गया, हुन तू तो सांभ लै। अज चार जने च बह के दो पैग ला के आ, कल दो जने च बह के चार पैग ला के आऊ। बंदे घटदे जाणगे, पैग वधदे जाणगे। लै ऐ तां कल्ला छे छे पैग ला लैंदा। नहीं मैं तां नहीं वेख्या कि दिन लाउंदे। सामने थोड़ी लाऊगा, ओ तां थोड़े व्याह तों पहला मैं हथ जोड़ के वड्डे महाराज दे सौंख होए कि इक महीना दारू नहीं पी। अज हो गया एक महीना, हुण इस तों पहला क्यों अठ पैग ला के घर आना शुरू कर देवे? उहनूं अपने काबू च कर ला, कन्न खिच के रख। ओह साडे पिंड मगर है नी, ओने दारू पी के आपदी जनानी फेंटती, कुट कुट के ओदी पसली बार कटदी। पिंड वालेयां नूं लगदा खोरे भाभी डब च बोतल रख के फेंटदी है। एक दो ने तां मंग वी लई, कहिंदे भाभी एक दो पैग लवा दे। मैनूं तां उस दिन दा डर पै, जदों इन्ने वी दारू पी के आउणा ते सानूं फेंटणा। इस उमरे मैं तां कुट खा नहीं सकदी भैणे, तू तां होर दो चार साल कुट सह लेंगी। कुट खांदी मेरी जुत्ती, हथ ते ला के विखावे। तूं वेचना आई, तूं हुण पासे हो जा। नहीं पासे तां मैं हो जाणी आ। नहीं चल पासे ना कर, मैं विच नहीं आउंदी है ना। बस सच्चे पातशाह च रच जाणा है। वाहेगुरू वाहेगुरू वाहेगुरू। प्यो दा पोता ना, अज पी के आई फिर। चंगा मैंबरा मैं चलदा चलदा। मैं आ भरजाई दा डर भी है फिर, कई बार गुस्से भी हो जांदी है तीमिया। वेख्या मैं क्या ही ना, किरन तो डरदा ताडा यार। हाँ। नहीं डरन वाली कड़ी गल, डरन वाली नहीं कोई गल। इदा कदे कदे ना घर दा राह भुल जांदा। आउण तां दे, अज राह रूह तां वेखी नूं मैं चंगी तरह चेते कराउंदी। उही कही जांदी है डरदा किते भरा साडा, चार पैग ला गया गठे। गल डर है पा यार, पैग पा दो हां बेचारे नूं, पैण जोगा ते कर दो। ਉਹਦੀ ਉਡੀਕ ਛੱਡ ਦੇ। ਉਹ ਕਲੈਣੀ ਰਾਤ ਆ ਕੇ ਅਜੇ ਤਾਂ ਮੈਨੂੰ ਡਰ ਸੀ, ਅੱਜ ਤਾਂ ਸੌਂ ਟੁੱਟੀ ਤੇ ਅੱਜ ਹੀ। ਤੂੰ ਬਹਿ ਜਾ ਬਹਿ ਜਾ ਬਹਿ ਜਾ ਕਰ। ਨਹੀਂ ਸਮਝਿਆ ਕੁੜੀਓ, ਇੰਨੇ ਚੜਾਇਆ ਉਹਨੂੰ, ਸਾਰੇ ਸਿਆਪੇ ਦੀ ਚੜਦਾ ਆਹੀ ਆ। ਤੂੰ ਹੁਣ ਇਹਨੂੰ ਕੁਛ ਨਾ ਕਹਿ ਦੀ ਨਾ। ਕਹਿ ਕਿਵੇਂ ਨਾ ਕਵਾਂ, ਨਿੱਕੀ ਖੁਸਰ ਪੁਸਰ ਲਾਈ ਹੈ। ਤੂੰ ਚੁੱਪ ਕਰਕੇ ਸੋਇਆ। तू कि चली ना, गाना भी उही है। गाना तो मैं गवाउनी हूं। मेरी गल सुन ला, आप सवेरे उठ के गल करांगे। किरना खा नहीं चलिया ना, तेनू तो गुस्से का नहीं पता। किरना एवं ना डरी जा कर, हाँ कुछ चक के मार देना। मार के तब खाए। दारू ताल जट दे, रोटी लेके आओ। केक ना खवाइए तेनू, केक कितों आया डफ मार के? इधर उधर की जागदा तेनू क्या? तेनू मैनू तू कहता कोई गल नी, तू हुण इहनू कुछ ना कही। कहना तां की है बेबे, मैं लाउण वाले तां मैं ला के नहीं आया अजे। मैं कुछ पीण नूं लैके आवां भैणे। करे तां बंदा एक दो ला ही सकदा है। मैं लेके आई जी। सस्ता जी सस्ता, ए कुड़ी ने आज ते मैं केकलन जवाब नहीं देता। तू मेरे मनु लगी ठीक है, मैं भी वेनी आज या ज दारू ते या ज मैं। लवगी 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 आवली चलूगी। सोच ला आ या मैं। ए दा गुंडी बेचारी दा की कसूर है, तू चल इथों। तुसी ना मेरा मान तोड़ता आज। चल मान तोड़ता ले, अभी छोटिया छोटिया गल्लां दा गुस्सा मान जांदी है। कोई गल नहीं तुसी बैठ जाओ, आपां सुक्की नहीं पीनी आज है ना। मैं पानी लेके आउंगी। लो जी वाह भैणे, तू तां कहिंदी सी बेबे ने चमलाया, पर ना असली सियापे दी जड़ तू आ। तू पियो पियो आ, आ बेबे नूं भी दे, आप भी पा ते उन्नू भी दे। सारा टब्बर बह के ना मनाओ मेरी बर्बादी का जशन। नाले मगर कन्नी ना तू व्याही होनी चाहिदी सी, तेरी निकलदी पसली सारा पिंड तैनू कहिंदा भाभी पैग लवा दे पैग। कोई
ਇਹਨੂੰ ਕਹਿਤੇ ਭਗਤਣੇ ਨੂੰ। ਕੋਈ ਗੱਲ, ਮੈਂ ਵੱਡੀ ਭੈਣ ਹਾਂ ਉਹ ਛੋਟੀ, ਮੈਨੂੰ ਤਾਂ ਕਹਿੰਦੀ ਰਹਿੰਦੀ, ਮੈਨੂੰ ਬੁਰਾ ਨਹੀਂ ਲੱਗਦਾ। ਇੱਕ ਮਿੰਟ ਹਿੱਲੀ ਨਾ, ਪੜਦਾ ਵੇਖੀ ਕੀ ਆ ਤੇਰੀ, ਮੈਂ ਭਾਵੇਂ ਖਲੋ ਜਾ, ਸਮਝਾ ਗਿਆ। ਨਹੀਂ ਨਹੀਂ ਨਹੀਂ, ਸਮਝਾਉਣਾ ਨਹੀਂ। ਨਾ ਪਿੱਛੇ ਜਾ, ਮੈਂ ਨਹੀਂ ਜਾਣਦਾ, ਤੁਸੀਂ ਬੈਠ ਜਾਓ ਇੱਥੇ। ਉਸ ਫਰੈਂਡ ਤੋਂ ਠੀਕ ਆ ਫਿਰ, ਜਾਂ ਤਾਂ ਉਹਨੂੰ ਸਮਝਾ ਲਿਓ ਜਾਂ ਫਿਰ ਮੇਰੀ ਗੱਲ ਸਮਝ ਕੇ ਆਪੇ ਖਿੱਚੋ। ਉਹਨੂੰ ਸਮਝਾ ਕੇ ਆਉਂਗਾ, ਪਰੇਡ ਤੋਂ ਹਟ ਖੜ ਜਾ, ਬਿਲਕੁਲ ਖਲੋ ਇੱਥੇ। ਹੁਣੇ ਪੈਰ ਮੈਂ ਆ ਗਈ ਅੰਦਰ, ਜਾ ਹਟ ਫੇਰ ਅੰਦਰ। ਇੱਕ ਮਿੰਟ ਕਾਕੇ, ਬੂਆ ਖੋਲ ਮੇਰੇ ਪੁੱਤਰ। ਓਏ ਓ ਮੇਰੇ ਪੁੱਤਰ, ਬੂਆ ਖੋਲਦੇ ਹੈ। ਹੁਣ ਡਰ ਕੇ ਅੰਦਰ ਵੜ ਗਈ, ਸਵੇਰੇ ਸਮਝਾਉਣਾ ਇਹਨੂੰ ਬੈਠ ਕੇ। ਦੇਖ ਲਿਆ ਮੈਂ ਕਿਵੇਂ ਸਮਝਾਉਣਾ ਹੈ ਤੂੰ, ਮਾਰ ਕੀ ਬਣਦਾ ਕੀ ਸਵੇਰੇ। ਚੱਲ ਉਹ ਪੁੱਤਰ ਦੀ ਗੱਲ ਤੇ ਸੁਣ ਸਿੱਬੋ। ਕਾਕੇ ਓ ਮੇਰਾ ਪੁੱਤਰ, ਰੋਟੀ ਬਣਾ ਦੇ, ਭੁੱਖ ਬੜੀ ਲੱਗੀ ਕਾਕਾ। ਓ ਬਿਗਲੇ ਪੁੱਤਰੇ, ਆ ਜਾ ਪੁੱਤ, ਪੈ ਜਾ, ਮੈਂ ਤੈਨੂੰ ਰੂਪ ਬਸੰਤ ਦੀ ਕਹਾਣੀ ਸੁਣਾਉਣੀ ਆ। ਦਬਾਏ ਫਿਰ ਦਬਾਏ, ਚਲੋ। ਦੋ ਭਰਾ ਸੀ, ਰੂਪ ਤੇ ਬਸੰਤ। ਵੱਡਾ ਕੌਣ ਸੀ ਬੇਬੇ? ਰੂਪ ਵੱਡਾ ਸੀ ਪੁੱਤ। ਅੱਛਾ। ਰਾਣੀ ਕਹਿੰਦੀ ਰਾਜੇ ਨੂੰ ਵੀ ਜੇ ਮੈਂ ਮਰ ਗਈ ਤੂੰ ਦੂਜਾ ਵਿਆਹ ਨਾ ਕਰਾਈ, ਜੇ ਤੂੰ ਮਰ ਗਿਆ ਤਾਂ ਮੈਂ ਨੀ ਕਰਾਉਂਦੀ। ਭਾਈ ਰਾਣੀ ਮਰ ਗਈ ਤੇ ਰਾਜੇ ਨੇ ਦੂਜਾ ਵਿਆਹ ਕਰਾ ਲਿਆ। ਆਏ ਗਲਤੀ ਕਰ ਗਿਆ ਬੇਬੇ ਰਾਜਾ। ਕਿਰਨਾ, ਮੈਂ ਰਾਤੀ ਭੁੱਖਾ ਹੀ ਸੌਂ ਗਿਆ, ਕੋਈ ਖਾਧਾ ਨਹੀਂ, ਭੁੱਖ ਬੜੀ ਲੱਗੀ, ਰੋਟੀਆਂ ਲਾ ਦੇ। ਹੈਂ ਗੱਗਸਿਆ, ਗੱਲਾਂ ਬੜੀਆਂ ਲਾਲ ਕੀਤੀਆਂ, ਟਮਾਟਰ ਗਿਆ ਤੜਕੇ ਹੀ ਲਾ ਲਈਏ, ਕੋਨੇ ਕੁੱਟਾਂਗੇ ਆਪਾਂ ਉਹਨੂੰ, ਲਾ ਦੇ ਦੋ ਕੁ ਰੋਟੀਆਂ। ਹੈਂ ਓਏ ਕਾਕੇ, ਸੋਹਣਿਆ ਸੋਹਣਿਆ, ਓ ਕਾਕੇ ਮਿੱਠੇ ਮੇਰੇ ਗੁਲਗੁਲੇ। ਓਏ ਮੈਂ ਰਾਤੀ ਕੁਛ ਖਾਧਾ ਨਹੀਂ, ਭੁੱਖ ਬੜੀ ਲੱਗੀ, ਦੋ ਰੋਟੀਆਂ ਲਾ ਦੇ। ਹੈਂ ਗੁੱਸੇ ਹੈ, ਗੱਲਾਂ ਬੜੀਆਂ ਲਾਲ ਕੀਤੀਆਂ, ਟਮਾਟਰ ਵਰਗੀਆਂ, ਤੜਕੇ ਹੀ ਲਾ ਲਈਏ, ਉਹ ਕੁੱਟਾਂਗੇ ਆਪਾਂ ਉਹਨੂੰ। ਹੈਂ ਰੋਟੀਆਂ ਲਾ ਦੇ ਦੋ ਕੁ, ਸੋਹਣਿਆ ਕਾਕੇ। ਓਏ ਮਿੱਠੇ ਮੇਰੇ ਗੁਲਗੁਲੇ, ਗੱਤ ਰੋਟੀ ਲਾ ਦੇ, ਭੁੱਖ ਬੜੀ ਲੱਗੀ ਆ, ਨਾਲੇ ਗੱਲਾਂ ਬੜੀਆਂ ਲਾਲ ਕੀਤੀਆਂ, ਟਮਾਟਰ ਵਰਗੀਆਂ, ਚਟਕੀ ਨਾ ਕੁੱਟ ਲਈ। ਏ ਦੋ ਰੋਟੀਆਂ ਦੇ ਚੱਕਰ ਚ ਤੀਜਾ ਜਬ ਨਾ ਪਾ ਲਈ, ਚੱਲ ਕੁੜੀਏ ਬਾਹਰ ਕੰਮ ਕਰ। ਆਜਾ ਪੁੱਤ, ਮੈਂ ਪਕਾ ਕੇ ਦਿੰਦੀ ਤੈਨੂੰ ਰੋਟੀ। ਰੋਟੀ ਨਹੀਂ ਖਾਧੀ? ਨਾ ਗੁੱਸਾ, ਮਾੜੀ ਜੀ ਖਾ ਲੈ, ਮੈਂ ਲਾਲ ਟਮਾਟਰਾਂ ਦੀ ਚਟਨੀ ਆਪਣੇ ਹੱਥੀ ਕੁੱਟ ਕੇ ਲਿਆਇਆ ਪਤਾ। ਤੇਰੀ ਸੌਂ, ਅੱਜ ਤੂੰ ਮੁੜ ਕੇ ਸ਼ਰਾਬ ਨਹੀਂ ਪੀਂਦਾ, ਮੈਨੂੰ ਤੈਨੂੰ ਵਿਗਾੜਿਆ ਪਤਾ। ਰਾਤੀ ਵੇਖਿਆ ਪੈ ਕੇ ਕਿਵੇਂ ਬਣਾ ਬਣਾ ਕੇ ਦੇਣ ਡਈ ਸੀ, ਮੈਂ ਤੈਨੂੰ ਬੱਸੇ ਚੜਾ ਦੀ। ਰਾਤੀ ਮੈਂ ਟਰਕਾਇਆ ਤੇ ਬੜਾ ਵੀ, ਬੂਆ ਖੋਲ ਦੇ ਬੁੱਗੇ, ਸੋਹਣਿਆ ਬੂਆ ਖੋਲ ਦੇ, ਜੇ ਕਿਤੇ ਬੂਆ ਖੋਲ ਦਿੰਦੀ, ਕੁੱਟ ਕੁੱਟ ਕੇ ਕੁੱਟ ਕੁੱਟ ਕੇ ਪਸਲੀ ਬਾਹਰ ਕੱਢ ਦੇਣੀ ਸੀ ਮੈਂ, ਫਿਰ ਕਿਵੇਂ ਲੱਗਣਾ ਸੀ ਭਲਾ, ਜਿਵੇਂ ਡੱਬ ਚ ਬੋਤਲ ਡੰਗੀ ਹੁੰਦੀ ਆ। ਲੋਕਾਂ ਨੇ ਕੀ ਕਹਿਣਾ ਸੀ ਭਲਾ? ਲੋਕਾਂ ਨੇ ਕਹਿਣਾ ਸੀ ਪੀਪੇ ਕਲਵਾਈ। ਤੂੰ ਇੱਥੇ ਕਰਦੀ ਆ? ਮੈਂ ਤਾਂ ਰੋਟੀ ਲੈ ਕੇ ਆਈ ਸੀ। ਤੂੰ ਕੀ ਬਣਾ? ਮੈਂ ਤਾਂ ਚਟਨੀ ਕੁੱਟ ਲਈ ਸੀ ਮਿੱਠਿਆ। ਓਏ ਮੈਂ ਬੜਾ ਜਾਇਆ ਸਮਝਾ ਕੇ, ਹੈ ਤੂੰ ਆ ਖਾ ਰੋਟੀ, ਨਾਲੇ ਉਹਦਾ ਰੋਟੀ ਲੈ ਕੇ ਆਉਣਾ। ਓਏ ਓਏ ਮੇਰੇ ਗੁਲਗੁਲੇ, ਸੋਹਣੇ ਓਏ, ਉਹ ਗੱਲ ਤੇ ਸੁਣ ਓਏ ਮਿੱਠਿਆ, ਇੱਕ ਮਿੰਟ। ਹੋਰ ਕਾਹਦਾ ਕੁਛ ਐਡਾ ਗੁੱਸਾ? ਕੀ ਕੀ ਸੁਣ ਲਿਆ ਤੂੰ? ਹੈ ਦੱਸ ਮੈਨੂੰ, ਦੱਸ ਕੀ ਸੁਣ ਲਿਆ? ਜਦੋਂ ਕੋਈ ਬੰਦਾ ਰੁੱਸਿਆ ਹੁੰਦਾ ਉਹਨੂੰ ਮਨਾਉਣ ਵਾਸਤੇ ਬੰਦਾ ਵੱਧ ਘੱਟ ਗੱਲ ਕਰ ਦਿੰਦਾ।
ਮੈਂ ਵੱਧ ਘੱਟ ਕਿਹਦੇ ਵਾਸਤੇ ਕਰੇ ਤੇਰੇ ਵਾਸਤੇ ਕਰੇ ਨੀ ਕਿ ਨਹੀਂ ਤੈਨੂੰ ਪਤਾ ਤਾਂ ਹੈਗਾ ਉਹ ਸ਼ੁਦੈਣ ਆ ਜਮਾ ਉਹ ਤਾਂ ਦਿਮਾਗ ਘੱਟ ਆ ਨਾਲੇ ਬੋਲਣ ਦਾ ਤੈਨੂੰ ਪਤਾ ਨੀਗਾ ਅਖੇ ਪੜ੍ਹੀ ਲਿਖੀ ਆ ਜੀ ਕੱਚ ਨੂੰ ਤਾਂ ਚਾਕੂ ਆਉਂਦੀ ਆ ਉਹ ਚਾਕੂ ਹੀ ਹੁਣ ਆਪਾਂ ਹੀ ਕੱਚੂ ਕਹਿੰਦੇ ਆ ਉਹ ਐਵੇਂ ਪ੍ਰਵੀਣ ਬੋਬੀ ਬਣੀ ਫਿਰਦੀ ਕੱਲ੍ਹ ਹੀ ਕਹਿੰਦੀ ਸੀ ਕਿ ਮੈਂ ਸਾਰੇ ਪੁਆੜੇ ਦੀ ਝਾੜਾ ਨਾ 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 ਉਹ ਤਾੜੀ ਮਾਰ ਕੇ ਕਾਦਰ ਖਾਣਾ ਨੂੰ ਔਰ ਬਣਾਓ ਮੇਰੀ ਬਰਬਾਦੀ ਕਾ ਜਸ਼ਨ ਸੋਣੇ ਓਏ ਵੇਖ ਨਹੀਂ ਮਰਨਾ ਖੰਗੂਰਾ ਪਹਿਲਾਂ ਤਾਂ ਤੁਹਾਨੂੰ ਮਦਨ ਖੰਗੂਰੇ ਮਾਰਨੇ ਸਿਖਾਉਣਾ ਕਾਕੇ ਓਏ ਓਏ ਮਿੱਠੇ ਓ ਗੱਲ ਤਾਂ ਸੁਣ ਓਏ 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 ਪੁੱਤਰ ਗੱਲ ਸੁਣ ਓਏ ਕਾਕੇ ਕਾਕੇ ਓਏ ਓਏ ਮੇਰੇ ਗੁਲਗੁਲੇ ਕਾਕੇ ਓਏ ਕਾਕੇ ਓਏ ਬੂਹਾ ਖੋਲਦੇ ਓਏ ਓਏ ਸੋਹਣੇ ਓਏ ਬੇ ਨਿਰਮਲਾ ਪੁੱਤ ਮੇਰੇ ਕੋਲੇ ਆ ਜਾ ਮੈਂ ਤੈਨੂੰ ਬਾਤ ਸੁਣਾਉਣੀ ਆ ਬੇਬੇ ਨੇਰਾ ਤੇ ਪੈ ਲੈਣ ਦੇ ਨੇਰਾ ਤਾਂ ਪੈ ਗਿਆ ਪੁੱਤ ਤੇਰੀ ਜ਼ਿੰਦਗੀ 'ਚ ਆ ਜਾ ਬੇਬੇ ਮਸਲਾ ਸਵੇਰੇ ਪੰਚਾਇਤ 'ਚ ਨਾ ਲੈ ਜੀ ਇੰਨੀ ਛੇਤੀ ਪੁੱਤ ਜ਼ਰੂਰੀ ਆ ਬੇਬੇ ਵੇਖੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਇੱਥੇ ਮੈਂ ਪੰਚਾਇਤ ਮੈਂਬਰ ਪਹਿਲਾਂ ਅਤੇ ਤੁਹਾਡਾ ਘਰ ਵਾਲਾ ਬਾਅਦ 'ਚ ਹੈ ਹਾਲਾਂਕਿ ਦੋਨੇ ਧਿਰਾਂ ਬਹੁਤ ਸਜ ਰਹੀਆਂ ਨੇ ਵੇਖੋ ਜੀ ਇਸ ਘਰ ਦੇ ਵਿੱਚ ਬੀਤੇ ਦਿਨੀ ਜੋ ਕੁਝ ਵੀ ਹੋ ਰਿਹਾ ਬਹੁਤ ਦੁੱਖਦਾਇਕ ਹੈ ਲੁੱਕ ਲੁੱਕ ਕੇ ਅੱਡ ਅੱਡ ਕਮਰਿਆਂ 'ਚ ਬਹਿ ਕੇ ਗੱਲਾਂ ਕਰਨ ਦੇ ਨਤੀਜੇ ਮੈਂ ਬਹੁਤ ਬੁਰੀ ਤਰ੍ਹਾਂ ਭੁੱਕ ਚੁੱਕਿਆ ਮੈਂ ਸੋਚਿਆ ਵੀ ਇਕੱਠੇ ਪੰਚਾਇਤ 'ਚ ਬਹਿ ਕੇ ਗੱਲ ਦਾ ਫੈਸਲਾ ਕੀਤਾ ਜਾਵੇ ਆਪਾਂ ਸਾਰੇ ਸਿਆਣੇ ਇਕੱਠੇ ਹੋਏ ਹਾਂ ਅਤੇ ਆਪਾਂ ਪੰਚਾਇਤ ਸ਼ੁਰੂ ਕਰਦੇ ਹਾਂ ਹਾਂ ਪੁੱਤ ਤੇ ਬੇਬੇ ਜੀ ਜੇ ਮੈਂ ਕਿਤੇ ਮਾੜਾ ਮੋਟਾ ਵੀ ਗਲਤ ਹੋਇਆ ਤੇ ਮੈਨੂੰ ਅਗਾਹ ਜ਼ਰੂਰ ਕਰ ਦਿਓ ਪੰਚਾਇਤ ਮੁਤਾਬਕ ਤੇ ਉਮਰ ਦੇ ਹਿਸਾਬ ਨਾਲ ਸਿੱਬੂ ਜੀ ਦਾ ਪੱਖ ਆਪਾਂ ਪਹਿਲਾਂ ਲੈਣੇ ਆ ਸਿੱਬੂ ਜੀ ਮੈਂਬਰ ਸਾਹਿਬ ਜਿਹੜੀ ਗੱਲ ਤੋਂ ਡਰਦੀ ਨੇ ਕਿ ਬੇਗਾਨੀ ਆਊਗੀ ਤਾਂ ਮੇਰਾ ਘਰ ਖੋਲੂਗੀ ਮੈਂ ਆਪਦੀ ਛੋਟੀ ਭੈਣ ਨੂੰ ਇੰਨੇ ਮਾਣ ਨਾਲ ਇਸ ਘਰ 'ਚ ਵਿਆਹ ਕੇ ਲੈ ਕੇ ਆਈ ਸੀ ਉਹਨੇ ਤਾਂ ਮੇਰੇ ਨਾਲ ਬੇਗਾਨਿਆਂ ਤੋਂ ਵੀ ਵੱਧ ਕੇ ਕੀਤੀ ਮੇਰੇ ਘਰ ਦੇ ਨਾਲ ਨਾਲ ਮੇਰਾ ਘਰ ਵਾਲਾ ਵੀ ਦੱਬ ਲਿਆ ਮੈਂ ਫਿਰ ਵੀ ਚਰ ਗਈ ਪਰ ਜਦੋਂ ਇਹਨਾਂ ਨੇ ਮੇਰੇ ਮਲ ਨੂੰ ਮਲ ਲਿਆ ਨਾ ਮੇਰੇ ਤੋਂ ਜਰ ਨਹੀਂ ਹੋਏ ਹੁਣ ਦੱਸੋ ਮੇਰੀ ਕੀ ਗਲਤੀ ਮੇਰਾ ਕੀ ਕਸੂਰ ਆ ਦੇਖੋ ਮੈਂਬਰ ਸਾਹਿਬ ਜਿਵੇਂ ਇਹਦੇ ਕਹਿਣ ਮੁਤਾਬਕ ਇੱਕ ਮਹੀਨੇ 'ਚ ਇਹਦਾ ਘਰ ਤੇ ਘਰ ਵਾਲਾ ਵਸਟ ਕਰ ਲਿਆ ਗਿਆ ਉਹ ਤੇ ਇਹਦਾ ਹੈ ਹੀ ਨਹੀਂ ਸੀ ਇਹਦਾ ਵਹਿਮ ਸੀ ਮੈਂ ਇਹਨੂੰ ਵਸਟ ਕਰਦੀ ਤਾਂ ਕੋਈ ਹੋਰ ਕਰ ਲੈਂਦਾ ਪਕਾਈ ਨਾ ਮਾਰ ਵੇਖੋ ਪੰਚਾਇਤ ਦੀ ਮਰਿਆਦਾ ਨਾ ਭੰਗ ਕਰੋ ਸ਼ਬਦਾਂ ਦੀ ਜਿਹੜੀ ਚੋਣ ਹੈ ਉਹ ਸਹੀ ਕਰੋ ਪਕਾਈ ਤਾਂ ਕੁਝ ਹੋਰ ਵੇਖ ਲਓ ਉਲਟਾ ਚਲਾਕੀਆਂ ਤੇ ਇਹ ਕਰਦੀ ਮੇਰੇ ਨਾਲ ਮੇਰੇ ਕੰਨ ਭਰੇ ਤੇ ਮੈਨੂੰ ਮੇਰੇ ਘਰ ਵਾਲੇ ਨਾਲ ਲੜਾਤਾ ਮੈਨੂੰ ਤਾਂ ਦਾਰੂ ਇੰਨੀ ਮਾੜੀ ਲੱਗਦੀ ਵੀ ਨਹੀਂ ਸੀ ਜਿੰਨੀ ਇਹਨੇ ਲੱਗਣ ਲਾਤੀ ਹਾਂ ਜਿਹੜਾ ਮੇਰਾ ਘਰ ਵਾਲਾ ਤੂੰ ਆਪਦੇ ਵਸਟ ਕਰ ਲਿਆ ਉਹ ਮੇਰੀ ਤਾਂ ਸੁਣਦਾ ਹੀ ਨਹੀਂ ਆ ਤੇਰੇ ਪਿੱਛੇ ਪਿੱਛੇ ਲੱਗਿਆ ਰਹਿੰਦਾ ਤੂੰ ਕਰ ਲੈਂਦੀ ਵਸਟ 10 ਸਾਲ ਤੇਰੇ ਕੋਲ ਹੀ ਸੀ ਮੈਂ ਤਾਂ ਇਹਨੇ ਮਾਂ ਨਾਲ ਵਿਆਹ ਕੇ ਆਈ ਕਿ ਮੇਰੀ ਵੱਡੀ ਭੈਣ ਆ ਮਾਵਾਂ ਵਰਗੀ ਆ ਮੇਰਾ ਖਿਆਲ ਰੱਖੂਗੀ ਪਰ ਤੂੰ ਤਾਂ ਮੇਰਾ ਘਰ ਹੀ ਦੱਬਣ ਤੇ ਆ ਗਈ ਡੈਣੇ ਇੱਕ ਤਾਂ ਤੂੰ ਮੈਨੂੰ ਮਾਮੂ ਕਹਿਣਾ ਛੱਡ ਦੇ ਤੇਰੇ ਤੋਂ ਬਸ 6 ਸਾਲ ਵੱਡੀ ਆ ਮੈਂ ਆ ਕੀ ਲਾਏ ਹੋਏ ਕਿ ਪੌੜੀਆਂ ਨਾਲ ਚੜ ਉਮਰ ਹੋ ਗਈ ਪੌੜੀਆਂ ਨਾਲ ਉੱਤਰ ਉਮਰ ਹੋ ਗਈ ਅੱਜ ਵੀ 3 ਦਿਨ ਕੇਸ਼ ਨਿਕਾਰ ਨਾਲ ਨਾ ਤੇਰੇ ਤੋਂ ਤਾਂ ਬਹੁਤ ਸੋਹਣੀ ਲੱਗਾਂਗੀ ਆਈ ਵੱਡੀ ਸ਼੍ਰੀ ਦੇਵੀ ਬੂਥਾ ਵੇਖਿਆ ਕਿਤੇ ਆਪਣਾ ਬਕਵਾਸ ਕਰਦੀ ਆ ਦੇਖ ਲਓ ਕਿਵੇਂ ਗੱਲ ਕਰਦੀ ਮੇਰੇ ਨਾਲ ਹਜੇ ਤਾਂ ਮੈਂ ਪੰਚਾਇਤ 'ਚ ਬੈਠੀ ਹਾਂ ਦੇਖੋ ਜਿਹੜੀ ਪੰਚਾਇਤ ਦੀ ਗੱਲ ਆ ਉਹ ਤਾਂ ਕਰ ਜਾ ਤੂੰ ਆਇਆ ਵੱਡਾ ਮੈਂਬਰ ਸਾਹਿਬ 10 ਸਾਲਾਂ 'ਚ ਆ ਤੇ ਤੇਰੇ ਤੋਂ ਸਿੱਧੀ ਕੀਤੀ ਨਹੀਂ ਗਈ ਕਿੰਨੀ ਚੱਪੜ ਚੱਪੜ ਕਰਦੀ ਹੈ ਆ ਕੇ ਤੂੰ ਤਾਂ ਕਹਿੰਦੀ ਸੀ ਵੀ ਇੱਕ ਹੋਊਗੀ ਮੇਰੇ ਨਾਲ ਲੜੂਗੀ ਜਦੋਂ ਹੋਣਗੀਆਂ ਤੇ ਮੇਰੇ ਲਈ ਲੜਨਗੀਆਂ ਸਲਟਾ ਇਹਨੂੰ ਤੇ ਨਾਲੇ ਮੇਰੇ ਨਜ਼ਾਰੇ ਉਹ ਚੋਰਿਆ ਤੈਨੂੰ ਨਜ਼ਾਰਿਆ ਜੀ ਭਈ ਇੱਥੇ ਤੇਰਾ ਘਰ ਉੱਜੜ ਚੱਲਿਆ ਕੀ ਕਹਿੰਦੀ ਸੀ ਤੂੰ ਦੱਸ ਮੈਨੂੰ ਤੂੰ ਨਾ ਮੀਸਣੀ ਹੈ ਜੀ ਉਹ ਤਾਂ ਬੋਲ ਨਾ ਮੈਨੂੰ ਮੀਸਣੀ ਹੈ ਨਾ ਕਿ ਡਰਦੀ ਨਹੀਂ ਤੇਰੇ ਘਰ ਵੇਖਾ ਆ ਚੱਲ ਦੇਖ ਲੈਣੇ ਚੱਲ ਚੱਲ ਸ਼ਬਦਾਂ ਦੀ ਜਿਹੜੀ ਚੋਣ ਸਹੀ ਪੰਚਾਇਤ ਦਾ ਫੈਸਲਾ ਤਾਂ ਸੁਣ ਲੋ ਫੈਸਲਾ ਕੇਸ਼ਨ ਖਾਰੀ ਕਰੂ ਹੁਣ ਆਹੋ ਉਹ ਇਹ ਤਾਂ ਤੇਰਾ ਤਰੀਕਾ ਹੀ ਗਲਤ ਹੈ ਉਹਦੇ ਕੋਲ ਜਾ ਕੇ ਉਹਦੀਆਂ ਗੱਲਾਂ ਉਹਦੇ ਕੋਲ ਜਾ ਕੇ ਉਹਦੀਆਂ ਗੱਲਾਂ ਜਿਹੜੀ ਕੋਲੇ ਬਹਿਣਾ ਉਹਦੀ ਤਾਰੀਫ ਐ ਕਿਤੇ ਕੰਮ ਚੱਲਦੇ ਹੁੰਦੇ ਐ ਤਾਂ ਉਹਨਾਂ ਨੂੰ ਹੋ ਗਿਆ ਨਾ ਤੂੰ ਬੰਦਾ ਦਿਲ ਦਾ ਚੰਗਾ ਕੱਲੀ ਕੱਲੀ ਨੂੰ ਮਨਾਉਂਦਾ ਫਿਰਦਾ ਪਿੱਛੇ ਪਿੱਛੇ ਐ ਨਹੀਂ ਤੀਵੀਆਂ ਮੰਨਦੀਆਂ ਹੁੰਦੀਆਂ ਉਹ ਗੱਲ ਸੁਣ ਯਾਰ ਹੁਣ ਘਰੇ ਜਾਏਗਾ ਨਾ ਪਹਿਲਾਂ ਤਾਂ ਜਾਣ ਸਾਰ ਮਾਰ ਲਲਕਰਾ ਹੋਰ ਕੀ ਫੇਰ ਛੰਡ ਇੱਕ ਦੇ ਗੱਟਿਆ ਕੀ ਦੂਜੀ ਤਾਂ ਤੇਰੇ ਮਗਰ ਭੱਜੀ ਫਿਰੂ ਖਾਲੇ ਰੋਟੀ ਜੀ ਖਾਲੇ ਰੋਟੀ ਜੀ ਤੇ ਤੂੰ ਖਾਣੀ ਨਹੀਂ ਓਏ ਅਸੀਂ ਤਾਂ ਇੱਕ ਇੱਕ ਨੂੰ ਐ ਰੱਖਦੇ ਆ ਉਹ ਤੇਰੇ ਤਾਂ 2 ਐ ਖਿੱਚ ਕੇ ਰੱਖ ਹੋਰ ਕੀ ਆਹੀ ਮੌਕਾ ਐ ਸਾਂਭ ਲੈ ਨਹੀਂ ਤਾਂ ਬੱਚੂ ਤੇਰੀ ਮੰਜੀ ਵੀ ਚਾਚੇ ਵਾਂਗੂ ਮੋਟਰ ਤੇ ਆਈ ਲੈ
ਮੈਨੂੰ ਤਾਂ ਘਰ ਛੱਡ ਗਿਆ। ਓ ਯਾਰ ਤੂੰ ਤਾਂ ਟਰੈਕਟਰ ਤੇ ਆਇਆ ਸੀ। ਓ ਟਰੈਕਟਰ ਤੇ ਟਾਈਮ ਲੱਗ ਜੂ, ਤੂੰ ਆ ਗਿਆ ਤਾਂ ਸਟਾਰਟ ਕਰ ਲੈ। ਚਲੋ ਚਲ ਚਲ, ਇਹਨਾਂ ਦਾ ਮੈਂ ਪੱਤਾ ਵੇਖੀ ਕੀ ਅੱਜ ਦੇਖੀ ਲੈ। ਓ ਦੇਖੀ ਮੈਂਬਰਾ ਜ਼ਿਆਦਾ ਦਿੱਤਾ ਨਾ ਚਲੀ। ਓ ਇਹਨਾਂ ਨੂੰ ਫੜਾ ਲਹੂ ਪੀਤਾ ਇਹਨਾਂ ਨੇ ਮੈਂ। ਖੜ ਜਾ ਤੁਹਾਡੀ ਪਾਏ ਤੁਹਾਡੀ ਉਮਰ ਤੇ ਤੇਰਾ ਖਤਮ ਹੋ ਗਿਆ। ਖੜੀ ਜਾਈ ਨਾ ਖੜੀ। ਆ ਕਰ ਲਾ ਫਿਰ, ਮੇਰਾ ਤਾਂ ਖਤਮ ਹੈਗਾ ਵੀ ਨਹੀਂ, ਮੇਰਾ ਤਾਂ ਨਿਰਬਲ ਸੀ ਜਿਹੜਾ ਤੂੰ ਡਬ ਲਿਆ ਡੇਣਾ। ਨੀ ਕੁੱਤੀਆ ਤੂੰ ਨਾ ਕਰ ਹੁਣ ਛੱਡ। ਕੁੱਤੀਆ ਨਾ ਕਹਿ ਨਾ ਕਹਿ ਮੈਨੂੰ ਕੁੱਤੀਆ ਦੇ ਲੈ ਤੂੰ ਨਾ। ਅੰਦਰ ਆਏ ਪੁੱਤ, ਬਹਿ ਜਾ ਬਹਿ ਜਾ, ਇੱਥੇ ਬਹਿ ਜਾ ਪੁੱਤ। ਮੈਂ ਮੈਂਬਰ ਸਾਹਿਬ ਤੋਂ ਚੌਰਾ ਕਦੋਂ ਦਾ ਹੋ ਗਿਆ? ਜਦੋਂ ਮੈਂ ਤੁਸੀਂ ਸੱਤੂ ਹੋ ਗਈ ਪੁੱਤ। ਬੇਬੇ ਵਾਲਾਂ ਦਾ ਕੀ ਹਾਲ ਕੀਤਾ ਜੀ? ਕਿਵੇਂ ਆ ਮੈਂਬਰਾ, ਬਾਹਰ ਬੈਠੇ ਹੋ? ਉਹ ਕੁਛ ਨੀ, ਥੜੀ ਬਣਵਾਈ ਸੀ, ਅਸੀਂ ਕਦੇ ਬਹਿ ਕੇ ਨੀ ਵੇਖਿਆ। ਮੈਂ ਸੋਚਿਆ ਮੈਂ ਤੇ ਬੇਬੇ ਬਹਿ ਕੇ ਵੇਖ ਲਈਏ। ਚਲੋ ਅਸੀਂ ਤੇ ਮੌਜਾਂ ਲੈ ਰਹੇ ਹਾਂ। ਹਾਂ ਬੇਬੇ ਤਗੜੀ ਆ। ਮੈਂ ਤਾਂ ਬਹੁਤ ਤਗੜੀ ਆ। ਦੀਦੀ ਤੇ ਮਾਮਾ ਨਾਲੋਂ ਵੀ ਵੱਧ ਧਿਆਨ ਰੱਖਦੇ ਆ ਕਿ ਖਰਾਵਾ ਗੱਲ ਆ ਕਰਿਓ ਫੜ। ਹਾਂ ਬੇਬੇ ਰੌਣਕਾਂ ਹੀ ਰੌਣਕਾਂ, ਪੂਰਾ ਖਿਆਲ ਰੱਖਦੀਆਂ ਮੈਂ ਨਿੱਕੀ ਦਾ। ਬੇਬੇ ਤੇ ਸੀਂਦੀਆਂ ਹੋਰ ਕੀ। ਪਤਾ ਨਹੀਂ ਪੁੱਤ, ਮੈਂ ਤਾਂ ਚੰਗੀਆਂ ਭਲੀਆਂ ਨੂੰ ਲੜਦੀਆਂ ਛੱਡ ਕੇ ਗਈ ਸੀ। ਬੇਬੇ ਮੇਰੇ ਬਿਨਾਂ ਤਾਂ ਬਿਲਕੁਲ ਨਹੀਂ ਸਰਦਾ ਇਹਨਾਂ ਦਾ। ਲੈ ਸਰਦਾ ਹੁੰਦਾ ਤਾਂ ਮੈਨੂੰ ਇੱਥੇ ਲੈ ਕੇ ਆਉਂਦੀ। ਓ ਨਾ ਨਾ, ਲਾਂਬਾ ਨਹੀਂ ਲਿਆਉਂਦੀ, ਅੱਗੇ ਕਦੀ ਤੇਰੀ ਧੀ ਨੇ ਲਾਂਬਾ ਲਿਆਂਦਾ। ਓ ਬੇਬੇ ਉਹ ਆ ਗਏ ਨੇ, ਮੈਂ ਨਾ ਉਹਨਾਂ ਨੂੰ ਕੁਛ ਖਵਾ ਦਾਂ। ਆ ਗਿਆ, ਲੱਗ ਗਿਆ ਤੇਰਾ ਟਾਈਮ, ਇੱਧਰ ਉੱਧਰ ਕੀ ਝਾਕੀ ਜਾਂਦਾ? ਤੈਨੂੰ ਕਿਹਾ ਤੈਨੂੰ ਅੱਜ ਲਾ ਪੰਚਾਇਤ, ਚਾਰ ਜਨਾਨੀਆਂ ਚ ਮੈਨੂੰ ਆਂਦੀ ਆਹ ਤੇਰਾ ਕੀ ਹੱਕ ਹੈ ਇਸ ਘਰ ਚ ਤੈਨੂੰ ਨਿਆਣੇ ਜੰਮਣ ਨੂੰ ਲਿਆਂਦਾ? ਸੁਣ ਲੈ ਮੇਰੀ ਗੱਲ, ਮੈਂ ਹੋਮ ਸੈਂਸ ਕੱਲੀ ਨਿਆਣੇ ਜੰਮਣ ਨੂੰ ਨਹੀਂ ਕੀਤੀ। ਦੱਸ ਮੈਨੂੰ ਮੈਂ ਕੀ ਝੂਠ ਕਹਿਤਾ? ਨਹੀਂ ਲਿਆਂਦਾ ਆਪਾਂ ਨੂੰ ਨਿਆਣੇ ਜੰਮਣ ਲਈ, ਦੱਸੋ ਮੈਨੂੰ। ਆ ਖੜੇ ਦੋਗਵਾ, ਪੁੱਛ ਲੈ ਇਹਨਾਂ ਨੂੰ। ਲਾ ਲਾ ਪੰਚਾਇਤ, ਲਾ ਪੰਚਾਇਤ। ਉਹ ਤੁਸੀਂ ਪੰਚਾਇਤ ਦੀ ਸੁਣਦੀਆਂ ਕਿੱਥੇ ਹੋ? ਨਾਲੇ ਅਜੇ ਤੁਸੀਂ ਮੇਰਾ ਪਿਆਰ ਵੇਖਿਆ, ਤੁਸੀਂ ਮੇਰਾ ਗੁੱਸਾ ਨਹੀਂ ਵੇਖਿਆ? ਤੁਹਾਨੂੰ ਮੈਂ ਦੱਸਾਂ, ਇੱਕ ਮਿੰਟ ਪਹਿਲਾਂ ਤੁਸੀਂ ਗੁੱਸਾ ਦਿਖਾਓ, ਦਿਖਾਓ ਦਿਖਾਓ। ਬੇਬੇ ਰਹਿਣ ਦੇ ਪੁੱਤ, ਸੰਭਾਲ ਕੇ ਰੱਖ, ਕਿਤੇ ਚੰਗੇ ਕੰਮ ਆਊਗਾ। ਸਿਫਤਾ ਬੇਬੇ ਦੀ, ਬਚਾ ਲਿਆ ਤੁਹਾਨੂੰ। ਆ ਰਹਿਣ ਦੋ। ਓ ਆ ਕਿਹੜੀ ਘਟ ਹੈ, ਕੀ ਕਹਿ ਕੇ ਭੱਜੀ ਹੈ 2 ਮਿੰਟ ਪਹਿਲਾਂ? ਇਹ ਤੁਹਾਡੀ ਮਾਂ ਨੇ ਤੁਹਾਨੂੰ ਅਕਲ ਨਹੀਂ ਸਿਖਾਈ? ਕੀ ਕਮੀ ਹੈ ਸਾਡੀ ਪਰਵਰਿਸ਼ 'ਚ? ਹੱਸੂ ਹੱਸੂ ਕਰਦੇ ਸਾਡੇ ਚਿਹਰੇ ਆ। ਇਹਨੂੰ ਕੋਈ ਪੁੱਛੇ ਕਿੰਨੀ ਕੁ ਅਕਲ ਦੇਤੀ ਇਹਨੇ ਆਪਦੇ ਪੁੱਤ ਨੂੰ? ਦਵਾਨੀ ਦਾ ਤੂੰ ਬੰਦਾ ਨਹੀਂ, ਪੈਰ ਪੈਰ ਦੇ ਬਦਲ ਜਾਂਦਾ। ਖਬਰਦਾਰ ਜੀ, ਮੇਰੇ ਮੁੰਡੇ ਨੂੰ ਦਵਾਨੀ ਦਾ ਕਿਹਾ ਹੈ? ਹਾਲੇ ਤਾਂ ਮੈਂ ਤੁਹਾਡੀ ਲਿਹਾਜ਼ ਕਰਦੀ ਆ, ਜੇ ਮੈਂ ਆਪਦੀ ਆਈ ਤੇ ਆ ਗਈ ਨਾ, ਤੁਹਾਡੀਆਂ ਗੁੱਦਰੀਆਂ ਘੁਮਾ ਦੂੰਗੀ ਮੈਂ। ਓ ਬਹਿ ਜਾ, ਟਿਕ ਜਾ ਟਿਕ ਜਾ, ਆਈ ਵੱਡੀ ਗੁੱਤਾਂ ਘੁਮਾਉਣ ਵਾਲੀ, ਮੈਂ ਪੈਰੀ ਹੱਥ ਲਾ ਕੇ ਚੱਕ ਵੀ ਲੈਣੀ ਓ। ਖੁਸ਼ ਹੈ? ਹੋਰ ਜਾ ਦੇਣਾ ਲੁੱਚੀ ਅੱਡੀ ਵਾਲੇ ਸੈਂਡਲ ਬਾਬਾ ਫਿਲਮਾਂ ਦੇਖਣ। ਓਏ ਆ ਜੋੜੇ ਹੱਥ, ਬਿਮਾਰੀ ਦੱਸੋਗੇ ਕੀ ਹੈ, ਕੀ ਮਸਲਾ? 100 ਗੱਲਾਂ ਦੀ ਇੱਕ ਗੱਲ ਆ, ਮੈਨੂੰ ਨਹੀਂ ਚਾਹੀਦਾ ਬਲ, ਮੈਨੂੰ ਚਾਹੀਦਾ ਨਿਰਬਲ, ਤੁਸੀਂ ਚਾਹੀਦੇ ਹੋ ਮੈਨੂੰ। ਆ ਖੜੀ ਪੁੱਛ ਲੈ ਨੂੰ ਜੇ ਦਿੰਦੀ ਆ। ਹੈ? ਆ ਕੌਣ ਹੁੰਦੀ ਆ ਮੈਨੂੰ ਦੇਣ ਵਾਲੀ? ਇਹਨੂੰ ਤਾਂ ਮੈਂ ਇੱਥੇ ਲੈ ਕੇ ਆਈ ਆ। ਓ ਤੂੰ ਕੌਣ ਹੁੰਨੀ ਆ ਮੈਨੂੰ ਇੱਥੇ ਲੈ ਕੇ ਆਉਣ ਵਾਲੀ? ਮੈਨੂੰ ਲੈ ਕੇ ਆਈ ਇੱਥੇ ਮੇਰੀ ਮਾੜੀ ਕਿਸਮਤ। ਓਏ ਤੁਸੀਂ ਥੱਕਦੀ ਨੇ ਆਪਸ ਚ ਲੜ ਲੜ ਕੇ? ਓ ਬਾਹਰੋਂ ਆਏ ਆ, ਅਸੀਂ ਥੱਕੇ ਹਾਰੇ ਆਏ ਆ, ਕੋਈ ਬੰਦਾ ਮਾੜਾ ਮੋਟਾ ਚਾਹ ਪਾਣੀ ਪੁੱਛ ਲੈ, ਰੋਟੀ ਪੁੱਛ ਲੈ, ਤੁਸੀਂ ਵੇਖ ਕੇ ਰੋਟੀ ਖਾ ਲਓ, ਆਪਾਂ ਇੱਥੇ ਸ਼ੁਰੂ ਕਰ ਲਾਂਗੇ। ਤੂੰ ਮੈਨੂੰ ਮੰਗਿਆ, ਹੁਣ ਤੈਨੂੰ ਜਵਾਬ ਦਿੱਤਾ, ਇੱਥੇ ਸ਼ੁਰੂ ਕਰਾਂਗੇ ਨਾ ਬੇਬੇ? ਚਲੋ ਜਾ ਕੋ ਲਿਆ ਖਾਣ ਨੂੰ। ਮੈਂ ਨਹੀਂ ਲਿਆਉਂਦੀ, ਹੁਣ ਉਦੋਂ ਤਾਂ ਮੰਗਣਾ ਜਿੱਦੋਂ ਤਾਂ ਮੈਂ ਤੁਹਾਨੂੰ ਮੰਗਣਾ ਸੀ। ਹਾਂ ਤੇ ਮੈਂ ਬਣਾ ਦਿੰਨੀ ਆ। ਆ ਬਣਾ ਫਿਰ ਸਰਦਾਰ ਜੀ, ਕੀ ਖਾਓਗੇ? ਪੁਰਜੀ ਪੁੱਤ, ਮੈਂ ਹੁਣੇ ਬਣਾ ਕੇ ਲਿਆਈ। ਲੈ ਪੁਰਜੀ ਕਿਹੜੀ ਖਾਣ ਵਾਲੀ ਚੀਜ਼ ਹੈ? ਮੈਂ ਬਣਾਉਣੀ ਆ ਭਰਵੇਂ ਕਰੇਲੇ। ਹਾਂ ਭਰਵੇਂ ਕਰੇਲੇ, ਬੈਂਗਣ ਬੈਂਗਣ ਬਣਾ ਕੇ ਖਵਾਉਣੀ ਤੁਹਾਨੂੰ ਸਰਦਾਰ ਜੀ। ਆਲੂ ਮਟਰ, ਆਲੂ ਮਟਰ ਬਣਾਓ। ਬੜੇ ਭੈੜੇ ਬਣਾਉਂਦੀ, ਮੈਂ ਤੁਹਾਨੂੰ ਖੁੰਬਾ ਖਵਾਉਣੀ ਆ। ਕੁੱਕੜ ਕੁੱਕੜ ਵਧੋ, ਬੱਕਰਾ ਸਰਦਾਰ ਜੀ, ਬੱਕਰਾ, ਮੱਸੀ 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 ਮੱਸੀ, ਟਟੀਰੀ ਸਰਦਾਰ ਜੀ। ਚੱਪਣੀ ਚ ਪਾਣੀ ਲੈ ਕੇ ਡੁੱਬ ਮਰ, ਤੂੰ ਮਰ ਕਿ ਤੂੰ ਮਰ, ਨਹੀਂ ਤੂੰ ਮਰ ਕਿ ਤੂੰ। ਕੀ ਹੋ ਗਿਆ ਸਰਦਾਰ ਜੀ? ਹਿੱਲ ਗਿਆ ਮੈਂ। ਸਕੰਜਵੀ ਬਣਾਵਾਂ? ਤੁਹਾਡੇ ਤੋਂ ਬਣ ਹੀ ਨਹੀਂ ਹੁਣ,
ਆ ਟੁੱਟੇ ਹੱਥਾਂ ਨਾਲ ਠੰਡੇ ਕੱਪ ਨਹੀਂ ਨਾ ਚੱਕੇ ਜਾਣੇ। ਚਲੋ ਨਿਕਲੋ। ਰੋਟੀ ਕੌਣ ਬਣਾਊਗਾ? ਹੈਗੀ ਮੀਨਾ। ਚਲੋ ਕੱਪੜੇ ਪੌਂਕ ਜਾਣ ਕੇ ਚਲੋ ਤੁਰਦੀ ਹੈ ਕਿ ਨਹੀਂ। ਭੁੱਖ ਲੱਗੀ ਹੈ ਬੇਬੇ, ਰੋਟੀ ਲੈ ਕੇ ਆ। ਚਲੋ ਚਲੋ ਪਹਿਲਾਂ ਮਾਰ ਛਾਉਣਾ ਸਰਦਾਰ। ਅੱਗੇ ਕੁਮਾਰ ਮਾਰ ਤੁਰ ਪਰਲੇ ਪਾਸੇ। ਪਰ ਜਾਨੀ ਹੈ ਕਿ ਨਹੀਂ ਦੁਖੀ ਕਰ ਲੈ ਓਏ ਚਾਉਣੇ ਨੇ। ਰੋਕ ਲੈ ਆਪਣੀ ਮਾਂ ਨੂੰ ਸਾਲਾ, ਤੇ ਮੈਂ ਪੰਚਾਇਤ ਨੂੰ ਪੈ ਕੇ ਤੇਰਾ ਰਾਹ ਨਾਲ ਕੈਂਸਲ ਕਰਾ। ਮੈਨੂੰ ਮੈਂਬਰ ਨਾ ਕਹੀ, ਕਦੀ ਨੂੰ ਸੱਟਣਾ ਜਾਈਏ। ਦੋ ਸਵਾਰੀਆਂ ਛੱਡਾਂ ਜਾਂ ਤੈਨੂੰ ਸਵਾਰੀਆਂ ਦਾ ਫਿਕਰ ਨਾ, ਤੂੰ ਡਰਾਈਵਰ ਸਵਾਦ ਹੈ। ਤੁਸੀਂ ਕੀ ਇੱਧਰ ਮਰੋ ਚਲੋ। ਸਰਦਾਰ ਜੀ ਅਜੇ ਵੀ ਮੌਕਾ ਤੁਸੀਂ ਧਿਆਨ ਰੱਖਿਓ ਆਪਣਾ। ਰੋਟੀ ਟਾਈਮ ਨਾ ਖਾ ਲਿਓ ਸਰਦਾਰ ਜੀ। ਰਾਜੇ ਨੇ ਨਾ ਰਾਣੀ ਨੂੰ ਬਥੇਰਾ ਸਮਝਾਇਆ ਵੀ ਮੇਰਾ ਰੂਪ ਪੁੱਤ ਇਹ ਜਾਨੀ ਉਹ ਤਾਂ ਬਾਹਲੇ ਚੰਗਾ, ਪਰ ਰਾਣੀ ਕਿੱਥੇ ਮੰਨਦੀ ਹੈ ਪੁੱਤ? ਮਤਰੇਈ ਮਾਂ ਉਹ ਕਹਿੰਦੀ ਜਾਂ ਤਾਂ ਰੂਪ ਰਹੂਗਾ ਜਾਂ ਮੈਂ ਰਹੂੰਗੀ। ਉਹਦਾ ਆਖਾ ਮੰਨ ਕੇ ਰੂਪ ਨੂੰ ਰਾਜੇ ਨੇ ਦਰਬਾਰ ਚ ਬੁਲਾ ਲਿਆ ਤੇ ਉਹਨੂੰ ਦੇਸ਼ ਨਿਕਾਲਾ ਦਿੱਤਾ। ਬੇ ਕੀ ਹੋ ਗਿਆ ਪੁੱਤ? ਤੂੰ ਤਾਂ ਕਦੇ ਨਿੱਕਾ ਹੁੰਦਾ ਨੀ ਇੰਨਾ ਰੋਇਆ ਸੀ। ਕਾਕੇ ਓਏ, ਓ ਮਿੱਠੇ ਸੋਹਣਿਆ, ਓਏ ਮੇਰੇ ਗੁਗਲੇ, ਦੱਸ ਆ ਜਾ ਪੁੱਤ, ਹੈ ਨੀ ਤੇਰੇ ਬੁੱਗੇ ਬਾਗੇ, ਆ ਜਾ ਮੇਰੇ ਕੋਲ ਆ ਜਾ। ਮੈਨੂੰ ਕਿਹੜਾ ਯਾਦ ਆਉਣ ਡੀ ਉਹਨਾਂ ਦੀ ਬੇਬੇ? ਖੁਸ਼ ਹਾਂ ਮੈਂ, ਬਹੁਤ ਖੁਸ਼ ਹਾਂ। ਆਪਾਂ ਤਾਂ ਖੁਸ਼ ਹਾਂ ਪੁੱਤ, ਉਹਨਾਂ ਦਾ ਬੁਰਾ ਹਾਲ ਹੋਊਗਾ, ਕਿਤੇ ਮਰਨੀ ਆ ਕੁਛ ਖਾ ਪੀ ਤਾਂ ਲੈਣ। ਜੋ ਕਰਦੀਆਂ ਕਰ ਲੈਣ ਬੇਬੇ, ਪਰ ਮੈਂ ਨੀ ਜਾਣਾ ਲੈਣ ਇੱਕ ਦੋ ਦਿਨ ਹੋਰ। ਠੀਕ ਹੈ ਪੁੱਤ, ਇੱਕ ਦੋ ਦਿਨ ਹੋਰ ਸਭ ਸਿਖਾ ਦੀ ਉਹਨਾਂ ਨੂੰ। ਪ੍ਰਾਹੁਣੇ ਕਿਵੇਂ ਪਿਆ ਉਰੇ? ਉਹ ਤਾਂ ਗਹਿਣੇ ਦੀ ਕੁੜੀ ਕੋਮਲ ਦੇ ਵਿਆਹ ਤੇ ਗਏ ਨੇ ਸਾਰੇ ਹੀ, ਉੱਥੇ ਹੀ ਮਿਲਣਗੇ ਤੈਨੂੰ, ਉੱਥੇ ਹੀ ਜਾ ਰਿਹਾ। ਆਹ
बेबे कौन है भाई? बेबे असि सीबो ते करना। सत श्री अकाल भाई। हाय बेबे, हां की हाल बना लिया? उठो आराम नाल, आराम नाल। बेबे सानू माफ कर दे, असि ना आउन च लेट जियां हो गईयां थोड़ियां। हाय सरदार जी किथे ने बेबे? केड़े सरदार जी पुत्त? बेबे मेंबर साहब। मेंबर? हुणे मेंबर मुंबर नहीं रहा, उन्हां ने मेंबरी चो कढ़ता। कहिंदे पहिलां आपदे घर दे मसले सुलझा लो। लै तां वधिया हो गया बेबे, ओ तो खिज के आउंदे सी साडे नाल लड़दे सी। मेंबरी मुंबरी च की रखिया, किथे ने हुण? ओ तां थोनू लैण गया सी पुत्त। पर उन्हां नूं आए नूं तां 3 दिन हो गए, सानूं तां चज नाल मिल के वी नहीं आए। 3 दिन हो गए? हां मैं डुबड़ी सोची जानी है, थोड़े कोले गया आपदी मां नूं भुल गया। एह किधरे थोड़े स्यापे च मेरा मुंडा ना निकल जे। बेबे क्यों जे गल्लां कर रहे हो? यहाँ कोई ट्रेन में हादसा हुआ हो? नहीं जी, ऐसा कोई हादसा नहीं हुआ। बाबा जी, आप बंदा तो नहीं वेख्या गुरुद्वारे आंदा जांदा? ना जी। अच्छा, ओ थोड़ी ओही कुछ हो गया जिहदा डर सी, घर दा कलेश लै गया। ਇਹਨੂੰ ਤੈਰਨਾ ਤਾਂ ਨਹੀਂ ਆਉਂਦਾ ਸੀ? ਨਾ। ਫਿਰ ਨਹਾਉਣ ਤਾਂ ਨਹੀਂ ਗਿਆ ਹੋਣਾ? ਰੱਬ ਦੇ ਰੰਗ ਨੇ ਜੀ, ਖਾਲੀ ਹੱਥ ਆਇਆ ਸੀ, ਨੰਗੇ ਪੈਰੀਂ ਤੁਰ ਗਿਆ। ਜੁੱਤੀ ਛੱਡ ਗਿਆ ਆਖਰੀ ਨਿਸ਼ਾਨੀ। ਉਹ ਸਰਪੰਚ ਮਿਲ ਗਿਆ। ਅੱਛਾ, ਕਿੱਥੇ ਹੈ? ਉਹ ਦੱਸਣ ਵਾਲੀ ਗੱਲ ਨਹੀਂ, ਪਿੰਡ ਪਹੁੰਚਾ। ਚਲੋ ਵੀ ਚਲੋ ਚਲੋ ਚਲੋ। ਤੇਰਾ ਜੁੱਤੀ ਕਿਹਦੀ ਹੋਈ? ਉਹ ਹੋਣਾ ਕੋਈ ਰੱਬ ਦਾ ਜੀ। ਚਲੋ ਆ ਜਾਓ, ਤੋਰ ਤੋਰ ਦਬਾ ਦਾ। ਆ ਦੇਖਣਾ ਰਹਿ ਗਿਆ ਸੀ ਇਸ ਉਮਰ ਵਿੱਚ। ਮੈਨੂੰ ਪਹਿਲਾਂ ਹੀ ਪਤਾ ਸੀ ਜਦੋਂ ਹਾਂ ਸੱਚ ਕੇ ਡੋਕਰੇ ਚਕਾਉਂਦਾ ਸੀ, ਇਹ ਕਹਾਣੀ ਕਿਸੇ ਕੰਮ ਨਹੀਂ ਆ। ਹੋਰ ਬੰਦਾ ਸਹੀ, ਸਾਰਾ ਕੁਝ ਮੈਨੂੰ ਹੀ ਕਰਨਾ ਪੈਂਦਾ। ਕਹਿ ਰਹੇ ਹਾਂ ਸਿੱਧੀ ਤਰ੍ਹਾਂ ਦੱਸ ਦੇ, ਮੈਂਬਰ ਕਿੱਥੇ ਆ? ਹਮ ਕਹਿ ਰਹੇ ਹਾਂ, ਮੈਂ ਕੁਛੋ ਨਹੀਂ ਮਾਲੂਮ। ਐ ਨਹੀਂ ਦੱਸਦੀ, ਮੈਂ ਪੁੱਛਦੀ ਆ ਕਿੱਥੇ ਨੇ ਤੇਰੇ ਖਸਮ? ਉਹ ਤਾਂ ਬਿਹਾਰ ਗਏ ਹੈ। ਤੇ ਇਹਨਾਂ ਦਾ ਖਸਮ ਕੋਈ ਨਹੀਂ, ਕੋ ਪਤਾ ਹੋਗਾ? ਮੀਨਾ ਤੂੰ ਦੱਸ, ਨਹੀਂ ਤਾਂ ਮੈਂ ਤੇਰੀ ਗੁੱਤ ਪੜ ਦੇਣੀ ਹੈ। ਆਪ ਚਾਹੇ ਕੁਛ ਵੀ ਕਰ ਲੋ, ਹਮ ਨਹੀਂ ਬਤਾਏਂਗੇ। ਸਰਦਾਰ ਜੀ ਨੇ ਹਮੇ ਆਪਣੀ ਕਸਮ ਦੀ ਹੈ ਕਿ ਕਿਸੇ ਕੋ ਕੁਛ ਨਹੀਂ ਬਤਾਨਾ ਹੈ। ਤੁਸੀਂ ਜਾਗਦੇ ਕੀ ਹੋ? ਫੜ ਲੋ ਇਹਨੂੰ। ਅਰੇ ਰੁਕੋ, ਹਮ ਬਤਾਤੀ ਹੈ। हाय मैं बाजा, मेरा मुंडा इत्थे है। अरे नहीं, यहाँ तो चाबी है। हम गलत नहीं है, अगर हम नहीं संभालते ना तो कुछ कर लियो होते सरदार जी। हम तो बहुत ही इज्जत करते हैं सरदार जी की। सोए हैं बेचारे। अब देखिए ज्यादा लोग अंदर नहीं आइएगा, नहीं तो परेशान हो जाते हैं। अब एक एक करके देख लीजिए। देखने से तमाशा नहीं देखना है, साडा मुंडा से लेना है। जाएंगे बेचारी। अरे कितना मुश्क मारता है। निम्या, निम्या पुत्र। कौन है मीना? की हाल बनाता सरदार जी? तो मीना तो ध्यान नहीं रखिया, ਬਾਂਹ ਵੀ ਟੁੱਟੀ ਹੋਈ ਆ। ਦੋਨੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਣ ਜੋਗੀ ਵੀ ਨਹੀਂ ਛੱਡਿਆ ਇਹਨਾਂ ਨੂੰ ਤਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਿਕਲੋ ਇੱਥੋਂ, ਚਲੋ ਨਿਕਲੋ ਇੱਥੋਂ, ਚਲੋ। ਅਰੇ ਚੁੱਪ ਕਹਿ ਰਹੇ ਹੈ, ਤੂੰ ਜਾਈਏ ਨਾ। ਚੁੱਪ ਕਰ, ਨਹੀਂ ਮਰ ਜਾ ਮੁੰਡੇ। ਆ ਜਾਓ ਤੁਸੀਂ, ਆ ਜਾਓ ਆ ਜਾਓ। ਇਹ ਕਿਵੇਂ ਗਰਮੀ ਚ ਜੁੱਲੜ ਲਈ ਪਿਆ? ਚੱਲ ਪੁੱਤ, ਤੈਨੂੰ ਰਹਿਣ ਆਏ ਆ। ਹਮ ਨਹੀਂ ਜਾਏਂਗੇ ਅੰਮਾ, ਹਮ ਨਹੀਂ ਜਾਏਂਗੇ। ਮੀਨਾ, ਮੀਨਾ ਨੀ ਪੁੱਤ, आ देख तेरी किरना, आ देख तेरी सीबो। हमारा कौन नेम है? हम नहीं जाएंगे। लो जी, मीना तेरी पंजाबी भी लेगी। हम मीना को सब कुछ देंगे, उसने मेरी देखभाल की, सब कुछ देंगे। हाय सरदार जी, हिंदी जिन्नी मर्जी बोलो पर इदां तां ना कहो। कौन सरदार जी? सरदार जी ओदी मर गया ही, जदों उत्थे लंबी बांह कट के बोली पाई ही। ओ मरे थोड़े दुश्मन। जो मर जो जाके, तू ही मरो, दोने तू ही मर जो जाके। ओ चलो यार मुंडे, ओ हथे नु बिठा के इना दा नबेड़ दो, नहीं तो मुंडा हथों गवा लोगे। कोई नी, यही करते फिर। अरे मीना, छोरी चुनरिया तो हमारे पास रह गई। चुनरी दे लग दे, आपकी पग संभाल ले। देखो अज तक पंचायतां घर जोड़ दियां आईयां, ये पहली बारी है
ਕਿ ਸਾਡੀਆਂ ਪੰਚਾਇਤਾਂ ਅੱਧਾ ਘਰ ਤੋੜਨ ਲੱਗੀਆਂ। ਇਤਿਹਾਸ 'ਚ ਇਹ ਨਵੀਂ ਗੱਲ ਹੈ, ਇਸ ਲਈ ਪੰਚਾਇਤਾਂ ਥੋੜੀਆਂ ਉਤਸੁਕ ਹੈ। ਜੇ ਅੱਜ ਦਾ ਫੈਸਲਾ ਠੀਕ ਬੈਠ ਗਿਆ, ਅੱਗੇ ਨੂੰ ਵੀ ਸਮਾਜ ਦੀ ਭਲਾਈ ਲਈ ਇਹੋ ਜਿਹੇ ਫੈਸਲੇ ਲਿਆ ਕਰਾਂਗੇ। ਉਮਰ ਦੇ ਤਕਾਜੇ ਨਾਲ ਮਾਤਾ ਜੀ ਦੱਸਣਗੇ ਹੋਇਆ ਕੀ ਆ। ਦੱਸ ਮਾਤਾ। ਮੈਂ ਚੰਦ ਕੌਰ ਜੀ, ਪਤਨੀ ਸੁਰਜਨ ਸਿੰਘ। ਪਤਾ ਹੈ, ਅੱਗੇ ਚੱਲ। ਮੇਰਾ ਕੀ ਪਤਾ, ਮੈਂ 2 ਦਿਨਾਂ, 4 ਦਿਨਾਂ, 6 ਮਹੀਨਿਆਂ, 10 ਸਾਲ। ਇਹ ਨੀ ਪਤਾ, ਅੱਗੇ ਬੋਲ। ਮੇਰੀਆਂ ਨਾ ਦੋਨੇ ਨੂੰਹਾਂ ਇੱਕੋ ਜਿਹੀਆਂ ਜੀ ਮੇਰੇ ਲਈ, ਪਰ ਸੁੱਖ ਕਿਸੇ ਦਾ ਨਹੀਂ। ਇਹ 4 ਦਿਨ ਆਪਦੇ ਪੇਕੇ ਗਈਆਂ ਸੀ, ਉਹ ਸਾਡੀ ਜ਼ਿੰਦਗੀ ਦੇ ਸਭ ਤੋਂ ਸੋਹਣੇ ਦਿਨ ਸੀ। ਚਾਹੇ ਫੂਕਾ ਮਾਰ ਮਾਰ ਕੇ ਮੇਰੇ ਦੰਦ ਕਾਲੇ ਹੋ ਗਏ, ਅੱਖਾਂ ਚਿੱਟੀਆਂ ਹੋ ਗਈਆਂ, ਪਰ ਮੈਂ ਤੇ ਮੇਰਾ ਪੁੱਤ ਚੈਨ ਦੀ ਨੀਂਦ ਸੌਂਦੇ ਸੀ। ਅੱਛਾ ਬੇਬੇ, ਐ ਦੱਸ ਫਿਰ ਤੂੰ ਕੀ ਚਾਹੁੰਦੀ ਹੈ, ਕਿਹੜੀ ਕੁੜੀ ਰੱਖਣੀ ਹੈ ਦੋਨਾਂ ਚੋਂ? ਤਾਂ ਜੇ ਪੰਚਾਇਤ ਦੀ ਇਜਾਜ਼ਤ ਹੋਵੇ ਤਾਂ ਮੈਂ ਇਹ ਫੈਸਲਾ 1/2 ਘੰਟੇ ਲਈ ਮਹਿਫੂਜ਼ ਰੱਖ ਸਕਦੀ ਹਾਂ ਜੀ। ਰੱਖ ਸਕਦੀ ਹਾਂ। ਹਾਂ ਕਾਕਾ, ਤੂੰ ਦੱਸ। ਮੇਰੇ ਵਾਸਤੇ ਤਾਂ ਦੇਖੋ ਜੀ, 3 ਇੱਕੋ ਜਿਹੀਆਂ ਜੀ। 3? 1 ਮੇਰੀ ਬੀਬੀ। ਓ ਵੇਖੋ ਜੀ, ਜੇ ਮੈਂ ਅੱਜ ਤੁਹਾਡੇ ਸਾਰਿਆਂ ਸਾਹਮਣੇ ਸਹੀ ਸਲਾਮਤ ਖਲੋਤਾ ਨਾ ਜੀ, ਤੇ ਆ ਮੀਨਾ ਸ਼੍ਰੀ ਜੀ ਦੀ ਬਦੌਲਤ। ਉਹਨੇ ਧਰਮ ਨਾਲ ਬੜਾ ਬੜਾ ਧਿਆਨ ਰੱਖਿਆ ਜੀ। ਉਹ ਤਾਂ ਠੀਕ ਹੈ ਕਾਕਾ, ਤੂੰ ਇਹ ਦੱਸ ਵੀ ਇਹ ਸ਼ੁਰੂਆਤ ਕਿਵੇਂ ਹੋਈ? ਮੈਂ ਤੁਹਾਨੂੰ ਸਾਰੀ ਗੱਲ ਮੁੜ ਤੋਂ ਦੱਸਦਾ ਜੀ। ਮੈਂ ਜੀ ਆਪਣੀ ਧਰਮ ਪਤਨੀ ਨਸੀਬ ਕੌਰ ਦੇ ਕਹਿਣ ਤੇ ਜੀ ਨਿਆਣੇ ਵਾਸਤੇ ਕਿਰਨਾਂ ਨਾਲ ਦੂਜਾ ਵਿਆਹ ਕੀਤਾ ਜੀ। ਸੁੱਖ ਨਾਲ ਸਗਣਾ ਦਾ ਦਿਨ ਚੜਿਆ ਜੀ, ਅਸੀਂ ਸਾਰਾ ਟੱਬਰ ਲੈ ਕੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਬਰਾਤ ਗਏ। ਲਾਵਾਂ ਹੋਈਆਂ ਜੀ, ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛਕਿਆ, ਚਾਹ ਪੀਤੀ ਤੇ ਸ਼ਾਮ ਨੂੰ ਘਰ ਆਏ ਆ ਜੀ। ਤੇ ਫਿਰ ਮੁੜ ਕੇ ਜੀ ਉਹ ਘੜੀ ਆ ਗਈ ਜਿਹਦਾ ਸਾਰਿਆਂ ਨੂੰ ਇੰਤਜ਼ਾਰ ਸੀ, ਸੁਹਾਗ ਰਾਤ। ਤੇ ਸੁਹਾਗ ਰਾਤ ਦਾ ਟਾਈਮ ਆਇਆ ਜੀ, ਮੈਂ ਪੌੜੀਆਂ ਚੜਿਆ, ਬੂਹਾ ਖੁੱਲਾ ਸੀ, ਮੈਂ ਅੰਦਰ ਵੜਿਆ ਜੀ, ਤੇ ਮੈਂ ਕੁੰਡੀ ਲਾਈ ਏ, ਫਿਰ ਤੇ ਮੈਂ ਬੈੱਡ ਤੇ ਬੈਠਾ ਜਾ ਕੇ, ਤੇ ਫਿਰ ਘੁੰਡ ਚੁੱਕਿਆ, ਮੈਂ ਆਖਿਆ ਸਤਿ ਸ਼੍ਰੀ ਅਕਾਲ, ਉਹ ਵੀ ਅੱਗੋਂ ਆਉਂਦੀ ਸਤਿ ਸ਼੍ਰੀ ਅਕਾਲ ਜੀ। ਸੰਸਕਾਰੀ ਹੈ? ਹਾਂਜੀ। ਤੇ ਮੈਂ ਆਖਿਆ ਦੁੱਧ ਪੀਤਾ? ਆਂਦੀ ਵੀ ਨਹੀਂ। ਮੈਂ ਦੁੱਧ ਦੇਖਿਆ ਤੇ ਦੁੱਧ ਨਹੀਂ, ਤੇ ਇਹਨੇ ਨੂੰ ਥੱਕ 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 ਹੁਆ ਫਿਰ ਕੇ ਰੱਜੀ ਰਾਤ ਕੌਣ ਆ ਗਿਆ। ਓਏ ਇੱਕ ਮਿੰਟ ਯਾਰ, ਇੱਕ ਮਿੰਟ, ਉਹਨੂੰ ਬੰਦ ਕਰ ਲੈ ਯਾਰ, ਕੀ ਟਕ 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 ਲਾਈ ਆ? ਜਦੋਂ ਪੰਚਾਇਤ ਕੋਈ ਕੰਮ ਦੀ ਗੱਲ ਹੁੰਦੀ ਆ, ਉਦੋਂ ਥੋੜੀ ਟਕ 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 ਨਹੀਂ ਮੁਕਦੀ? ਉਹ ਮੈਂਬਰ ਸਾਹਿਬ ਸਾਨੂੰ ਸਾਰਾ ਕੁਝ ਸਮਝ ਆ ਰਿਹਾ। ਉਹ ਕਾਕਾ ਤੂੰ ਚਾਲੂ ਰੱਖ ਆਪਣੀ ਠੱਕ ਠੱਕ, ਬੰਦ ਕਰ, ਬੰਦ ਕਰ, ਚਾਲੂ ਰੱਖ ਯਾਰ। ਉਹ ਮੈਂ ਤੇਰਾ ਮੂੰਹ ਬੰਦ ਕਰ, ਬੰਦ ਕਰ, ਭਾਈ ਤੂੰ ਕਮਾਲ ਕਰ ਭਾਈ ਯਾਰ, ਚੱਲ ਯਾਰ, ਚੱਲੂ ਬੰਦ ਕਰ ਯਾਰ, ਨੂੰ ਕੀ ਦੁਰਜਾ ਕਾਕਾ। ਹਾਂ ਹੋਰ ਦੱਸ ਯਾਰ। ਕਾਕਾ ਐ ਨਹੀਂ, ਪੂਰੀ ਤਫਸੀਲ ਨਾਲ ਦੱਸ। ਜੇ ਕੋਈ ਗੱਲ ਰਹਿ ਗਈ ਫੇਰ ਫੈਸਲਾ ਸਹੀ ਨਹੀਂ ਹੋਣਾ। ਹਾਂਜੀ। ਤੇ ਪੰਚਾਇਤ ਜਦੋਂ ਤੁਹਾਡੀਆਂ ਆਹ ਗੱਲਾਂ ਮੁਕੰਮਲ ਹੋ ਗਈਆਂ ਨਾ, ਸਾਨੂੰ ਉਦੋਂ ਸੱਦ ਲਿਓ, ਖੜਾ ਹੋ ਬਾਪੂ। ਆਹੋ ਭਾਈ ਸਾਹਿਬ, ਇੱਕ ਮਿੰਟ ਕਾਕਾ, ਸਾਨੂੰ ਸਾਰਾ ਕੁਝ ਪਤਾ ਲੱਗ ਗਿਆ, ਪਰ ਤੂੰ ਦੱਸ ਤੂੰ ਕੀ ਚਾਹੁੰਦਾ? ਇਹਨਾਂ ਦੋਹਾਂ ਵਿੱਚੋਂ ਤੂੰ ਕਿਹਦੇ ਨਾਲ ਰਹਿਣਾ ਚਾਹੁੰਦਾ? ਮੇਰਾ ਤਾਂ ਫੈਸਲਾ ਉਦੋਂ ਹੀ ਹੋ ਗਿਆ ਸੀ ਜਦੋਂ ਇਹ ਵਿੱਚ ਆ ਕੇ ਪੈ ਗਈ ਸੀ, ਵੀ ਜਦੋਂ ਤੇਰੀ ਸਹਿਮਤੀ ਨਾਲ ਵਿਆਹ ਹੋਇਆ, ਸਾਰਾ ਕੁਝ ਤੇਰੇ ਕਹਿਣ ਮੁਤਾਬਕ ਹੋਇਆ, ਨਿਆਣੇ ਵਾਸਤੇ ਵਿਆਹ ਹੋਇਆ, ਵੀ ਤੂੰ ਥੱਲੇ ਪੈ ਜਾ, ਐਡਾ ਕਦਾ ਤਰੇਵਾ ਹੋਇਆ ਵੀ ਤੂੰ ਸਵੇਰੇ ਮਿਲ ਲਈ। ਵੇਖੋ ਮੇਰੇ ਵੱਲੋਂ ਕਸੂਰ ਵੱਡੀ ਦਾ ਹੀ। ਠੀਕ ਆ ਫਿਰ, ਇਸ ਹਿਸਾਬ ਨਾਲ ਕਸੂਰ ਸਾਰਾ ਆ ਵੱਡੀ ਕੁੜੀ ਦਾ। ਕੁੜੀਏ ਸੁਣ ਲੈ, ਸਾਰਾ ਕਸੂਰ ਤੇਰਾ ਹੈ। ਮੇਰਾ ਕਿਵੇਂ ਕਸੂਰ ਹੈ? ਮੈਂ ਤਾਂ ਖਾਨਦਾਨ ਦੇ ਵਾਅਦੇ ਲਈ ਕੀਤਾ ਸੀ ਨਾ। ਬੀਬਾ ਤੂੰ ਕੋਈ ਬੱਚਾ ਗੋਦ ਲੈ ਲੈਂਦੀ? ਗੱਲ ਤਾਂ ਖੂਨ ਦੀ ਹੁੰਦੀ ਹੈ ਨਾ, ਆਪਣਾ ਖੂਨ ਤਾਂ ਆਪਣਾ ਹੀ ਹੁੰਦਾ। ਓਏ ਖੂਨ ਨੂੰ ਇਹ ਪ੍ਰਿਥਵੀ ਰਾਜ ਚੌਹਾਨ ਦੇ ਖਾਨਦਾਨ ਚੋਨੇ ਬੁੜਾ ਇਹਦਾ ਤੂੜੀ ਦੇ ਕੁੱਪ ਥੱਲੇ ਆ ਕੇ ਮਰ ਗਿਆ, ਇਹ ਮੋਟਰਸਾਈਕਲ ਤੋਂ ਬਾਹ ਤੁੜਾਈ ਫਿਰਦਾ। ਜੇ ਕੋਈ ਸੋਹਣਾ ਜਿਹਾ ਜਵਾਕ ਗੋਦ ਲੈ ਲੈਂਦੇ ਤਾਂ ਆਹ ਸਮਾਜ ਨੂੰ ਵੀ ਕੋਈ ਸੇਧ ਮਿਲਦੀ। ਕੁੱਲ ਮਿਲਾ ਕੇ ਸਾਰਾ ਕਸੂਰ ਤੇਰਾ ਹੀ ਆ ਕੁੜੀਏ। ਠੀਕ ਆ ਫਿਰ, ਜੇ ਕਸੂਰ ਮੇਰਾ ਨਾ, ਸਭ ਕੁਝ ਮੈਂ ਹੀ ਕੀਤਾ, ਸਾਰੇ ਫੈਸਲੇ ਮੈਂ ਹੀ ਲੈਤੇ, ਤਾਂ ਆਹ ਫੈਸਲਾ ਵੀ ਫਿਰ ਮੈਂ ਹੀ ਲਾਉ। ਤੁਸੀਂ ਜਾਣਨਾ ਚਾਹੁੰਦੇ ਹੋ ਕਿ ਅਸਲੀ ਕਸੂਰਵਾਰ ਕੌਣ? ਹਾਂ ਹਾਂ, ਮਿੱਠੂ ਹੈ ਅਸਲੀ ਕਸੂਰਵਾਰ। ਜੇ ਆ ਮੇਰੇ ਕੋਲ ਵੱਡੀ ਮੰਮੀ ਕਹਿ ਕਹਿ ਕੇ ਗੱਲ ਨਾ ਲੱਗਦਾ, ਨਾ ਮੇਰੇ ਅੰਦਰ ਮਮਤਾ ਦੀ ਭਾਵਨਾ ਜਗਾਉਂਦਾ, ਨਾ ਮੇਰੇ ਅੰਦਰ ਡਰ ਪੈਦਾ ਹੁੰਦਾ ਕਿ ਕੋਈ ਮੇਰੀ ਜ਼ਮੀਨ ਤੇ ਕਬਜ਼ਾ ਕਰ ਲੂਗਾ, ਨਾ ਮੈਂ ਫਿਕਰਾਂ ਲੈ ਲੈ ਮਰਦੀ। ਜੇ ਮਾਂ ਪੁੱਤ ਚੰਗੇ ਹੁੰਦੇ, ਇਹਨੂੰ ਮੈਂ ਗੋਦ ਲੈ ਹੀ ਲੈਣਾ ਸੀ।
ਬਾਪੂ ਇਹਦਾ ਮਤਲਬ ਸਾਰੀ ਪੰਜਾਬ ਮੇਰੇ ਤੇ ਪੈ ਗਈ ਇਹਨਾਂ ਦੋਨਾਂ ਚੋਂ ਕੋਈ ਮੇਰੇ ਲੜ ਲਾ ਦੇਣ ਆਪਾਂ ਭੱਜ ਚੱਲਦੇ ਆ ਖੁਸ਼ ਹੋ ਸਾਰੇ ਸੁਣ ਲਿਆ ਮੈਂ ਜੋ ਸੁਣਨਾ ਸੀ ਓਹ ਫੈਸਲਾ ਤਾਂ ਲੈ ਜਾ ਕੁੜੀਏ ਇਹਨਾਂ ਨੂੰ ਸੁਣਾਓ ਫੈਸਲਾ ਮੈਂ ਤੁਹਾਡੇ ਫੈਸਲਿਆਂ ਤੇ ਨਹੀਂ ਟਿੱਕੀ ਓ ਕੁੜੀਏ ਗੱਲ ਤਾਂ ਸੁਣ ਲੈ ਓ ਬਈ ਜਿਸ ਹਿਸਾਬ ਨਾਲ ਇਹ ਕੁੜੀ ਰੋ ਕੇ ਗਈ ਆ ਨਾ ਮੈਨੂੰ ਤਾਂ ਲੱਗਦਾ ਪੰਚਾਇਤ ਤੋਂ ਗਲਤੀ ਹੋ ਚਲੀ ਸੀ ਕਸੂਰ ਇਹਦਾ ਤਾਂ ਨਹੀਂ ਲੱਗਦਾ ਮੇਰੇ ਹਿਸਾਬ ਨਾਲ ਤਾਂ ਕਸੂਰ ਆ ਨਿੱਕੀ ਦਾ ਉਹ ਵੱਡੀ ਭੈਣ ਸੀ ਜੇ ਉਹ ਤੈਨੂੰ ਸਹੇੜ ਕੇ ਲਿਆਈ ਸੀ ਤਾਂ ਸਮਾਈ ਨਾਲ ਰਹਿ ਲੈਂਦੀ ਐਡੀ ਕਿਹੜੀ ਗੱਲ ਸੀ ਕਸੂਰ ਤੇਰਾ ਹੀ ਹੈ ਵੀਰੇ ਆ ਵੇਖ ਲੋ ਤੁਹਾਡੇ ਸਾਹਮਣੇ ਪਹਿਲਾਂ ਵੱਡੀ ਭੈਣ ਜੀ ਦਾ ਕਸੂਰ ਕੱਢਦਾ ਫਿਰ ਮੇਰਾ ਆ ਦੋਵੇਂ ਨਹੀਂ ਦੇਖਦੇ ਅਸੀਂ ਦੋਨੋਂ ਭੈਣੇ ਮਾੜੀਆਂ ਹੋ ਗਈਆਂ ਉਹ ਕਿਹਦਾ ਇਹ ਨਾ ਗੱਲ ਤਾਂ ਸੁਣਦੀ ਜਾ ਭਾਈ ਫੈਸਲਾ ਲੈ ਜਾ ਉਹ ਕੁੜੀਏ ਉਹ ਬਈ ਇਹ ਕੁੜੀ ਵੀ ਮੈਨੂੰ ਦੁਖੀ ਲੱਗਦੀ ਹੈ ਜਿਵੇਂ ਇਹ ਵੀ ਰੋ ਕੇ ਗਈ ਹੈ ਨਾ ਮੈਨੂੰ ਲੱਗਦਾ ਹੈ ਕਸੂਰ ਇਹਦਾ ਵੀ ਨਹੀਂ ਹੋਣਾ ਮੇਰੇ ਤਜਰਬੇ ਮੁਤਾਬਕ ਤਾਂ ਕਸੂਰ ਜਿਹੜਾ ਬਣਦਾ ਨਾ ਉਹ ਤੇਰਾ ਬਣਦਾ ਉਹ ਤੂੰ ਤਾਂ ਸਿਆਣੀ ਸੀ ਜੇ ਸਹੇੜ ਕੇ ਲਿਆਈ ਸੀ ਦੋ ਦੋ ਨੂੰ ਤਾਂ ਰੱਖ ਲੈਂਦੀ ਸਮਾਈ ਨਾਲ ਜੇ ਮੇਰੇ ਘਰ ਵਾਲਾ ਜਿਉਂਦਾ ਹੁੰਦਾ ਤਾਂ ਮੈਨੂੰ ਆਹ ਦਿਨ ਨਹੀਂ ਦੇਖਣਾ ਪੈਣਾ ਸੀ ਮੈਂ ਤਾਂ ਫੈਸਲਾ ਮਹਿਫੂਜ਼ ਕਰਕੇ ਰੱਖਿਆ ਸੀ ਪੰਚਾਇਤ ਮੇਰੇ ਹੀ ਪਿੱਛੇ ਪੈ ਗਈ ਆ ਪਤਾ ਨਹੀਂ ਕੀ ਕਰਦੀ ਹੈ ਪੰਚਾਇਤ ਉਹ ਫੈਸਲਾ ਤਾਂ ਲੈ ਜਾ ਮਾਤਾ ਦੇਖੋ ਬਈ ਮੈਨੂੰ ਲੱਗਦਾ ਕਸੂਰ ਸਾਰੇ ਟੱਬਰ ਦਾ ਨਹੀਂ ਹੈ ਜਿਵੇਂ ਟੱਬਰ ਰੋਈ ਜਾਂਦਾ ਨਾ ਕਸੂਰ ਤਾਂ ਫਿਰ ਬਈ ਮੈਂਬਰ ਆ ਤੇਰਾ ਹੀ ਹਾਂ ਕਸੂਰ ਤਾਂ ਮੇਰਾ ਹੀ ਹੈ ਜਿਹੜਾ ਮੈਂ ਤੁਹਾਡੀਆਂ ਗੱਲਾਂ 'ਚ ਆ ਗਿਆ ਅਖੇ ਮੇਲਾ ਚਾਰ ਦਿਨਾਂ ਦਾ ਦੁਕਾਨਾਂ ਤੋਂ ਕਦੇ ਉਧਰੋਂ ਸੌਦਾ ਤੇ ਕਦੇ ਉਧਰੋਂ ਸੌਦਾ ਜਲੂਸ ਕਢਾ ਕੇ ਰੱਖਤਾ ਮੇਰਾ ਤੁਸੀਂ ਤੇ ਉੱਤੋਂ ਮੇਰੀ ਬੇਬੇ ਦੀ ਬੇਇੱਜ਼ਤੀ ਕੀਤੀ ਆ ਤੁਸੀਂ ਖੜ ਜਾ ਤਾਂ ਜੋ ਲੱਤਾ ਮੇਰੇ ਸਾਲੇ ਦੇ ਕੁੱਤੇ ਹੋ ਉਹ ਫੈਸਲਾ ਤਾਂ ਲੈ ਜਾ ਫੈਸਲਾ ਹੀ ਨਹੀਂ ਲੈ ਕੇ ਗਏ ਸਰਪੰਚ ਸਾਹਿਬ ਆਪਾਂ ਸਰਬ ਸੰਮਤੀ ਨਾਲ ਫੈਸਲਾ ਲੈ ਲੈਨੇ ਆ ਤੇ ਘਰੇ ਜਾ ਕੇ ਇਹਨਾਂ ਨੂੰ ਸੁਣਾ ਦਿੰਨੇ ਆ ਬਿਲਕੁਲ ਹਾਂ ਠੀਕ ਹੈ ਨਾ ਫਿਰ ਖਾਣ ਪੀਣ ਦਾ ਕੀ ਹੋਊਗਾ ਤੈਨੂੰ ਇੰਨੀ ਹਮਦਰਦੀ ਤਾਂ ਤੂੰ ਰਹਿ ਲਾ ਤੈਨੂੰ ਨੀ ਹਮਦਰਦੀ ਇਹਨਾਂ ਦੇ ਹਾਂ ਨਹੀਂ ਹੈਗੀ ਕਿੰਨਾ ਚਿਰ ਹੋ ਗਿਆ ਸਾਨੂੰ ਜਾਣ ਜਾਣ ਕਰਦੀਆਂ ਨੂੰ ਰੋਕਿਆ ਇਹਨਾਂ ਨੇ ਆਇਆ ਇਹਨਾਂ ਦੇ ਦਿਲ ਚ ਰਹਿਮ ਉੱਤੋਂ ਸਾਰੀ ਪੰਚਾਇਤ ਚ ਸਾਡੀ ਇੰਨੀ ਬੇਇੱਜ਼ਤੀ ਕੀਤੀ ਅੱਜ ਹਾਂ ਫਿਰ ਇਹ ਤਾਂ ਜਿਹੋ ਜਿਹੇ ਕੇ ਹੈਗੇ ਨਾ ਪਰ ਆਪਾਂ ਤਾਂ ਚੰਗੇ ਆ ਉਹ ਤਾਂ ਚੱਲ ਸਾਡੀ ਪਰਵਰਿਸ਼ ਹੀ ਇੰਨੀ ਵਧੀਆ ਆ ਤਾਂ ਵਧੀਆ ਨਾ ਫਿਰ ਵੱਡੀ ਭੈਣ ਦੀ ਸੁਣ ਮੈਂ ਜਾਊਂਗੀ ਤੂੰ ਨਹੀਂ ਜਾਊਂਗੀ ਤਾਂ ਮੈਂ ਹੀ ਤੈਨੂੰ ਸੁਣਦਾ ਨਹੀਂ ਮੈਂ ਜਾਊਂਗੀ ਮੈਂ ਜਾਊਂਗੀ ਮੈਂ ਜਾਊਂਗੀ ਮਤਲਬ ਮੈਂ ਹੀ ਜਾਊਂਗੀ ਮੈਂ ਵੀ ਕਹਿ ਰਹੀ ਆ ਮੈਂ ਕਿਹੜੀ ਦੋਨਾਂ ਇੱਕ ਮਿੰਟ ਜਾਤੀਆਂ ਜਾਤੀਆਂ ਉਹ ਬੋਲੀ ਪਾ ਕੇ ਵਿਖਾਓ ਉਹ ਜਿਹੜੀ ਆਪਦੇ ਘਰੇ ਪਾਉਂਦੀਆਂ ਸੀ ਤੁਸੀਂ ਪੇਕੇ ਦੋਵੇਂ ਭੈਣਾਂ ਨੱਚੀਆਂ ਸਹੁਰੇ ਸਹੁਰੇ ਕੌਣ ਨੱਚਿਆ ਸੀ ਦੱਸੀ ਸਹੁਰੇ ਨੱਚੀਆਂ ਦਰਾਣੀਆਂ ਜਠਾਣੀਆਂ ਆ ਕਿਹੜਾ ਵੇਲਾ ਸਰਦਾਰ ਜੀ ਤੇ ਉਹ ਕਿਹੜਾ ਵੇਲਾ ਸੀ ਪੇਕੇ ਦੋਵੇਂ ਭੈਣਾਂ ਨੱਚੀਆਂ ਸਹੁਰੇ ਨੱਚੀਆਂ ਦਰਾਣੀਆਂ ਜਠਾਣੀਆਂ ਪੇਕੇ ਦੋਵੇਂ ਭੈਣਾਂ ਨੱਚੀਆਂ ਸਹੁਰੇ ਨੱਚੀਆਂ ਦਰਾਣੀਆਂ ਜਠਾਣੀਆਂ ਪੇਕੇ ਦੋਵੇਂ ਭੈਣਾਂ ਨੱਚੀਆਂ ਉਹ ਮੈਨੂੰ ਐ ਲੱਗਦਾ ਵੀ ਆਪਾਂ ਗਲਤ ਮੌਕੇ ਤੇ ਆ ਗਏ ਰੰਗ ਚ ਭੰਗ ਪਾਤਾ ਨਹੀਂ 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 ਕੋਈ ਰੰਗ ਚ ਭੰਗ ਨਹੀਂ ਆਪਣੀ ਪੰਚਾਇਤ ਦਾ ਫੈਸਲਾ ਸੁਣਾਓ ਲਓ ਭਾਈ ਸੁਣੋ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਸਰਬ ਸੰਮਤੀ ਨਾਲ ਨਸੀਬ ਕੌਰ ਨੂੰ ਘਰੋਗੀ ਮਸਲੇ ਦਾ ਦੋਸ਼ੀ ਮੰਨਦੇ ਹੋਏ ਇਹ ਫੈਸਲਾ ਕੀਤਾ ਕਿ ਕਿਰਨ ਕੌਰ ਨਿਰਮਲ ਸਿੰਘ ਨਾਲ ਆਪਣਾ ਘਰ ਵਸਾਏਗੀ ਤੇ ਨਸੀਬ ਕੌਰ ਵਾਪਸ ਆਪਣੇ ਪੇਕੇ ਪਰਤੇ ਪੰਚਾਇਤਾਂ ਦੀ ਇਹ ਜ਼ਿੰਮੇਦਾਰੀ ਹੋਏਗੀ ਕਿ ਨਸੀਬ ਕੌਰ ਦਾ ਸਾਰਾ ਸਮਾਨ ਤੇ ਜ਼ਮੀਨ ਦਾ ਤੀਜਾ ਹਿੱਸਾ ਨਸੀਬ ਕੌਰ ਨੂੰ ਦਵਾਉਣਗੀਆਂ ਦਸ ਮੈਂਬਰਾਂ ਫੈਸਲਾ ਮਨਜ਼ੂਰ ਹੈ
प्रणय चला बैजा मने पुत मजा डाल। राजा प्रणय पुत पहला चाह बनावा को रोटी खाएगा। नहीं जी मैनू काली है मैं निकलना है। ना ना चंद्रया इन्नी छेती बिगड़ना ना हो है ता तू साड़ा ही चाह बना कुड़े रोटी बाद चो पकाने हैं। मेरी पेटी नहीं लेके आए। पेटी बेबे दा समान पिया सी उरे मैं कल दूंगा हफ्ते तक। हाँ मोड़ दियो मेरा भी नहीं सरना। पक्का नहीं है अपने हाथी कटिया से कुवारी हुंदी ने तोते मैने जे बने हुए सी जे ना लभियां फिर मैं किरण नूं कह दूंगा कढ़ दूंगी। नहीं रहन दो कोई जरूर कांटे है नहीं वो तो पुत मुंडे वाले ने पाए सी ताई रख लेने बेबे ने। हाँ ठीक है फिर तो समान पूरा फेड़े तेरा सारा समान नहीं आया मैं देख लिया कुछ नहीं रहना दही है समान मेरा ना मैनू पता पर तेरी सब तो कीमती चीज तो मेरे को बच्चे लिए लैन आई सी ना अज मैं तेन बच्चे लिए लैन आई बालू बाहर नहीं भेजना इतने ही खेती करूंगा तू ही सब ही लिया मेरे तो नहीं पाले जाते अपन तो पहले नहीं सन पूछती हूं तो समस्या की जाड़ आ गई हूं कि नहीं पूछना अपन ले तुसी तो साडे सिर ते साई हो छोटी किरना किरना मेरी साली साली पहला सी हुन पक्की घर वाली पुत्त 7 साल हो गए तेरे ब्याह होए नु तेरे चार जवाक है बेचार ओ जगजीत ओ कमल आ ज्योति ओ मल ओ गण बेबे ओ देख मल खड़ा नाला बाबा नाले हट जा सारा कुछ तेरे करके होया ओ सरपंच साई आ गया ओ साई ओ चकदे 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 इदा की पता सरच मारिया की
ਅਸਾਂ ਕਿੱਧਰ ਚੱਲੇ ਆ? ਇੱਧਰ ਇੱਧਰ ਨਾ ਜਾਈ, ਇੱਧਰ ਟੱਠਾ ਪੁੱਛ ਰਿਹਾ ਫਿਰਦਾ। ਟੱਠਾ? ਹਾਂ, ਮੈਂ ਇੱਧਰ ਹੀ ਆਉਂਗਾ। ਉੱਧਰ ਚਲਾ ਗਿਆ ਤੂੰ? ਟੱਠਾ ਵੇ।